ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼, ਮੈਂ ਹਾਂ ਕੇਪੀ ਸਿੰਘ। ਦੱਸੋ ਮੰਤਰੀ ਜੀ ਵਿੱਚ ਅੱਜ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਸਾਡੇ ਨਾਲ ਮੌਜੂਦ ਹੋਣਗੇ। ਇਹਨਾਂ ਕੋਲ ਜਿਹੜਾ ਮਹਿਕਮਾ ਹੈਗਾ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਅਤੇ ਭਲਾਈ ਮੰਤਰੀ ਨੇ ਇਹ, ਅਤੇ 9 ਸਾਲ ਦਾ ਲਵਾਂਗੇ ਹਿਸਾਬ ਕਿਤਾਬ। ਦੱਸੋ ਮੰਤਰੀ ਜੀ, ਮੰਤਰੀ ਸਾਹਿਬ ਦੇ ਮਹਿਕਮੇ ਕਿਸ ਤਰੀਕੇ ਨਾਲ ਕੰਮਕਾਜ ਕਰਦੇ ਹੈ ਕਿ ਪਹਿਲਾਂ ਉਹਨਾਂ ਦੀ ਰਿਪੋਰਟ ਦੇਖਦੇ ਹਾਂ, ਉਸ ਤੋਂ ਬਾਅਦ ਮੰਤਰੀ ਸਾਹਿਬ ਨੂੰ ਪੁੱਛਾਂਗੇ 9 ਸਾਲ ਦਾ ਹਿਸਾਬ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੁੱਖ ਕੰਮ ਕੀ ਨੇ, ਸਿਲਸਿਲੇਵਾਰ ਤੁਹਾਨੂੰ ਦੱਸਦੇ ਹਾਂ। ਮੱਝਾਂ ਤੇ ਗਾਵਾਂ ਵਿੱਚ ਨਸਲ ਸੁਧਾਰ ਵਾਸਤੇ ਮਨਸੂਈ ਕਰ ਤਾਰਨ ਲਈ ਉਪਰਾਲੇ ਕਰਨੇ, ਗਾਵਾਂ ਮੱਝਾਂ ਦੀਆਂ ਆਉਣ ਵਾਲੀਆਂ ਨਸਲਾਂ ਵਿੱਚ ਦੁੱਧ ਉਤਪਾਦਨ ਵਧਾਉਣ ਲਈ ਵਧੀਆ ਕਿਸਮ ਦੇ ਵਿਦੇਸ਼ੀ ਸੀਮਨ ਅਤੇ ਭਰੂਣ ਤਬਾਦਲਾ ਤਕਨੀਕ ਵੀ ਇਸੇ ਕੜੀ ਦਾ ਹਿੱਸਾ ਹੈ। ਪਸ਼ੂਆਂ ਦੀ ਸਿਹਤ ਸੰਭਾਲ ਅਤੇ ਇਲਾਜ ਦਾ ਪ੍ਰਬੰਧ ਕਰਨਾ। ਦਾਅਵਾ ਹੈ ਕਿ ਪੰਜਾਬ ਵਿੱਚ 19 ਵੈਟਨਰੀ ਪੋਲੀਕਲੀਨਿਕ, 1367 ਪਸ਼ੂ ਹਸਪਤਾਲ ਅਤੇ 1485 ਪਸ਼ੂ ਡਿਸਪੈਂਸਰੀਆਂ ਕੰਮ ਕਰ ਰਹੀਆਂ ਨੇ। ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਅਤੇ ਵੈਕਸੀਨ ਉਤਪਾਦਨ ਕਰਨਾ ਵੀ ਮਹਿਕਮੇ ਦਾ ਮੁੱਖ ਕੰਮ ਹੈ। ਸਰਕਾਰੀ ਲੈਬੋਰਟਰੀਜ਼ ਵਿੱਚ ਪਸ਼ੂਆਂ ਦੇ ਟੈਸਟ ਕਰਨੇ ਅਤੇ ਮੂੰਹ ਖੁਰ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਪਸ਼ੂ ਪਾਲਕਾਂ ਦੇ ਘਰ ਜਾ ਕੇ ਮੁਫ਼ਤ ਟੀਕੇ ਲਗਾਉਣ ਦੀ ਯੋਜਨਾ ਵੀ ਸ਼ਾਮਿਲ ਹੈ। ਪਸ਼ੂਆਂ ਲਈ ਸੰਤੁਲਿਤ ਹਰੇ ਚਾਰੇ ਅਤੇ ਖੁਰਾਕ ਬਾਰੇ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨਾ ਵੀ ਮਹਿਕਮੇ ਦੀ ਜ਼ਿੰਮੇਵਾਰੀ ਹੈ। ਮਹਿਕਮੇ ਵੱਲੋਂ ਹਰ ਸਾਲ ਪਸ਼ੂ ਧਨ ਚੈਂਪੀਅਨਸ਼ਿਪ, ਦੁੱਧ ਚੁਆਈ ਮੁਕਾਬਲੇ ਅਤੇ ਸੈਮੀਨਾਰ ਵੀ ਕਰਵਾਏ ਜਾ ਰਹੇ ਨੇ। ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ 2 ਹਫ਼ਤੇ ਦੀ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਡੇਅਰੀ ਵਿਕਾਸ ਲਈ ਪਿੰਡ ਪੱਧਰ ਤੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਉਣੇ ਵੀ ਮਹਿਕਮੇ ਦੀ ਜ਼ਿੰਮੇਵਾਰੀ ਹੈ। ਦਾਅਵਾ ਹੈ ਕਿ ਪਿੰਡਾਂ ਵਿੱਚ ਹਰ ਸਾਲ 200 ਕੈਂਪ ਲਗਾਏ ਜਾਂਦੇ ਨੇ ਤੇ ਤਕਰੀਬਨ 25,000 ਲੋਕਾਂ ਨੂੰ ਡੇਅਰੀ ਫਾਰਮਿੰਗ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਡੇਅਰੀ ਧੰਦੇ ਨੂੰ ਵਿਕਸਿਤ ਕਰਨ ਲਈ ਕਈ ਤਰ੍ਹਾਂ ਦੀਆਂ ਸਬਸਿਡੀਆਂ ਵੀ ਮਹਿਕਮੇ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਮੱਛੀ ਪਾਲਣ ਨੂੰ ਵਧਾਉਣ ਲਈ ਮਹਿਕਮੇ ਵੱਲੋਂ 1 ਹਫ਼ਤੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਵਧੀਆ ਕਿਸਮ ਦਾ ਮੱਛੀ ਪੂੰਗ ਮਹਿਕਮੇ ਦੇ 14 ਫਾਰਮਾਂ ਤੋਂ 100 ਰੁਪਏ ਪ੍ਰਤੀ ਹਜ਼ਾਰ ਦੀ ਦਰ ਤੇ ਮੁਹੱਈਆ ਕਰਵਾਇਆ ਜਾ ਰਿਹਾ। ਆਧੁਨਿਕ ਮੱਛੀ ਮੰਡੀਆਂ ਦੀ ਸਥਾਪਨਾ ਕਰਨਾ ਵੀ ਮਹਿਕਮੇ ਦਾ ਇੱਕ ਵੱਡਾ ਕੰਮ ਹੈ। ਸੂਬੇ ਵਿੱਚ ਫਿਲਹਾਲ 3 ਅਤ ਆਧੁਨਿਕ ਵਾਤਾਨੁਕੂਲ ਮੱਛੀ ਮਾਰਕੀਟਸ ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ। ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਮੁਤਲਕ ਸਿਖਲਾਈ ਦੇਣੀ ਅਤੇ ਯੂਨਿਟ ਲਾਉਣ ਲਈ ਸਬਸਿਡੀ ਤੇ ਲੋਨ ਦੇਣਾ ਵੀ ਇਸੇ ਮਹਿਕਮੇ ਦੇ ਅਧੀਨ ਆਉਂਦਾ ਹੈ। 2007 ਤੋਂ ਕੈਬਨਿਟ ਮੰਤਰੀ ਬਣੇ ਗੁਲਜ਼ਾਰ ਸਿੰਘ ਰਣਕੇ ਕੋਲ ਪਸ਼ੂ ਪਾਲਣ ਤੋਂ ਇਲਾਵਾ ਫਿਲਹਾਲ ਅਨੁਸੂਚਿਤ ਜਾਤੀਆਂ ਤੇ ਪਛੜੀ ਸ਼੍ਰੇਣੀਆਂ ਦਾ ਭਲਾਈ ਮਹਿਕਮਾ ਵੀ ਹੈ। ਇਸ ਤਹਿਤ ਗਰੀਬ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਵਜ਼ੀਫਾ ਸਕੀਮਾਂ ਇਸੇ ਮਹਿਕਮੇ ਦੇ ਅਧੀਨ ਆਉਂਦੀਆਂ ਨੇ। ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭਪਾਤਰੀ ਨੂੰ ਲਾਭ ਪਹੁੰਚਾਉਣਾ ਵੀ ਇਸੇ ਮਹਿਕਮੇ ਦਾ ਕੰਮ ਹੈ। ਸ਼ਗਨ ਸਕੀਮ ਤਹਿਤ ਗਰੀਬ ਕੁੜੀਆਂ ਲਈ 15,000 ਰੁਪਏ ਦਿੱਤਾ ਜਾਂਦਾ ਹੈ। ਇੱਕ ਪਰਿਵਾਰ ਦੀਆਂ 2 ਕੁੜੀਆਂ ਇਸ ਸਕੀਮ ਦਾ ਫਾਇਦਾ ਲੈ ਸਕਦੀਆਂ ਨੇ। ਇਸ ਤੋਂ ਇਲਾਵਾ ਅੰਤਰਜਾਤੀ ਵਿਆਹ ਕਰਾਉਣ ਵਾਲੇ ਜੋੜਿਆਂ ਨੂੰ 50,000 ਰੁਪਏ ਦੇਣ ਦੀ ਯੋਜਨਾ ਹੈ। ਕੁੱਲ ਮਿਲਾ ਕੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਸਮਾਜਿਕ ਬਰਾਬਰਤਾ ਦਾ ਅਧਿਕਾਰ ਦਿਵਾਉਣਾ ਇਸੇ ਮਹਿਕਮੇ ਦਾ ਕੰਮ ਹੈ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਨਾਲ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ, ਇਹ ਵੱਡਾ ਮਹਿਕਮਾ ਜਿਸ ਦਾ ਵੱਡਾ ਅਸਰ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ। ਇਹ ਤਾਂ ਤੁਸੀਂ ਰਿਪੋਰਟ ਦੇਖੀ ਆ, ਮੰਤਰੀ ਸਾਹਿਬ ਤੇ ਮਹਿਕਮੇ ਕਿਸ ਤਰੀਕੇ ਨਾਲ ਕੰਮਕਾਜ ਕਰਦੇ ਆ, ਪਰ ਮੰਤਰੀ ਸਾਹਿਬ ਦਾ ਸਿਆਸੀ ਸਫ਼ਰ ਕਿਸ ਤਰੀਕੇ ਨਾਲ ਇੱਥੋਂ ਤੱਕ ਪਹੁੰਚਿਆ, ਉਹ ਰਿਪੋਰਟ ਵੀ ਅਸੀਂ ਦੇਖ ਲੈਂਦੇ ਹਾਂ। ਗੁਲਜ਼ਾਰ ਸਿੰਘ ਰਣੀਕੇ। ਅੰਮ੍ਰਿਤਸਰ ਦੇ ਪਿੰਡ ਰਣੀਕੇ ਵਿੱਚ 14 ਜਨਵਰੀ 1958 ਨੂੰ ਜੰਮੇ ਗੁਲਜ਼ਾਰ ਸਿੰਘ ਰਣੀਕੇ, ਜਿਨ੍ਹਾਂ ਨੇ ਸਿਆਸਤ ਦੇ ਸਫ਼ਰ ਤੋਂ ਪਹਿਲਾਂ ਲੱਕੜ ਦਾ ਆਰਾ ਵੀ ਚਲਾਇਆ, ਖੇਤੀਬਾੜੀ ਕੀਤੀ ਤੇ ਫਿਰ ਪਿੰਡ ਦੀ ਸਰਪੰਚੀ ਵਿੱਚ ਆਪਣਾ ਹੱਥ ਅਜ਼ਮਾਇਆ। 1983 ਤੋਂ 1993 ਤੱਕ 2 ਵਾਰ ਸਰਪੰਚ ਰਹੇ ਰਣੀਕੇ ਨੂੰ ਸਿਆਸਤ ਦੀ ਚੁਣ ਵੱਡੇ ਭਰਾ ਦਲਬੀਰ ਸਿੰਘ ਰਣੀਕੇ ਤੋਂ ਲੱਗੀ। ਵਿਧਾਇਕ ਰਹੇ ਭਰਾ ਦੀ ਦਹਿਸ਼ਤਗਰਦੀ ਦੇ ਦੌਰ ਵਿੱਚ ਮੌਤ ਤੋਂ ਬਾਅਦ ਗੁਲਜ਼ਾਰ ਸਿੰਘ ਰਣੀਕੇ ਨੇ 1997 ਵਿੱਚ ਪਹਿਲੀ ਵਾਰ ਅਟਾਰੀ ਵਿਧਾਨ ਸਭਾ ਦੀ ਚੋਣ ਲੜੀ। ਅਕਾਲੀ ਦਲ ਦੇ ਇਸ ਵਿਧਾਇਕ ਨੇ ਸੂਬੇ ਭਰ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰ ਪਹਿਲੀ ਵਾਰ ਵਿਧਾਨ ਸਭਾ ਵਿੱਚ ਐਂਟਰੀ ਕੀਤੀ। ਇਸ ਤੋਂ ਬਾਅਦ ਜਿੱਤ ਦਾ ਸਿਲਸਿਲਾ ਅੱਜ ਤੱਕ ਨਹੀਂ ਟੁੱਟਿਆ। ਰਣੀਕੇ ਜਿੱਤ ਦਾ ਚੌਕਾ ਲਗਾ ਕੇ ਹੁਣ ਵੀ ਨੌਟ ਆਊਟ ਹੀ ਰਹੇ ਨੇ। 2002, 2007, 2012 ਵਿੱਚ ਲਗਾਤਾਰ ਜਿੱਤ ਹਾਸਲ ਕਰਨ ਵਾਲੇ ਰਣੀਕੇ ਨੂੰ ਪਹਿਲੀ ਵਾਰ 1997 ਵਿੱਚ ਖੇਤੀਬਾੜੀ ਰਾਜ ਮੰਤਰੀ ਬਣਾਇਆ ਗਿਆ। ਫਿਰ ਸਾਲ 2007 ਵਿੱਚ ਪਸ਼ੂ ਪਾਲਣ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਦੌਰਾਨ ਸਪੋਰਟਸ ਤੇ ਯੂਥ ਅਫੇਅਰਸ ਦਾ ਮਹਿਕਮਾ ਵੀ ਰਣੀਕੇ ਕੋਲ ਹੀ ਰਿਹਾ। ਇਹਨਾਂ ਸਿਆਸੀ ਜ਼ਿੰਮੇਵਾਰੀਆਂ ਦੇ ਵਿਚਾਲੇ ਵੇਟ ਲਿਫਟਿੰਗ ਕਰਨ ਦੇ ਸ਼ੌਕੀਨ ਰਹੇ ਗੁਲਜ਼ਾਰ ਸਿੰਘ ਰਣੀਕੇ ਖੁਦ ਨੂੰ ਦਲਿਤਾਂ ਦੇ ਹੈਵੀ ਵੇਟ ਆਗੂ ਵਜੋਂ ਵੀ ਅੱਗੇ ਰੱਖਣ ਵਿੱਚ ਸਫਲ ਰਹੇ। ਅਕਾਲੀ ਦਲ ਦੇ ਐਸਸੀ ਵਿੰਗ ਦੇ ਕੌਮੀ ਪ੍ਰਧਾਨ ਬਣੇ ਗੁਲਜ਼ਾਰ ਸਿੰਘ ਰਣੀਕੇ 2007 ਤੋਂ ਹੁਣ ਤੱਕ ਕੈਬਨਿਟ ਮੰਤਰੀ ਦੇ ਅਹੁਦੇ ਤੇ ਬਣੇ ਹੋਏ ਨੇ।
मौजूदा दौर विच गुलजार सिंह रणिके कोल पशु पालन, मच्छी पालन, डेयरी विकास अते अनुसूचित जातियां ते पछड़ी श्रेणियां दे भलाई मंत्री दी जिम्मेवारी है। ते इस वड्डे महकमे दी जिम्मेवारी नूं ओ किवें निभारे ने दसो मंत्री जी विच खुद मंत्री जी ही दसंगे। दसो मंत्री जी, अज साडे नाल पशु पालन, मच्छी पालन, डेयरी विकास अते अनुसूचित जातियां अते पछड़ियां श्रेणियां दी भलाई मंत्री पंजाब गुलजार सिंह रणिके साडे नाल हाजिर है। रणिके साहब स्वागत है, ते बड़ा लंबा टाइम लग गया मैनूं तुहाडा जिहड़ा अहुदा पढ़दे पढ़दे। ते मंत्री साहब, लंबे समय तो तुसीं ही मंत्री हो, संतुष्ट हो अपने महकमे के कामां काजां तों? जी, किन्ने संतुष्ट हो? मैं पूरा ही संतुष्ट, 100% हो तो वध ही। जिन्ना घट बोलदे पिओ लगदा नहीं संतुष्ट हैगे? नहीं, मैं बोलदा ही घट है पर कम ज्यादा। काम ज़्यादा करते हो। तुसी एक AIV आर्टिफिशियल इंसेमिनेशन वॉलंटियर प्रोग्राम तुसी चलाया है, वो प्रोग्राम कहते ज़्यादा सक्सेसफुल नहीं होया? नहीं, यही तो कोई गल नहीं, कितने नहीं होया, तो दस दिन ही उन्होंने मतलब पूरी पूरी मतलब फीस ना चल रहा। कितने रुपए का टीका लाया जाता उन्च? सीमेंट जरा सा मतलब पहला अं 200 का ही, बारहों जो अं मंगाने 200 का, इतने सानू खर्चे पा के 100 का पीना, 100 का लेने, 100 तो ਵੱਧ ਨਹੀਂ। ਤੁਹਾਡੇ ਵਲੰਟੀਅਰ ਹੈਗੇ ਆ ਕਹਿੰਦੇ ਮਹਿੰਗੇ ਭਾਅ ਵਿੱਚ ਹੀ ਆਉਂਦੇ ਆ, ਟੀਕੇ ਲਾਈ ਜਾਂਦੇ ਆ, ਨਾ ਉਹਨਾਂ ਨੂੰ ਟ੍ਰੇਨਿੰਗ ਹੈਗੀ ਆ ਕੋਈ, ਟ੍ਰੇਨਿੰਗ ਨਾਮ ਦੀ ਹੈ? ਹਾਂ, ਇਹੀ ਰਹੀਆਂ ਹੀ ਸ਼ਿਕਾਇਤਾਂ। ਪਰ ਇੱਕ ਤਾਂ ਐਕਟ ਬਣਾਤਾ ਅਸੈਂਬਲੀ 'ਚ, ਵੀ ਉਹ ਜਿਹੜੇ ਬਾਹਰੋਂ ਵੀ ਬਣਾਉਂਦੇ ਸੀ, ਕੋਈ ਨਕਲੀ ਸੀ ਬਣਾਉਂਦਾ ਸੀ, ਜਾਂ ਕਿ ਇੱਧਰੋਂ ਉੱਧਰੋਂ ਵੀ ਲਾਉਂਦੇ ਸੀ ਜਿਹੜੇ ਅਨਅਥੋਰਾਈਜ ਸੀ, ਉਹ ਤਕਰੀਬਨ 1 ਲੱਖ ਦਾ ਉਹਦਾ ਸੀ ਜੁਰਮਾਨਾ ਵੀ ਰੱਖਿਆ, 1 ਸਾਲ ਦੀ ਉਹਦੀ ਕੈਦ ਰੱਖੀ ਹੈ। ਉਹ ਸੀਮਨ ਐਕਟ ਥੱਲੇ ਇਹੀ ਉਹ ਮਤਲਬ ਐਕਟ ਬਣਾਤਾ ਅਸੈਂਬਲੀ 'ਚ ਆ ਗਿਆ, ਤੇ ਉਹਨੂੰ ਪੂਰੀ ਤਰ੍ਹਾਂ ਜਿੱਥੇ ਕਿਤੇ ਉਨੀ ਤੇ ਕੋਈ ਹੁੰਦੀ ਵੀ ਆ, ਉਹ ਅਸੀਂ ਪੂਰੀ ਤਰ੍ਹਾਂ 100% ਦੇ। ਨਹੀਂ, ਤੁਸੀਂ ਸੀਮਨ ਐਕਟ ਬਣਾਤਾ ਰਣੀਕੇ ਸਾਹਿਬ, ਮੇਰਾ ਸਵਾਲ ਹੈ ਕਿ ਸੀਮਨ ਐਕਟ ਬਣਾਉਣ ਦੇ ਬਾਵਜੂਦ ਜਿਹੜੇ ਤੁਹਾਡੇ ਵਲੰਟੀਅਰ ਹੈਗੇ ਆ, ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਹੈ ਕਿ ਜਿੱਥੇ ਜੀ ਕਰਦੇ ਟੀਕੇ ਲਾਈ ਜਾਂਦੇ ਉਹਦੇ ਨਾਲ ਜਿਹੜੀ ਸਾਡੀ ਨਸਲਾਂ ਦੇ ਵਿੱਚ ਕਮੀ ਪੇਸ਼ੀ ਆ ਰਹੀ ਹੈ? ਨਹੀਂ, ਇਹੋ ਤਾਂ ਕੋਈ ਗੱਲ ਨਹੀਂ, ਟ੍ਰੇਨਿੰਗ ਤੋਂ ਬਗੈਰ ਤਾਂ ਅਸੀਂ ਦਿੰਦੇ ਨਹੀਂ, ਇਜਾਜ਼ਤ ਨਹੀਂ ਦਿੰਦੇ, ਸਾਡੇ ਇੰਸਪੈਕਟਰ ਨੇ ਜਾਂ ਸਾਡੇ AI ਨੇ ਜਿਹੜੇ ਟ੍ਰੇਨਿੰਗ ਲੈ ਕੇ 3-3 ਮਹੀਨੇ ਦੇ, ਅਸੀਂ ਆਪਣੇ ਮਹਿਕਮੇ ਨੂੰ ਤਾਂ ਉਹਨਾਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦਿੱਤੀ, ਉਹ ਹੀ ਜਾਂਦੇ ਨੇ, ਹੋਰ ਤਾਂ ਵੀ ਬਾਹਰਲਾ ਬੰਦਾ ਤਾਂ ਕੋਈ ਨਹੀਂ ਜਾਂਦਾ। ਨਹੀਂ, ਇਹ ਕਿਹਾ ਜਾ ਰਿਹਾ ਕਿ ਗੈਰ ਤਜਰਬੇ ਕਰਕੇ ਪਸ਼ੂ ਆ ਜਿਹੜੇ ਗਰਭਧਾਰਨ ਨਹੀਂ ਕਰ ਪਾ ਰਹੇ, ਉਸ ਤੋਂ ਬਾਅਦ ਇੱਕ ਵਾਰੀ ਉਹ ਟੀਕਾ ਲਾਉਂਦੇ ਆ ਉਦੋਂ ਨਸਲ ਜਿਹੜੀ ਵੱਧਦੀ ਹੈਗੀ ਆ, ਅਤੇ ਉਸ ਤੋਂ ਬਾਅਦ ਅੱਗੇ ਕੁਛ ਵੱਧਦਾ ਹੀ ਨਹੀਂ ਹੈਗਾ, ਸਾਡੀ ਗਰੋਥ ਘੱਟਦੀ ਜਾ ਰਹੀ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਸਾਡੇ ਡਾਇਰੈਕਟਰ ਜਿਹੜੇ ਨੇ ਉਹ ਵੀ ਆ, ਇੰਸਪੈਕਟਰ ਨੇ ਜਿਹੜੇ ਪਹਿਲਾਂ ਜਿਹਨਾਂ ਨੂੰ ਆਪਾਂ ਫਾਰਮੇਸਿਸਟ ਕਹਿੰਦੇ ਸੀ ਜੀ, ਉਹ ਤੋਂ ਬਾਅਦ ਅਸੀਂ 3-3 ਮਹੀਨੇ ਦੀ 4-4 ਮਹੀਨੇ ਦੀ ਟ੍ਰੇਨਿੰਗ ਦੇ ਕੇ ਪਟਿਆਲਾ ਆਪਣੇ ਸੈਂਟਰ 'ਚ ਜੀ, ਉਹਨਾਂ ਨੂੰ ਅਸੀਂ ਤੋਰਿਆ, ਪਰ ਉਹ ਵੀ ਨਾਲ ਕੰਸਲਟ ਲੈਂਦੇ ਆ ਡਾਕਟਰ ਦੀ, ਨਾਲ ਮਤਲਬ ਇੰਸਪੈਕਟਰ ਦੀ, ਫਿਰ ਲਾਉਂਦੇ ਆ। ਐਵੇਂ ਨਹੀਂ ਵੀ ਆਪਣੇ ਆਪ ਉਸ ਤਰ੍ਹਾਂ ਹੀ ਲਾਈ ਜਾਣਗੇ, ਜਿਹਨੂੰ ਲੋੜ ਨਹੀਂ, ਜਾਂ ਜਿਸ ਤਰ੍ਹਾਂ ਕੋਈ ਉਹਦਾ ਮਤਲਬ ਟਾਈਮ ਆ ਮਤਲਬ ਪਸ਼ੂ ਦਾ ਜਿਹਨੂੰ ਲਾਉਣਾ, ਉਹ ਹਿਸਾਬ ਨਾਲ ਕਿਹੋ ਜਿਹੀ ਕੋਈ ਗੱਲ ਨਹੀਂ, ਵੀ ਜਿਹੜੀ ਜਿਹਨਾਂ ਨੂੰ ਟ੍ਰੇਨਿੰਗ ਨਹੀਂ ਹੈ ਉਹਨਾਂ ਨੂੰ ਅਸੀਂ ਟੀਕੇ ਦੇ ਦਈਏ, ਸਿਖਾਲੀ ਨਹੀਂ ਪੈਣਾ ਹੁੰਦਾ। ਕੀ ਕੁਆਲੀਫਿਕੇਸ਼ਨ ਚਾਹੀਦੀ ਹੈ AIV ਬਣ ਲਈ? ਜਿਹੜੇ ਸਾਡੇ ਇੰਸਪੈਕਟਰ ਉਹ ਵੀ ਪਲੱਸ 2 ਆ, ਜਿਹਨਾਂ ਨੂੰ ਅਸੀਂ 4 ਮਹੀਨੇ ਤੋਂ 6 ਮਹੀਨੇ ਦਿੱਤੇ ਆ, ਉਹ ਵੀ ਪਲੱਸ 2 ਆ ਜਾਂ ਮੈਟ੍ਰਿਕ ਦੇ, ਜਿਹੜੇ ਜਿਹੜੇ 6 ਮਹੀਨੇ ਵਾਲੇ ਆ, ਅਤੇ ਜਿਹੜੇ ਸਾਡੇ ਜਿਹੜੇ ਇੰਸਪੈਕਟਰ ਨੇ ਉਹਨਾਂ ਦੀ ਪਲੱਸ 2 ਮੈਡੀਕਲ ਜਿਹਨਾਂ ਕੀਤਾ, ਸਾਇੰਸ ਕੀਤੀ ਉਹਨਾਂ ਦੇ ਨਾਲ। ਮੈਂ ਜਨਤਾ ਦੀ ਵਿਚਾਰੀ ਜ਼ਰੂਰ ਜਾਣਨਾ ਚਾਹੂੰਗਾ, AIV ਬਾਰੇ ਕੋਈ ਜਾਣਕਾਰੀ ਦੇਣਾ ਚਾਹੂੰਗਾ? ਮੈਂ ਆ ਰਿਹਾ ਜੀ, AIV ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਠੀਕ ਚੱਲ ਰਹੀ ਹੈ ਸਕੀਮ ਕਿ ਨਹੀਂ? AI ਬਾਰੇ ਕੁਛ ਖੇਤਰਾਂ 'ਚ ਤਾਂ ਜੀ ਅੱਛੀ ਚੱਲ ਰਹੀ ਹੈ, ਕੁਛ ਖੇਤਰਾਂ ਵਿੱਚ ਇਹ ਨਹੀਂ ਕਰ ਪਾ ਰਹੀ। ਇਸਦਾ ਕਾਰਨ ਹੈ, AI ਦਾ ਮੇਨ ਮੁੱਦਾ ਹੁੰਦਾ ਵੀ ਇਹ ਹਰੇਕ ਗਊ ਪਾਲਕ ਦੇ ਗਊ ਦਾ ਦੁੱਧ ਵਧਾਵੇ ਅਗਲੀ ਨਸਲ 'ਚ, ਬਟ ਕਿਆ ਹੁੰਦਾ, ਅਸੀਂ ਜਿਵੇਂ ਦੇਸੀ ਗਊ ਪਾਲਦੇ ਹਾਂ, ਸਾਨੂੰ AI ਵੱਲੋਂ ਸਿਲੰਡਰ ਵਿੱਚ ਵਿਦੇਸ਼ੀ ਸੀਮਨ ਦਿੱਤੇ ਜਾਂਦੇ ਹਨ, ਜਦਕਿ ਕ੍ਰੋਸ ਬਰੀਡ ਹੈ, ਕ੍ਰੋਸ ਬਰੀਡ ਨਾਲ ਸਾਡੀ ਗਊ ਦਾ ਜਿਹੜਾ ਅਗਲਾ ਬੱਚਾ ਆਉਂਦਾ ਜਾਂ ਵੱਛੀ ਆਉਂਦੀ ਹੈ, ਉਸਦਾ ਦੁੱਧ ਘੱਟਦਾ ਹੈ। ਮੈਂ ਉਹੀ ਕਹਿ ਰਿਹਾ ਸੀ ਮੰਤਰੀ ਸਾਹਿਬ, ਨਸਲਾਂ ਖਰਾਬ ਹੋ ਰਹੀਆਂ, ਨਸਲਾਂ ਖਰਾਬ ਹੋ ਰਹੀਆਂ। ਅਸੀਂ ਜਦੋਂ ਉਹਨਾਂ ਨੂੰ ਅਰਜ਼ ਕਰਦੇ ਹਾਂ ਵੀ ਸਾਨੂੰ ਪੰਜਾਬੀ ਨਸਲ ਦਾ ਮਤਲਬ ਦੇਸੀ ਸਾਹੀਵਾਲ ਨਸਲ ਦਾ ਸੀਮਨ ਦਿੱਤਾ ਜਾਵੇ, ਤਾਂ ਸਾਨੂੰ AI ਜਾਂ ਵੈਟਰਨਰੀ ਕਹਿੰਦੇ ਵੀ ਤੁਸੀਂ ਡਿਮਾਂਡ ਕਰੋ, ਜਦਕਿ ਦੇਸੀ ਨਸਲਾਂ ਨੂੰ ਵਧਾਉਣ ਲਈ ਉਹਨਾਂ ਨੂੰ ਕੰਪਲਸਰੀ ਹੋਣਾ ਚਾਹੀਦਾ ਵੀ ਉਹਨਾਂ ਦੇ ਸਿਲੰਡਰ ਵਿੱਚ ਕੰਪਲਸਰੀ ਦੇਸੀ ਸਾਹੀਵਾਲ ਦਾ ਸੀਮਨ ਹੋਣਾ ਜ਼ਰੂਰੀ ਹੈ। ਨਹੀਂ, ਠੀਕ ਹੈ ਮੰਤਰੀ ਸਾਹਿਬ, ਮੈਂ ਇਹੀ ਗੱਲ ਕਹਿ ਰਿਹਾ ਸੀ, ਨਸਲਾਂ ਖਰਾਬ ਹੋ ਰਹੀਆਂ, ਤੁਸੀਂ ਕਹਿ ਰਹੇ ਹੋ ਕਿ ਨਹੀਂ ਹੋ ਰਹੀਆਂ? ਜਿਹੜੀ ਗੱਲ ਕਰ ਰਹੇ ਨੇ, ਮੈਂ ਉਹਨਾਂ ਦੱਸਣਾ ਚਾਹੁੰਦਾ, ਸਾਡੇ ਗੋਕਲ ਮਿਸ਼ਨ ਇਹ ਹੁਣੇ ਨਵਾਂ ਫਾਰਮ ਇੱਕ ਸ਼ੁਰੂ ਕੀਤਾ ਇੱਥੇ ਖੁੱਲਾ ਮਾਜਰਾ ਜੀ, ਬਹੁਤ ਵੱਡਾ ਫਾਰਮ, ਉੱਥੇ ਕਰੀਬ 20 ਕਰੋੜ ਦਾ ਪ੍ਰੋਜੈਕਟ ਆ, ਉੱਥੇ ਇਹ ਜਿਹੜੀਆਂ ਕਹਿ ਰਹੇ ਨੇ ਕਿ ਸਾਡੀ ਜਿਹੜੀ ਦੇਸੀ ਗਾਂ ਉਹਦਾ ਉਸੇ ਦਾ ਮਤਲਬ ਸ਼ੁਰੂ ਹੋ ਜਾਵੇ, ਉਹ ਅਸੀਂ ਇਸੇ ਕਰਕੇ ਉੱਥੇ ਸ਼ੁਰੂ ਕੀਤਾ। ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤੇ, ਉਹ ਫਾਰਮ ਬਹੁਤ ਵੱਡਾ ਬਣਾ ਰਹੇ ਕਿ ਉੱਥੇ ਦੇਸੀ ਗਾਵਾਂ ਅਤੇ ਸਾਹੀਵਾਲ ਗਾਵਾਂ ਜਿਹੜੀਆਂ ਆਪਣੀ ਨਸਲ ਦੀਆਂ ਗਾਵਾਂ ਜਿਹੜੀਆਂ ਉਹ ਹੀ ਤਿਆਰ ਕਰ ਰਹੇ, ਜਿਹੜੀ ਜਿਹੜੀ ਡਿਮਾਂਡ ਦੇ ਮੁਤਾਬਕ ਇਹੀ ਫਾਰਮ ਬਣਾਉਣ ਲੱਗੇ। ਪਹਿਲਾਂ ਡਿਮਾਂਡ ਨਹੀਂ ਸੀ, ਪਹਿਲਾਂ ਲੋਕ ਦੂਜੇ ਪਾਸੇ ਨੂੰ ਜ਼ਿਆਦਾ ਸੀ ਵੀ ਸਾਡੇ ਦੁੱਧ ਦੀ ਪ੍ਰੈਸ਼ਰ ਜਿਹੜੀ ਵਧੇ, ਹੋਰ ਚੀਜ਼ਾਂ ਵਧਣ, ਪਰ ਇਸ ਚੀਜ਼ ਨੂੰ ਮੁੱਖ ਰੱਖ ਕੇ ਹੁਣ ਲੋਕ ਇਸ ਪਾਸੇ ਨੂੰ ਆਪਣੀ ਨਸਲ ਵਾਲੇ ਪਾਸੇ ਨੂੰ ਵੀ ਧਿਆਨ ਦੇਣ ਲੱਗੇ ਨੇ। ਤੁਸੀਂ ਡਾਕਟਰ ਸਾਹਿਬ ਹੋ ਮਹਿਕਮੇ ਦੇ, ਜਿਹੜੀ ਸਕੀਮ ਹੈ ਮੰਤਰੀ ਸਾਹਿਬ ਕਹਿ ਰਹੇ ਵਧੀਆ ਚੱਲਦੀ ਪਈ ਹੈ, ਕੀ ਹੈ ਤੁਸੀਂ ਕਹੋਗੇ ਵਧੀਆ ਚੱਲਦੀ ਪਈ ਹੈ? ਅਸਲੀ ਚਾਹੀਦੀ ਹੈ ਅਸਲੀ, ਕਿਉਂਕਿ ਜਿਹੜੀ ਸੀਮਨ ਦੀ ਜਿਹੜੀ ਅਸੀਂ ਜਿਹੜੀ ਸਪਲਾਈ ਕਰਦੇ ਹਾਂ, ਉਹ ਜਿਹੜੇ ਸਾਡੇ ਪਸ਼ੂ ਪਾਲਕ ਵੀਰ ਜਿਹੜੇ ਨੇ ਉਹਨਾਂ ਦੀ ਮੰਗ ਅਨੁਸਾਰ ਜਿਹੜੀ ਕੀਤੀ ਜਾਂਦੀ ਹੈ, ਕਿਉਂਕਿ ਪਿਛਲੇ ਤਕਰੀਬਨ 20-25 ਸਾਲਾਂ ਦੇ ਵਿੱਚ ਜਿਹੜੀ ਹੈਗੀ
ਕ੍ਰੋਸ ਬਰੀਡਿੰਗ ਦੇ ਉੱਤੇ ਜਿਹੜੀਆਂ ਵਿਦੇਸੀ ਨਸਲ ਦੀਆਂ ਜਿਹੜੀਆਂ ਗਾਵਾਂ ਸੀ ਉਹਨਾਂ ਨਾਲ ਕ੍ਰੋਸ ਕਰਕੇ ਨਸਲ ਸੁਧਾਰ ਦਾ ਕੰਮ ਜਿਹੜਾ ਹੈਗਾ ਵੱਡੇ ਪੱਧਰ 'ਤੇ ਚੱਲ ਰਿਹਾ ਸੀ ਅਤੇ ਆਮ ਜਿਹੜੇ ਪਸ਼ੂ ਪਾਲਕ ਸੀ ਉਹਨਾਂ ਦੇ ਵਿੱਚ ਹੀ ਇਹੋ ਹੀ ਧਾਰਨਾ ਸੀ ਕਿ ਸਾਨੂੰ ਜਿਹੜੀ ਹੈਗੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਜਿਹੜੀਆਂ ਵਿਦੇਸ਼ੀ ਨਸਲਾਂ ਨੇ ਉਹਨਾਂ ਦੇ ਟੀਕੇ ਵਧੀਆ ਤੋਂ ਵਧੀਆ ਉਪਲਬਧ ਕਰਾ ਜਾਣੇ ਤਾਂ ਕਰਕੇ ਉਹਦੇ ਅਨੁਸਾਰ ਕੀਤੇ ਜਾਂਦੇ ਸੀ। ਪਰ ਹੁਣ ਕੁਛ ਪਿਛਲੇ ਇੱਕ ਦੋ ਸਾਲ ਤੋਂ ਜਿਹੜੀ ਹੈਗੀ ਪਸ਼ੂ ਪਾਲਕਾਂ ਦੇ ਵਿੱਚ ਇਹ ਵੀ ਧਾਰਨਾ ਚੱਲੀ ਹੈ ਕਿ ਸਾਨੂੰ ਜਿਹੜੀ ਹੈਗੀ ਦੇਸੀ ਨਸਲਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਅੱਗੇ ਜਿਹੜਾ ਹੈਗਾ ਵਿਕਸਿਤ ਕਰਨ ਦੇ ਲਈ ਉਹਦੀ ਡਿਮਾਂਡ ਜਿਹੜੀ ਲਿਕੁਇਫਾਈਡ ਨਾਈਟ੍ਰੋਜਨ ਗੈਸ ਦੀ ਜ਼ਰੂਰਤ ਹੁੰਦੀ ਹੈ। ਨਹੀਂ ਉਹ ਤਾਂ ਚਾਹੇ ਕਿ ਜਿਹੜਾ ਅਸੀਂ ਜਿਹੜਾ ਸੀਮਨ ਜਿਹੜਾ ਹੈ ਫਰੋਜ਼ਨ ਸ਼ੇਪ ਦੇ ਵਿੱਚ ਹੁੰਦਾ ਹੈ ਉਹਨੂੰ ਜਿਹੜਾ ਬਾਹਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਜਿਹੜਾ ਲਿਕੁਇਡ ਨਾਈਟ੍ਰੋਜਨ ਕੰਟੇਨਰ ਦੇ ਵਿੱਚ ਹੁੰਦੀ ਹੈ ਜਿਹਦਾ ਟੈਂਪਰੇਚਰ ਜਿਹੜਾ ਹੈਗਾ ਮਾਈਨਸ ਸਾਡੇ ਕੋਲ ਉਹਦੀ ਵੀ ਕਮੀ ਹੈਗੀ ਹੈ। ਨਹੀਂ ਉਹਦੀ ਸਾਡੇ ਕੋਈ ਕਮੀ ਨਹੀਂ ਜੀ ਕਿਉਂਕਿ ਕਿਉਂਕਿ ਸਾਰੇ ਸਾਡੇ ਜਿੰਨੇ ਪਸ਼ੂ ਹਸਪਤਾਲਾਂ ਨੇ ਹਸਪਤਾਲ ਸਾਡੇ ਤਕਰੀਬਨ ਜੇ 2800 ਪਸ਼ੂ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ ਨੇ। ਉਸ ਤੋਂ ਇਲਾਵਾ ਜਿਹੜੇ ਸਾਡੇ 600 ਜਿਹੜੇ ਨੇ ਅਸੀਂ ਟ੍ਰੇਨਡ AI ਵਰਕਰ ਵੀ ਟ੍ਰੇਨਡ ਕੀਤੇ ਨੇ ਸਾਰਿਆਂ ਦੇ ਕੋਲ ਲਿਕੁਇਡ ਨਾਈਟ੍ਰੋਜਨ ਦੇ ਕੰਟੇਨਰ ਨੇ। ਤੁਸੀਂ ਕਹਿ ਰਹੇ ਉਪਲਬਧ ਹੈ ਕਿ ਹੈ ਪਰ ਵੈਟਰਨਰੀ ਡਾਕਟਰਾਂ ਦੀ ਕਮੀ ਹੈਗੀ ਸਾਡੇ ਕੋਲ। ਵੈਟਰਨਰੀ ਡਾਕਟਰਾਂ ਦੀ ਸਾਡੇ ਕੋਲ ਕਮੀ ਜਿਹੜੀ ਹੁਣ ਆ ਨਵੀਂ ਅਸੀਂ ਭਰਤੀ ਕਰ ਰਹੇ ਹਾਂ ਉਹ 'ਚ 1800 ਦੇ ਲਗਭਗ ਸਾਨੂੰ ਪ੍ਰਵਾਨਗੀ ਮਿਲ ਗਈ ਕਰੀਬ 20% ਅਸੀਂ ਉਹ ਪੂਰੀ ਕਰ ਲੈਣੀ। ਨਵੀਂ ਭਰਤੀ ਅਸਲ 9 ਸਾਲ ਬਾਅਦ ਕਿਉਂ ਜ਼ਿਆਦਾ ਇਰਾਨੀ ਕੇ ਸਾਹਿਬ? ਨਾ ਪਹਿਲਾਂ ਵੀ ਚੱਲਦੀ ਸਾਡੀ ਸਾਨੂੰ 400-500 ਡਾਕਟਰ ਅਸੀਂ ਥੋੜ੍ਹਾ ਚਿਰ ਪਹਿਲਾਂ ਰੱਖਿਆ ਇਹ 'ਚ ਨਹੀਂ ਸਾਡਾ ਇੰਸਪੈਕਟਰ ਅਸੀਂ ਘੱਟ ਤੋਂ ਘੱਟ 200 ਰੱਖਿਆ ਇਹ ਤੋਂ ਪਹਿਲਾਂ ਸਾਡੇ ਕੋਲ ਜੋ ਦਫ਼ਤਰਾਂ ਦੇ ਕਲਰਕ ਆਏ ਫਿਰ ਜਦੋਂ ਆ ਡਿਮਾਂਡ ਜਿਹੜੀ ਹੁਣ ਇਹ 'ਚ ਆਈ ਇਹ 'ਚ ਫਿਰ ਟੋਟਲ ਡਿਮਾਂਡ ਸਾਡੇ ਕੋਲ ਬੱਗੀ ਉਹਨਾਂ ਦੇ ਸਾਡੇ ਤਿੰਨਾਂ ਮਹਿਕਮਿਆਂ ਦੀ ਡੇਅਰੀ ਫਿਸ਼ਰੀ ਅਤੇ ਪਸ਼ੂ ਪਾਲਣ ਵਿਭਾਗ ਦੀ ਕਰੀਬ ਸਾਨੂੰ 1500 ਦੀ ਕੁਝ ਦੀ ਉਹ ਪ੍ਰਵਾਨਗੀ ਮਿਲ ਗਈ ਹੈ। ਡਾਕਟਰ ਸਾਹਿਬ ਤੁਸੀਂ ਮੰਨ ਰਹੇ ਹੋ ਨਾ ਇਨਫਰਟੀਲਿਟੀ ਦੀ ਬਾਜਪੰਥੀ ਪ੍ਰੋਬਲਮ ਹੈਗੀ ਹੈ? ਹਾਂਜੀ ਮੈਂ ਇਹ 'ਚ ਦੱਸਣਾ ਚਾਹਾਂਗਾ ਕਿ ਪਸ਼ੂ ਪਾਲਣ ਵਿਭਾਗ ਦੀਆਂ 2850 ਪਸ਼ੂ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਸ ਤੋਂ ਇਲਾਵਾ ਅਸੀਂ ਇਹ ਇਹਦਾ ਕੰਮ ਮੇਰਾ ਸਵਾਲ ਹੈ ਬਾਜਪਾ ਦੀ ਪ੍ਰੋਬਲਮ ਹੈਗੀ ਕਿ ਨਹੀਂ ਹੈਗੀ? ਹਾਂਜੀ ਮੈਂ ਮੰਨਦਾ ਕਿ ਜਿਹੜੀ ਹੈਗੀ ਚਲੋ ਠੀਕ ਹੈ ਬਾਜਪਾ ਦੀ ਪ੍ਰੋਬਲਮ ਹੈ ਕੀ ਹੈ ਮੰਤਰੀ ਸਾਹਿਬ? ਬਾਜਪਾ ਦੀ ਪ੍ਰੋਬਲਮ ਹੈ ਕੀ ਇਸੇ ਕਰਕੇ ਅਵਾਰਾ ਪਸ਼ੂ ਹੈ ਜਿਹੜੇ ਸੜਕਾਂ 'ਤੇ ਘੁੰਮ ਰਹੇ ਆ? ਅਵਾਰਾ ਪਸ਼ੂ ਜਿਹੜੇ ਸੜਕਾਂ 'ਤੇ ਘੁੰਮ ਰਹੇ ਨੇ ਉਹਨਾਂ ਵਾਸਤੇ ਅਸੀਂ ਸਰਕਾਰੀ ਤੌਰ 'ਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਗਊਸ਼ਾਲਾ ਜਿਹੜੀ ਉਹ ਬਣਾਈ ਤਕਰੀਬਨ 20 ਏਕੜ ਤੋਂ ਲੈ ਕੇ 25 ਏਕੜ ਤੱਕ। ਰਾਣੀ ਕੇ ਸਾਹਿਬ ਗਊਸ਼ਾਲਾ ਦੇ ਵਿੱਚ ਮੈਂ ਬਾਅਦ ਵਿੱਚ ਆਊਂਗਾ, ਗਊਸ਼ਾਲਾ ਤੁਸੀਂ ਬਣਾ ਰਹੇ ਹੋ, ਪਹਿਲਾਂ ਮੈਂ ਇਹ ਸਵਾਲ ਕਰ ਰਿਹਾ ਕਿ ਅਵਾਰਾ ਪਸ਼ੂ ਸੜਕਾਂ 'ਤੇ ਆ ਕਿਉਂ ਰਹੇ ਹੈ? ਉਹਨਾਂ 'ਚ AI ਸਭ ਤੋਂ ਵੱਡੀ ਜ਼ਿੰਮੇਵਾਰ ਹੈ। ਅਵਾਰਾ ਪਸ਼ੂ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਹਾਂ ਕਿ ਜਿਹੜੇ ਛੱਡ ਰਹੇ ਆ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕੀਤੀਆਂ ਵੀ ਨਾ ਛੱਡਣਾ ਕਿਉਂਕਿ ਗਾਂ ਦਾ ਦੁੱਧ ਉਹ ਚੋਂਦੇ ਨੇ ਅਤੇ ਚੋਚ ਆ ਕੇ ਮੁੜ ਕੇ ਉਹ ਬਾਹਰ ਨੂੰ ਛੱਡ ਜਾਂਦੇ ਜਦੋਂ ਬਲੋ ਦੇ ਥੱਲੇ ਦੁੱਧ ਨਹੀਂ ਰਹਿ ਜਾਂਦਾ। ਇਸ ਕਰਕੇ ਦੁੱਧ ਵੀ ਘੱਟ ਆਊਗਾ, ਗਰਭਧਾਰਨ ਨਹੀਂ ਹੋਊਗਾ, ਬਾਜਪਾ ਦੀ ਪ੍ਰੋਬਲਮ ਹੋਊਗੀ ਤੇ ਲੋਕ ਅਵਾਰਾ ਪਸ਼ੂ ਛੱਡਣਗੇ। ਠੀਕ ਹੈ, ਉਹਨਾਂ ਦੀ ਗਲਤੀ ਹੈਗੀ ਹੈ ਪਰ ਕਸੂਰ ਸਭ ਤੋਂ ਪਹਿਲਾਂ ਸਾਡਾ ਵੀ ਹੈ। ਨਹੀਂ ਨਹੀਂ ਕਸੂਰ ਮਤਲਬ ਇੰਨਾ ਨਹੀਂ ਜਿੰਨਾ ਆਪਾਂ ਕਹੀ ਜਾਂਦੇ ਵੀ ਸਾਡਾ ਕਸੂਰ ਇਹਨਾਂ ਹੋਊਗਾ। ਠੀਕ ਹੈ, ਤਾਂ ਇੰਨਾ ਤਾਂ ਨਹੀਂ ਵੀ ਮਤਲਬ ਸਾਰੇ ਪਸ਼ੂ ਜਿਹੜੇ ਅਵਾਰਾ ਪਸ਼ੂ ਸਾਰੇ ਦੁੱਧ ਤੋਂ ਛੱਡ ਰਹੇ ਨੇ, ਇਹ ਵੀ ਨਹੀਂ ਹੈਗਾ ਵੀ ਉਹ ਸਾਰੇ ਜਿੰਨੇ ਪਸ਼ੂ ਜਿਸ ਤਰ੍ਹਾਂ ਸਾਂਡ ਨੇ ਉਹਦੇ ਵਿੱਚ ਜਾਂ ਹੋਰ ਸਾਰੇ ਨੇ ਉਹ ਰਲੇ ਮਿਲੇ ਜਾਂ ਇਕੱਲੀ ਇਕੱਲੀ ਗਾਂ ਹੀ ਨਹੀਂ ਵੀ ਜਿਹੜੀ ਉਹ ਆਪਾਂ ਛੱਡ ਰਹੇ ਜਿਹੜੀਆਂ ਗਾਵਾਂ ਨੇ ਉਹ 'ਚ ਸਾਰੇ ਜਿਹੜੇ ਨੇ ਉਹ ਛੱਡ ਰਹੇ ਉਹ ਜਦੋਂ ਸੂਬੇ ਤੋਂ ਮਤਲਬ ਚਾਰ ਚਾਰ ਜਾਂ ਤਿੰਨ ਤਿੰਨ ਜਾਂ ਪੰਜ ਪੰਜ ਚਾਰ ਚਾਰ ਸੂਬੇ ਸਕੂਲੀ ਨਾ ਮੁੜ ਕੇ ਕਿਸੇ ਨਾਲ ਨਹੀਂ ਉਹ ਦਿੰਦੀ ਉਹ ਟੀਕੇ ਤਾਂ ਨਹੀਂ ਉਹ 'ਚ ਕਸੂਰ ਹੋ ਸਕਦਾ ਥੋੜ੍ਹਾ ਬਹੁਤਾ ਹੋਵੇ ਪਰ ਉਹ ਵੀ ਜੇ ਅਸੀਂ ਥੋੜ੍ਹਾ ਕਰਕੇ ਮੰਨਦੇ ਹੋ ਤੁਸੀਂ ਸਿੱਧਾ ਨਹੀਂ ਮੰਨਦੇ ਤੋ ਮਤਲਬ ਜੋ ਧਿਆਨ 'ਚ ਲੈਣ ਦੀ ਸਿੱਧਾ ਮੰਨੋ ਨਾ ਮੰਤਰੀ ਸਾਹਿਬ ਸਿੱਧਾ ਮੰਨੋ ਵੀ ਸਾਡਾ ਕਸੂਰ ਹੈਗਾ। ਨਹੀਂ ਨਹੀਂ ਕਮੀ ਪੈਸੀ ਜਿੱਥੇ ਹੋ ਗਈ ਅਸੀਂ ਉਹਨੂੰ ਦੂਰ ਵੀ ਕਰ ਲਾਂਗੇ ਤਾਂ ਵੀ ਸਿੱਧਾ ਨਹੀਂ ਇੰਨਾ ਨਹੀਂ ਵੀ 100 ਦਾ ਰਾਣੀ ਕੇ ਸਾਹਿਬ 200,000 ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਆ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਅਸੀਂ ਟੀਕੇ ਗਲਤ ਲਾ ਰਹੇ ਹਾਂ ਜਿਹੜੇ ਲੋਕ ਆ ਉਹਨਾਂ ਨੂੰ ਅਵਾਰਾ ਪਸ਼ੂਆਂ ਨੂੰ ਸੜਕਾਂ 'ਤੇ ਛੱਡ ਰਿਹਾ ਅਤੇ ਰੋਜ਼ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਅਵਾਰਾ ਪਸ਼ੂਆਂ ਕਰਕੇ ਜਾ ਰਹੀਆਂ ਮੰਤਰੀ ਸਾਹਿਬ? ਨਹੀਂ ਉਹ ਟੀਕਿਆਂ ਦਾ ਜਿਹੜੇ ਸਾਂਡ ਉਹਨਾਂ ਨੂੰ ਟੀਕੇ ਲੱਗਦੇ ਆ ਉਹ ਜ਼ਿਆਦਾ ਨੁਕਸਾਨ ਤਾਂ ਉਹ ਕਰ ਰਹੇ ਉਹ ਜਿਹੜੇ ਸਾਂਡ ਨੇ ਉਹ ਜ਼ਿਆਦਾ ਨੁਕਸਾਨ ਕਰ ਰਹੇ ਆ। ਗਾਵਾਂ ਦਾ ਵੀ ਆ ਅਵਾਰਾ ਪਸ਼ੂ ਦੂਜੇ ਵਿੱਚ ਹੈਗੇ ਆ ਛੋਟੇ ਛੋਟੇ ਜਿਹੜੇ ਬੱਚੇ ਨੇ ਲੋਕ ਉਹ ਵੀ ਛੱਡ ਦਿੰਦੇ ਨੇ ਨਾਲ ਉਹਦੇ ਨਾਲ ਤਾਂ ਨਹੀਂ ਸਾਰਾ ਜੇ ਮੇਰਾ ਮਤਲਬ 19 ਉਹ ਧਿਆਨ ਦੇ ਵਿੱਚ ਆ ਗਈ ਗੱਲ ਅਸੀਂ ਉਹ ਬੈਠ ਕੇ ਉਹਦਾ ਵਿਚਾਰ ਕਰ 51 ਮੰਤਰੀ ਸਾਹਿਬ ਨਹੀਂ 51 ਨਹੀਂ ਥੋੜ੍ਹਾ ਬਹੁਤ ਹੋ ਸਕਦਾ 19-51 ਵਾਲੀ ਗੱਲ ਕੋਈ ਨਹੀਂ ਇਹੋ ਜੀ ਥੋੜ੍ਹਾ ਹੋਊਗਾ ਉਹਨੂੰ ਧਿਆਨ 'ਚ ਲੈਂਦੇ ਇਹਨਾਂ ਨੇ ਉਹਨੂੰ ਅਸੀਂ ਬੈਠ ਕੇ ਤੁਰੰਤ ਡਾਕਟਰ ਸਾਹਿਬ ਸਾਡੇ ਬੈਠੇ ਨੇ ਉਹਨਾਂ ਨਾਲ ਬੈਠ ਕੇ ਸੈਕਟਰੀ ਸਾਹਿਬ ਨਾਲ ਮੀਟਿੰਗ ਕਰਕੇ ਜਿੱਥੇ ਕਿਤੇ ਕਮੀ ਪੇਸ਼ੀ ਉਹ ਵੀ ਦੂਰ ਕਰ ਲਾਂਗੇ। ਮੇਰਾ ਸਵਾਲ ਇਹ ਵੀ ਸੀਗਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੈਟਰਨਰੀ ਡਾਕਟਰਾਂ ਦੇ ਜਿਹੜੇ ਦਵਾਈਆਂ ਵਰਤੀਆਂ ਜਾ ਰਹੀਆਂ ਉਹ ਸਬ ਸਟੈਂਡਰਡ ਹੈ, ਘਟੀਆ ਕਿਸਮ ਦੀਆਂ ਦਵਾਈਆਂ ਵਰਤੀਆਂ ਜਾ ਰਹੀਆਂ? ਇਹਦਾ ਮੈਂ ਕਮੇਟੀ ਜਿਹੜੀ ਸਾਡੀ ਆ ਤਿੰਨੇ ਡਾਇਰੈਕਟਰ ਸਾਹਿਬਾਨਾਂ ਦੇ ਵਿੱਚ ਨੇ, ਤਕਨੀਕੀ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਉਹਨਾਂ ਦਾ ਵਿੱਚ ਆ, ਔਰ ਮੈਂ ਲਿਖ ਕੇ ਭੇਜਿਆ ਵੀ ਜਿਹੜੀ ਦਵਾਈਆਂ ਨੇ ਇੱਕ ਦੇ ਕੁਆਲਿਟੀ ਨਾ ਕੋਈ ਸਮਝੌਤਾ ਨਹੀਂ, ਇੱਕ ਉਹਦੀ ਐਕਸਪਾਇਰੀ ਡੇਟ ਵੀ ਘੱਟ ਤੋਂ ਘੱਟ 2 ਸਾਲ ਤੋਂ ਘੱਟ ਨਾ ਹੋਵੇ, 2 ਸਾਲ ਉਹਦਾ ਵੇਖ ਕੇ ਕਰੋ ਪਹਿਲਾਂ ਐਗਰੀਮੈਂਟ ਦੇ ਸ਼ਰਤ ਰੱਖੀ ਅਸੀਂ
ਲੋਕਲ ਮੇਡ ਦਵਾਈਆਂ ਵਰਤੀਆਂ ਜਾ ਰਹੀਆਂ ਰਣੀਕੇ ਸਾਹਿਬ, ਮੈਂ ਜੇ ਸਿੱਧੇ ਸ਼ਬਦਾਂ ਵਿੱਚ ਕਹਾਂ ਤਾਂ ਮਾਝਾ ਦੁਆਬ ਮੇਡ ਦਵਾਈਆਂ ਵਰਤੀਆਂ ਜਾ ਰਹੀਆਂ ਜਿਹੜੀਆਂ ਹੁਣ ਸਾਡੇ ਉਹ ਸਿਸਟਮ ਦੀਆਂ ਸ਼ਰਤਾਂ ਪੂਰੀਆਂ ਕਰਦਾ, ਉਹ ਟੈਂਡਰ ਕੋਈ ਵੀ ਪਾਉਂਦਾ, ਟੈਂਡਰ ਕਈ ਵੀ ਪਾ ਸਕਦਾ ਕੰਪਨੀਆਂ, ਜੇ ਉਹਦੀ ਪਰੂਫ ਹੋਏਗੀ ਤਾਂ ਫਿਰ ਹੀ ਦਵਾਈਆਂ ਲਈ, ਉਹ ਤਰ੍ਹਾਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹੋ ਜਿਹੀ, ਕਿਉਂਕਿ ਉਸ ਦਵਾਈਆਂ ਨਾਲ ਅਸੀਂ ਕਦੇ ਵੀ ਨਹੀਂ ਸਮਝੌਤਾ ਕਰ ਸਕਦੇ, ਨਾ ਕਰਨਾ ਦਵਾਈਆਂ ਨਾਲ, ਤੁਸੀਂ ਸਮਝੌਤਾ ਨਹੀਂ ਕਰ ਸਕਦੇ, ਮਾੜੀ ਦਵਾਈ ਨਾਲ ਨਹੀਂ ਕਰ ਸਕਦੇ। ਅਤੇ ਪਸ਼ੂ ਭਲਾ ਦੀ ਜਾਨ ਤੋਂ ਹੱਥ ਧੋਈ ਜਾਣ, ਸਾਡੀ ਜਿਹੜੀ ਆ ਉਹਨਾਂ ਦੀ ਨਸਲ ਆ ਖਰਾਬ ਹੋਈ ਜਾਵੇ, ਉਹਦੇ ਨਾਲ ਸਮਝੌਤਾ ਕਰ ਸਕਦੇ ਹਾਂ? ਨਹੀਂ, ਉਹਨਾਂ ਨੂੰ ਨਹੀਂ ਕਰ ਸਕਦੇ। ਚਲੋ ਠੀਕ ਹੈ, ਮੰਤਰੀ ਸਾਹਿਬ ਕਹਿ ਰਹੇ ਅਸੀਂ ਸਮਝੌਤਾ ਨਹੀਂ ਕਰ ਰਹੇ, ਸਮਝੌਤਾ ਅਸੀਂ ਕਰਨ ਵੀ ਨਹੀਂ ਦੇਵਾਂਗੇ, ਅਸੀਂ ਸਵਾਲ ਲਗਾਤਾਰ ਪੁੱਛਾਂਗੇ। ਦੱਸੋ ਮੰਤਰੀ 'ਚ ਗੁਲਜ਼ਾਰ ਸਿੰਘ ਰਣੀਕੇ ਸਾਡੇ ਕੋਲ ਹੈਗੇ ਆ ਇਸ ਵਕਤ, ਅਤੇ ਰਣੀਕੇ ਸਾਹਿਬ ਤੋਂ ਅਸੀਂ ਕਈ ਸਵਾਲ ਕਰ ਲਏ ਹੈਗੇ, ਕਈ ਸਵਾਲ ਬਾਕੀ ਹੈਗੇ ਆ, ਅਤੇ ਉਹ ਬਾਕੀ ਸਵਾਲ ਲੈ ਕੇ ਮੈਂ ਜਲਦ ਵਾਪਸ ਆ ਰਿਹਾ। ਦੱਸੋ ਮੰਤਰੀ, ਬ੍ਰੇਕ ਤੋਂ ਤੁਹਾਡਾ ਸਵਾਗਤ ਹੈ। ਗੁਲਜ਼ਾਰ ਸਿੰਘ ਰਣੀਕੇ ਸਾਡੇ ਨਾਲ ਮੌਜੂਦ ਹੈ ਕਿ ਅਸੀਂ ਇਹਨਾਂ ਤੋਂ ਕਈ ਸਵਾਲ ਕਰ ਲਏ ਹੈਗੇ ਆ। ਰਣੀਕੇ ਸਾਹਿਬ, ਇੱਕ ਸਵਾਲ ਮੇਰਾ ਹੋਰ ਵੀ ਹੈਗਾ, ਜਦੋਂ ਅਸੀਂ ਪੋਲਟਰੀ ਫਾਰਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੰਜਾਬ ਦੇ ਵਿੱਚ ਸੜਕਾਂ 'ਤੇ ਜਾਂਦੇ ਹੁੰਦੇ ਸੀ, ਸਾਨੂੰ ਜਗ੍ਹਾ ਜਗ੍ਹਾ 'ਤੇ ਪੋਲਟਰੀ ਫਾਰਮ ਦਿਖਦੇ ਹੁੰਦੇ ਸੀਗੇ, ਉਹ ਸਾਰੀ ਪੋਲਟਰੀ ਫਾਰਮ ਖਤਮ ਹੋ ਰਹੇ ਆ? ਖਤਮ ਨਹੀਂ ਹੋ ਰਹੇ, ਕਈ ਸ਼ਹਿਰਾਂ 'ਚੋਂ ਬਾਹਰ ਵੀ ਗਏ ਨੇ, ਕੁਝ ਘਟੇ ਵੀ ਨੇ, ਅਤੇ ਉਹ ਮੈਂ ਸਮਝਦਾ ਕਿ ਜਿਹੜੀਆਂ ਸ਼ਹਿਰਾਂ 'ਚ ਥੋੜ੍ਹੀ ਪ੍ਰੋਬਲਮ ਸੀ, ਉਹ ਬਾਹਰ ਜਾ ਰਹੇ ਨੇ ਪੋਲਟਰੀ ਫਾਰਮ 'ਤੇ, ਕੋਈ ਇਹ ਜਿਹੇ ਵੀ ਉਹ ਕਿਸੇ ਕਾਰਨ ਕਰਕੇ ਘੜੇ ਆ ਜਾਂ ਇਹੋ ਜਿਹੀ ਗੱਲ ਨਹੀਂ ਗੀ, ਉਹ ਚੱਲ ਰਿਹਾ ਜਿਹੜੇ ਜਿਹੜੇ ਫਾਰਮ ਜਿੱਥੇ ਮਿਹਨਤ ਚੱਲ ਰਹੀ, ਹੁਣ ਕਈ ਗੱਲਾਂ ਜੇ ਘੱਟ ਰਿਹਾ, ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਰਾਹੀਂ, ਕੋਈ ਵੀ ਚੀਜ਼ ਅੱਜ ਤੁਸੀਂ ਦੁਨੀਆਂ ਦੀ ਕੋਈ ਲੈ ਲਓ, ਜਿੱਥੇ ਮਿਹਨਤ ਜਿੱਥੇ ਚੱਲਦੀ ਹੈ, ਜਿੱਥੇ ਪੂਰਾ ਲਗਨ ਦੇ ਨਾਲ ਕੋਈ ਕੰਮ ਕਰਦਾ, ਕੰਮ ਕਾਰਨ ਨਹੀਂ ਕੋਈ ਫੇਲ ਹੁੰਦਾ, ਇਕੱਲੀ ਪੋਲਟਰੀ ਫਾਰਮ ਦੀ, ਮੈਂ ਕਿਤੇ ਵੀ ਕੋਈ ਵੀ ਫੀਲਡ ਦੀ ਗੱਲ ਕਰਦਾ ਵੀ ਜਿੱਥੇ ਲਗਾਤਾਰ ਜਿੱਥੇ ਮਿਹਨਤ ਕਰਕੇ ਜਿੱਥੇ ਟ੍ਰੇਨਿੰਗ ਲੈ ਕੇ ਕੋਈ ਕੰਮ ਕਰ ਰਿਹਾ, ਉਹ ਫਾਰਮ ਜਿਹੜੇ ਉਹ ਕਾਮਯਾਬ ਹੋਏ, ਜਿੱਥੇ ਕੋਈ ਪ੍ਰੋਬਲਮ ਉੱਥੇ ਆਉਂਦੀ ਹੈ, ਜਿੱਥੇ ਕੋਈ ਮੇਰੇ ਅੱਗੇ ਟ੍ਰੇਨਿੰਗ ਨਹੀਂ ਲਈ ਹੁੰਦੀ ਜਾਂ ਕਿਹੋ ਜਿਹੀ ਗੱਲ ਨਹੀਂ ਹੁੰਦੀ, ਉੱਥੇ ਕੋਈ ਇਕਨੋਮਿਕਲੀ ਉਹਦਾ ਜ਼ਿਆਦਾ ਵੱਡਾ ਬਣਾ ਲੈਂਦੇ ਆ, ਕਈ ਨਾ ਹੁੰਦਾ ਸਾਡੇ ਵਿਭਾਗ ਵੱਲੋਂ ਤਾਂ ਕੋਈ ਕਮੀ ਨਹੀਂ, ਜਦੋਂ ਮਰਜ਼ੀ ਆਉਣਾ ਸਾਡੇ ਕੋਲ ਸਾਰੇ ਆਪਸ਼ਨ ਮੌਜੂਦ ਨੇ, ਸਾਰਾ ਬ੍ਰਾਇਲਰ ਫਾਰਮਿੰਗ ਖਤਮ ਹੋ ਰਹੀ ਹੈ, ਸਾਡੀ ਕੋਈ ਕਮੀ ਨਹੀਂ? ਹਾਂਜੀ, ਬ੍ਰਾਇਲਰ ਫਾਰਮਿੰਗ ਖਤਮ ਹੋ ਰਹੀ ਹੈ, ਸਾਡੀ ਕੋਈ ਕਮੀ ਨਹੀਂ? ਨਹੀਂ, ਮੇਰਾ ਕਹਿਣ ਦਾ ਮਤਲਬ ਸਾਡੇ ਕੋਲ ਤਾਂ ਜਿਹੜੀ ਚੀਜ਼ ਸਾਡੇ ਧਿਆਨ 'ਚ ਆਉਂਦੀ, ਉਹਦੇ 'ਚ ਅਮਲ ਵੀ ਕਰਦੇ ਹਾਂ, ਉਹ 'ਚ ਸਾਰਾ ਅਮਲ ਕਰਦੇ, ਦੱਸਣ ਆਣ ਕੇ ਕੀ ਪ੍ਰੋਬਲਮ ਆ, ਮਤਲਬ ਵੀ ਉਹ ਕੀ ਮਤਲਬ ਉਹਦਾ ਮਸਲਾ ਜਿਹੜਾ ਸੀ, ਅਤੇ ਉਹ ਪਿੱਛੇ ਨਾ ਜਦੋਂ ਜਾਂਦੇ ਸੀ ਇੱਥੋਂ ਜੰਮੂ ਕਸ਼ਮੀਰ ਤੋਂ, ਅਸੀਂ ਉਹ ਟੈਕਸ ਵੀ ਲੈ ਲਿਆ ਵਾਪਸ, ਅਸੀਂ ਫੀਸ ਲੈਂਦੇ ਹੋ ਵੀ ਵਾਪਸ ਲੈ ਲਈ, ਵੀ ਮਤਲਬ ਅਸੀਂ ਜੋ ਕਰ ਸਕਦੇ ਉਹਨਾਂ ਵਾਸਤੇ ਉਹ ਵੱਧ ਤੋਂ ਵੱਧ ਛੋਟਾਂ ਦਿੱਤੀਆਂ, ਕਿਉਂਕਿ ਅੱਗੇ ਅਸੀਂ ਉੱਥੋਂ 2 ਰੁਪਏ ਜਾਂ 3 ਰੁਪਏ ਜਦੋਂ ਜੰਮੂ ਕਸ਼ਮੀਰ 'ਚ ਖੜਦੇ ਜਾਂ ਹੋਰ ਦੂਜੇ ਮਤਲਬ ਸਟੇਟਾਂ 'ਚ ਖੜਦੇ ਸੀ, ਅਸੀਂ ਤੋਂ ਵੀ ਨਹੀਂ ਮੁੜ ਕੇ ਲਾ ਲਏ ਵਾਪਸ ਕਰ ਲਏ, ਵੀ ਨਹੀਂ ਇਹਨਾਂ ਨੂੰ ਹੋਰ ਜਿੰਨੀ ਸਹੂਲਤ ਦੇ ਸਕਦੇ ਜੇ ਹੁਣ ਕੁਦਰਤੀ ਕੋਈ ਇਹੋ ਜਿਹੀ ਗੱਲ ਉਹਨਾਂ ਦੀ ਕੋਈ ਪ੍ਰੋਬਲਮ, ਕੋਈ ਜ਼ਿਆਦਾ ਲੋਨ ਲੈ ਲਿਆ ਜਾਂ ਕੋਈ ਜ਼ਿਆਦਾ ਕੋਈ ਪ੍ਰੋਬਲਮ ਆ ਗਈ, ਤਾਂ ਉਹਦੇ ਕੁਦਰਤੀ ਗੱਲ ਆ, ਉਹ ਇਹ ਨਹੀਂ ਵੀ ਵਿਭਾਗ ਵੱਲੋਂ ਕੋਈ ਲਾਪਰਵਾਹੀ ਹੈ ਜਾਂ ਵਿਭਾਗ ਵੱਲੋਂ ਕਿਹੋ ਜਿਹੀ ਗੱਲ ਹੈ, ਵਿਭਾਗ ਵੱਲੋਂ ਕੋਈ ਕਮੀ ਨਹੀਂ? ਪੋਲਟਰੀ ਫਾਰਮ ਦੇ ਵਿੱਚ ਇੱਕ ਵੇਸਟੇਜ ਹੁੰਦੀ ਹੈ, ਜਿਹੜੀ ਵੇਸਟੇਜ ਦੀ ਬਦਬੂ ਬਹੁਤ ਆਉਂਦੀ ਹੈ, ਉਹਦਾ ਅਸੀਂ ਕੋਈ ਸਾਇੰਟਿਫਿਕ ਹੱਲ ਲੱਭਿਆ? ਉਹ ਉੱਥੇ ਆ ਪ੍ਰੋਬਲਮ ਆ ਰਹੀ ਸ਼ਹਿਰਾਂ 'ਚ ਜਿਹੜੇ ਲੱਗ ਲੱਗ ਕੇ ਆ ਰਹੇ ਨੇ, ਉਹਦੇ ਉੱਥੇ ਲੱਗ ਗਿਆ, ਉਹਦਾ ਵੀ ਇਹੀ ਇਹਨਾਂ ਨੂੰ ਕਿਹਾ, ਕਿਉਂਕਿ ਅਸੀਂ ਦੂਰ ਜਾਂ ਉਹਦਾ ਕੋਈ ਉਹਦਾ ਪਲਾਨ ਕੋਈ ਬਣਾ ਕੇ ਇਹੋ ਜਿਹੀ ਸਿਸਟਮ ਬਣਾ ਕੇ ਪ੍ਰਪੋਜ਼ਲ ਬਣਾ ਲਈਏ, ਉਹਦੇ ਚੱਲ ਰਹੇ ਆ, ਜੇ ਮਤਲਬ ਬਣਿਆ ਨਹੀਂ ਗਾ ਉਹਦੇ 'ਚ ਧਿਆਨ 'ਚ ਸਾਡੀ ਗੱਲ ਹੈਗੀ ਆ, ਵੀ ਜਿੱਥੇ ਕਿ ਇਹੋ ਜਿਹਾ ਮੈਟਰ ਆਉਂਦਾ, ਕੋਈ ਸ਼ਹਿਰਾਂ ਦੇ ਲੱਗ ਕੇ ਕਈ ਸ਼ਿਕਾਇਤਾਂ ਵੀ ਆਉਂਦੀਆਂ ਨੇ, ਵੀ ਸ਼ਹਿਰ ਦੇ ਲੱਗ ਗਿਆ ਕਿ ਸਾਨੂੰ ਬਦਲਵਾਉਂਦੇ ਜਾਂ ਇਹਨੂੰ ਬਦਲ ਦਿਉ, ਪਰ ਬਦਲਾ ਭੱਜ ਸਕਦੇ ਨਹੀਂ, ਕਿਉਂਕਿ ਉਹਨੇ ਵਿਚਾਰੇ ਨੇ ਇੰਨਾ ਮਿਹਨਤ ਕੀਤੀ ਹੁੰਦੀ, ਇੰਨਾ ਪੈਸੇ ਲਾ ਕੇ ਉਹਨਾਂ ਨੇ ਆਪਣਾ ਕਾਰੋਬਾਰ ਕੀਤਾ ਹੁੰਦਾ, ਤਾਂ ਅਸੀਂ ਉਹਦਾ ਸੋਚਦੇ ਹਾਂ ਵੀ ਉਹਨੂੰ ਕਿਹੋ ਜਿਹੀ ਲਾ ਕੇ ਕੋਈ ਤਕਨੀਕੀ ਮਾਹਰ ਵੀ ਡਾਇਰੈਕਟਰ ਸਾਹਿਬਾਨ ਦੇ ਨਾਲ ਸਾਰਿਆਂ ਦੀ ਲਾਈ ਪਈ ਹੈ, ਅਤੇ ਸੋਚੋ ਵੀ ਅਸੀਂ ਉਹ ਪ੍ਰਦੂਸ਼ਣ ਰਹਿਤ ਜਾਂ ਉਹ ਦਬੋ ਤੋਂ ਰਹਿਤ ਕੋਈ ਇਹੋ ਜਿਹੀ ਬਣਾ ਲਈ ਉਹਨਾਂ ਨੂੰ ਜਿਹੜੇ ਨਾਲ ਉਹ ਚੱਲਦਾ ਹੋਵੇ। ਸੋਚਣ ਲਈ ਜ਼ਿਆਦਾ ਵਕਤ ਨਹੀਂ ਲੈ ਰਹੇ ਤੁਸੀਂ ਰਣੀਕੇ ਸਾਹਿਬ? ਹਾਂਜੀ, ਸੋਚਣ ਲਈ ਜ਼ਿਆਦਾ ਵਕਤ ਨਹੀਂ ਲੈ ਰਹੇ ਤੁਸੀਂ? 9 ਸਾਲ ਹੋ ਗਏ ਤੁਸੀਂ ਇੱਕ ਮਹਿਕਮੇ ਦੇ ਮੰਤਰੀ ਹੋ। ਪਰ ਚੀਜ਼ਾਂ ਹੁਣ ਜਦੋਂ ਧਿਆਨ 'ਚ ਸਾਡੇ ਪਹਿਲਾਂ ਹੀ ਥੋੜ੍ਹਾ ਚਲਾਈਆਂ, ਪਹਿਲਾਂ ਕੋਈ ਇੰਨੀ ਜ਼ਿਆਦਾ ਜਦੋਂ ਸ਼ਹਿਰ ਦੇ ਲੱਗ ਲੱਗ ਜਿਹੜੇ ਉੱਥੋਂ ਥੋੜ੍ਹੀਆਂ ਆਈਆਂ, ਬਾਹਰ ਜਿਹੜੇ ਚੱਲ ਰਹੇ ਉਹ ਤਾਂ ਚੱਲ ਰਹੇ ਸੀ, ਜਿਹੜੇ ਸ਼ਹਿਰ ਦੇ ਲਾਗੇ ਬਿਲਕੁਲ ਆ ਗਏ, 2-3 ਨਾਲ ਉੱਥੋਂ ਪ੍ਰੋਬਲਮ ਆਈ ਸੀ ਵੀ ਉਹ ਸਾਡੇ ਤੋਂ ਦੂਰ ਕਰੋ ਜੀ, ਉਹਨਾਂ ਦਾ ਬੰਦ ਕਰਾ ਦਿਓ ਜੀ, ਕਿ ਬੰਦ ਨਹੀਂ ਕਰਾ ਸਕਦੇ, ਕਾਇਦੇ ਕਾਨੂੰਨ ਨਾਲ ਬਣਿਆ ਸਿਸਟਮ ਬਣਿਆ, ਪਰ ਇਹਦਾ ਵੀ ਇਹ ਨਾ ਕਰ ਸਕਦੇ ਉਹਦੀ ਬਣਾ ਕੇ ਇਹਦਾ ਕੋਈ ਹੱਲ ਕਰ ਸਕਦੇ, ਉਹ ਅਸੀਂ ਸਾਡੇ ਚੱਲ ਰਹੀ। ਰਣੀਕੇ ਸਾਹਿਬ, ਜਦੋਂ ਬਰਡ ਫਲੂ ਵਰਗੀ ਬਿਮਾਰੀ ਆਉਂਦੀ ਹੈਗੀ ਆ, ਉਦੋਂ ਲਗਾਤਾਰ ਆਪਣੇ ਜਿਹੜੇ ਮਾਰ ਦਿੰਦੇ ਆ, ਚੂਚੇ ਮਾਰਦੇ ਆ, ਮੁਰਗੀਆਂ ਮਾਰਦੀਆਂ, ਉਹਨਾਂ ਨੂੰ ਮਾਰਨੀਆਂ ਪੈਂਦੀਆਂ, ਉਹਨਾਂ ਲਈ ਕੋਈ ਕੰਪਨਸੇਸ਼ਨ ਪਾਲਿਸੀ ਅਸੀਂ ਰੱਖੀ ਹੈ? ਹਾਲ ਦੀ ਘੜੀ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਮਤਲਬ ਪਾਲਿਸੀ ਇਹੋ ਜਿਹੀ ਕੋਈ ਨਹੀਂ, ਕੋਈ ਵੀ ਸਾਡੇ ਪਸ਼ੂਆਂ ਦਾ ਕਿਹੜਾ ਹੋ ਜਾਂਦਾ, ਵੀ ਮੈਂ ਵੀ ਸੋਚਦਾ ਸੀ ਸਾਡੇ ਪਿੱਛੇ ਮੀਟਿੰਗਾਂ ਸਾਡੇ ਚੱਲੀਆਂ ਵੀ ਜਿਸ ਤਰ੍ਹਾਂ ਪਸ਼ੂ ਡੇਅਰੀਆਂ 'ਤੇ ਕੋਈ ਜਿਹੜਾ ਨੁਕਸਾਨ ਹੁੰਦੇ ਪਸ਼ੂ ਧੰਦ ਦੇ, ਮੈਂ ਇਸ ਹੱਕ 'ਚ ਵੀ ਇਹਦੀ ਕੋਈ ਕਿਸੇ ਢੰਗ ਦੇ ਨਾਲ ਕੋਈ ਬਣਾ ਕੇ ਕੋਈ ਇਹਦਾ ਮਤਲਬ ਫੰਡ ਦੇ ਕੋਈ ਸਾਧਨ ਪੈਦਾ ਕਰਕੇ ਮਿਲਣੀ ਚਾਹੀਦੀ ਹੈ, ਪਰ ਉਹਦਾ ਹਾਲੇ ਤਾਂ ਇਹੀ ਉਹਦੀ ਪਾਲਿਸੀ
ਲੁਧਿਆਣੇ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਪੂਰਾ ਕਸ਼ਮੀਰ ਨੂੰ ਬਰੈਲਰ ਸਰਵ ਕਰਦਾ ਸੀ, ਉਹਨਾਂ ਦਾ ਢਿੱਡ ਭਰਦਾ ਸੀਗਾ। ਪਰ ਇਸ ਟਾਈਮ 'ਤੇ ਪਿਛਲੇ 4-5 ਸਾਲ ਤੋਂ ਇੰਨਾ ਪੋਲਟਰੀ ਫਾਰਮਰ ਨੁਕਸਾਨ ਦੇ ਵਿੱਚ ਹੈ। ਤੁਸੀਂ ਚਿਕਨ ਦੇ ਪ੍ਰਾਈਜ਼ ਦੇਖੋ ਕਿ ਕਈ ਕਾਰਨ ਆ ਉਹਦੇ ਕਈ ਕਾਰਨ ਹੈ। ਇੱਕ ਤਾਂ ਕੰਟਰੈਕਟ ਫਾਰਮਿੰਗ ਜਿਹੜੀ ਪੰਜਾਬ ਵਿੱਚ ਚੱਲ ਰਹੀ ਹੈ, ਕੁਛ ਕੰਪਨੀਜ਼ ਹੈਗੀਆਂ ਜਿਹੜੀ ਸਾਊਥ ਦੀ ਕੰਪਨੀਜ਼ ਹੈਗੀਆਂ, ਕੁਛ ਆਪਣੀ ਥਾਈਲੈਂਡ ਦੀ ਕੰਪਨੀਜ਼ ਹੈ, ਉਹ ਕੰਟਰੈਕਟ ਫਾਰਮਿੰਗ ਕਰ ਤਾਂ ਰਹੀਆਂ ਪਰ ਕੰਟਰੈਕਟ ਫਾਰਮਿੰਗ ਐਕਟ ਲਾਗੂ ਹੀ ਨਹੀਂ ਹੈ। ਤੁਸੀਂ ਕੰਟਰੈਕਟ ਫਾਰਮਿੰਗ ਐਕਟ ਪੰਜਾਬ 'ਚ ਬਣਾਇਆ ਪਰ ਤੁਸੀਂ ਉਹਨੂੰ ਲਾਗੂ ਨਹੀਂ ਕੀਤਾ, ਔਰ ਉਹ ਕੰਪਨੀ ਜਿਹੜੇ ਕੰਟਰੈਕਟ ਫਾਰਮਿੰਗ ਕਰ ਰਹੀਆਂ ਉਹ ਆਪਣੇ ਹਿਸਾਬ ਨਾਲ ਕਰ ਰਹੀਆਂ, ਜੋ ਆਪਣੀ ਮਰਜ਼ੀ ਨਾਲ ਪੈਸੇ ਦਿੰਦੀਆਂ, ਆਪਣੇ ਮਰਜ਼ੀ ਨਾਲ ਕੱਟ ਲੈਂਦੀਆਂ, ਪੈਸੇ ਦਿੰਦੀਆਂ ਨਹੀਂ ਦਿੰਦੀਆਂ, ਭੱਜ ਜਾਂਦੀਆਂ, ਉਹਦੇ ਬਾਰੇ ਕੋਈ ਕੰਟਰੋਲ ਨਹੀਂ ਹੈਗਾ। ਜਿਹੜੀ ਗੱਲ ਕਰ ਰਹੇ ਕੰਟਰੈਕਟ ਫਾਰਮ 'ਤੇ ਜਿਹੜੀਆਂ ਕਿ ਉਹ ਨਹੀਂ ਕਰ ਰਹੇ, ਅਸੀਂ ਇਹਦੇ ਬਾਰੇ ਵੀ ਜਿਹੜੀ ਇਹਨਾਂ ਨੇ ਜਿਹੜੀ ਦੱਸਿਆ ਵੀ ਉਹਦਾ ਪ੍ਰਾਈਵੇਟ ਜਿਹੜੀਆਂ ਫਰਮਾਂ ਨੇ ਕੰਪਨੀਆਂ ਨੇ ਉਹਨਾਂ ਨੂੰ ਇਹ ਨਹੀਂ ਵੀ ਇਹਨਾਂ ਨੂੰ ਮਾਰ ਇਹਨਾਂ ਨੂੰ ਇਹਨਾਂ ਦਾ ਨਿਸ਼ਾਨ ਕਰਨ ਵਾਸਤੇ ਕਿ ਜਾਂ ਇਹਨਾਂ ਦੇ ਵਿੱਚ ਗੱਲ ਇਹਨਾਂ ਨੇ ਜਦੋਂ ਇੱਕ ਦੋ ਸਾਡੀਆਂ ਮੀਟਿੰਗਾਂ ਵੀ ਇਹਨਾਂ ਨਾਲ ਹੋਈਆਂ, ਇਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਤੁਸੀਂ ਬਾਹਰੋਂ ਉਹ ਫੀਸ ਲੈਂਦੇ ਉਹ ਬੰਦ ਕਰ ਦਿਉ, ਉਹ ਅਸੀਂ ਬੰਦ ਕਰਾ ਦਿੱਤੀ। ਔਰ ਹੁਣ ਇਹਨਾਂ ਨੇ ਦੱਸਿਆ ਵੀ ਉਹ ਆਪਣੀ ਮਨਮਰਜ਼ੀ ਨਾਲ ਕਹਿੰਦੇ ਉਹ ਲਾਗੂ ਨਹੀਂ ਹੋ ਰਿਹਾ। ਇਹ ਸਾਡੇ ਡਾਕਟਰ ਸਾਹਿਬ ਪੋਲਟਰੀ ਵਾਲੇ ਮੇਰਾ ਹਾਜ ਨਹੀਂ, ਉਹਨਾਂ ਨਾਲ ਅਸੀਂ ਪਤਾ ਕਰ ਲਵਾਂਗੇ ਕਿ ਜਿਹੜੀ ਇਹਦੀ ਪ੍ਰੋਬਲਮ ਇਸ ਕਰਕੇ ਬੰਦ ਹੋ ਰਹੀ ਹੈ ਵੀ ਮਲੇਸ਼ੀਆ ਕਰਕੇ ਜਿਹੜੀ ਤੁਸੀਂ ਦੱਸਿਆ। 2 ਸਾਲ 'ਚ ਕੰਪਨੀਆਂ ਨੇ ਜੋ ਜਿਹੜੇ ਉਸ ਤੋਂ ਘੱਟ ਰੇਟ 'ਤੇ ਮਾਲ ਵੇਚ ਰਹੀਆਂ ਸਾਰੇ ਫਾਰਮ ਮੰਤਰੀ ਸਾਹਿਬ ਨੂੰ ਇਸ ਤੋਂ ਪਹਿਲਾਂ ਦੱਸਿਆ ਕਿ ਨਹੀਂ ਦੱਸਿਆ ਕਰ ਭਾਗ ਅਸੀਂ ਕਈ ਵਾਰੀ ਮਿਲੇ ਹਾਂ ਜੀ, ਡਾਇਰੈਕਟਰ ਸਾਹਿਬ ਨੂੰ ਮਿਲੇ ਹਾਂ, ਕਈ ਵਾਰੀ ਮੈਮੋਰੈਂਡਮ ਦਿੱਤੇ ਆ, ਕੋਈ ਸਾਡਾ ਹਾਲ ਨਹੀਂ ਕੱਢਿਆ। ਮੰਤਰੀ ਸਾਹਿਬ ਇਸ ਦਾ ਮਤਲਬ ਮੈਮੋਰੈਂਡਮ ਤੁਹਾਡੇ ਕੋਲ ਪਹੁੰਚਦੇ ਨਹੀਂ ਗਏ? ਤੁਸੀਂ ਅੱਜ ਗੱਲ ਕਰ ਰਹੇ ਹੋ ਵੀ ਪਤਾ ਕਰ ਲੈਂਦਾ ਵੀ ਕੀ ਹੋ ਗਿਆ, ਉਹ ਤਾਂ ਜੋ ਅਸੀਂ ਕਰ ਸਕਦੇ ਹੋਏ ਭਾਗ ਦੇ ਦਾਇਰੇ 'ਚ ਰਹਿ ਗਏ, ਸਰਕਾਰ ਦੇ ਦਾਇਰੇ 'ਚ ਰਹਿ ਗਏ, ਜ਼ਰੂਰ ਕਰਾਂਗੇ। ਫਿਸ਼ਰੀ ਪੰਜਾਬ ਦੇ ਵਿੱਚ ਠੀਕ ਚੱਲ ਰਹੀ ਹੈ? ਹਾਂਜੀ, ਪੰਜਾਬ ਵਿੱਚ ਠੀਕ ਚੱਲ ਰਹੀ ਹੈ ਫਿਸ਼ਰੀ? ਹਾਂਜੀ, ਦਵਾਈਆਂ ਦਾ ਜੀ, ਦਵਾਈ ਕੋਈ ਵੀ ਨਹੀਂ ਆਉਂਦੀ ਮਹਿਕਮੇ ਦੇ ਵਿੱਚ, ਡਾਇਰੈਕਟਰ ਸਾਹਿਬ ਗੋਲੀਆਂ ਜਿਹੜੀਆਂ ਦਿੱਤੀਆਂ ਤੁਹਾਡੇ ਕੋਲ ਪਹੁੰਚਦੀਆਂ ਗੋਲੀਆਂ, ਕੋਈ ਗੋਲੀਆਂ ਨਹੀਂ ਪਹੁੰਚਦੀਆਂ ਹੈਗੀਆਂ ਸਾਡੇ ਕੋਲ। ਜਿਵੇਂ ਇਹਨਾਂ ਦੀ ਸੀਫੈਕਸ ਹੈਗੀ ਅਤੇ ਮਤਲਬ ਮੱਛੀ ਜ਼ਖਮੀ ਹੋ ਜਾਂਦੀ ਹੈ, ਲਾਲ ਰੰਗ ਦੀ ਹੋ ਜਾਂਦੀ ਹੈਗੀ, ਅੱਗੇ ਮਹਿਕਮੇ ਦੇ ਵਿੱਚ ਇਹ ਦਵਾਈ ਆਉਂਦੀ ਸੀਗੀ, ਹੁਣ ਉਹ ਕਈ ਨਹੀਂ ਆਉਂਦੀ ਹੈ। ਦੱਸੋ ਜੀ ਤੁਸੀਂ ਇਹਦੇ ਬਾਰੇ ਕੀ ਕਰੋਗੇ? ਨਹੀਂ ਦਵਾਈ ਮਿਲਣੀ ਰਹੀ ਕਿ ਆ ਰਹੀ ਨਹੀਂ? ਨਹੀਂ ਆ ਹੀ ਨਹੀਂ ਰਹੀ ਜੀ, ਕੋਈ ਭੇਜਦੇ ਨਹੀਂ ਇਹ, ਜੇ ਮਹਿਕਮੇ ਨੂੰ ਭੇਜਣ ਤਾਂ ਫਾਰਮਰਾਂ ਨੂੰ ਆਵੇ। ਮੈਂ ਮੱਛੀ ਵਾਲਾ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ, ਦਵਾਈਆਂ ਨਹੀਂ ਪਹੁੰਚਦੀਆਂ ਡਾਕਟਰ ਸਾਹਿਬ? ਅੱਜ ਹੀ ਉਹਨਾਂ ਨੇ ਹਮੇ ਆਪਣਾ ਪ੍ਰੋਬਲਮ ਬਤਾਇਆ ਹੈ, ਔਰ ਅਗਰ ਕੋਈ ਐਸੀ ਪ੍ਰੋਬਲਮ ਹੈ ਤਾਂ ਸੈਂਟਰ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਜੋ ਉਹਨਾਂ ਨੇ ਮੈਡੀਸਿਨ ਮੈਂ ਤਿਆਰ ਕੀ ਹੈ, ਮੈਂ ਇਮੀਡੀਏਟਲੀ ਰਿਕੁਐਸਟ ਭੇਜੂੰਗਾ ਔਰ ਇਨਕੀ ਜੋ ਵੀ ਜ਼ਰੂਰਤ ਹੈ ਉਹ ਪੂਰੀ ਕਰੇਗਾ। ਤੁਸੀਂ ਭਰੋਸਾ ਦੇ ਰਹੇ ਹੋ ਕਿ ਜਿਹੜੀਆਂ ਨੇ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋਣਗੀਆਂ? ਆਕਸੀਜਨ ਵੀ ਘੱਟ ਜਾਂਦੀ ਹੈ ਜੀ, ਆਕਸੀਜਨ ਦੀਆਂ ਵੀ ਕੋਈ ਦਵਾਈਆਂ ਨਹੀਂ ਆਉਂਦੀਆਂ, ਜੇ ਆਉਂਦੀਆਂ ਤਾਂ ਖੁਰ ਕਿੱਥੇ ਵਿਕਦੀਆਂ, ਕੀ ਹੁੰਦਾ ਸਾਡੇ ਫਾਰਮਰ ਤੱਕ ਨਹੀਂ ਜੀ ਪਹੁੰਚਦੀਆਂ? ਫਿਸ਼ਰੀਆਂ ਫਿਸ਼ਰੀ ਦੀਆਂ ਜੀ। ਹਾਂਜੀ ਡਾਕਟਰ ਸਾਹਿਬ, ਤੁਸੀਂ ਜਿਹੜਾ ਪੁਆਇੰਟ ਕਹਿ ਰਹੇ ਆ, ਵੇਖੋ ਆਪਾਂ ਬੜਾਵਾ ਦੇ ਰਹੇ ਇਹਨੂੰ, ਹਾਂਜੀ ਕਾਫੀ ਆਪਾਂ ਨੂੰ ਅੱਗੇ ਵੀ ਲਿਆਂਦਾ, ਮਤਲਬ 9 ਸਾਲ ਦੇ ਵਿੱਚ ਆਪਾਂ ਡਬਲ ਤੋਂ ਟੱਪੇ ਹਾਂ, ਮਤਲਬ ਪੜਾਵੇ 'ਚ ਵੀ, ਇਹਦੀ ਆਕਸੀਜਨ ਵਗੈਰਾ ਦੀ ਬੋਲੀ 'ਤੇ ਵੀ, ਆਮਦਨ 'ਚ ਵੀ। ਇਹ ਜਿਹੜੀਆਂ ਦਵਾਈਆਂ ਦੀ ਪ੍ਰੋਬਲਮ ਹੈ, ਮਤਲਬ ਜਿਹੜੀ ਦੱਸ ਰਹੇ ਵੀ ਆਕਸੀਜਨ ਵਾਲੀ ਜਾਂ ਦੂਜੀ ਹੈ, ਉਹ ਅੱਜ ਮੈਂ ਤੋਂ ਇਹ ਤੋਂ ਬਾਅਦ ਹੀ ਤੁਸੀਂ ਬੈਠ ਕੇ ਜਿਹੜਾ ਉਹ ਇਮੀਡੀਏਟਲੀ। ਹਾਂ, ਜਿਹੜੀ ਹੋਰ ਵੀ ਤੁਹਾਨੂੰ ਕੀ ਹੈ ਜੀ ਪ੍ਰੋਬਲਮ, ਤੁਸੀਂ ਲਿਖਤੀ ਵੀ ਦੇ ਦਿਓ, ਉਹਦੇ ਵਿੱਚ ਅਸੀਂ ਲੈ ਕੇ ਹੱਲ ਕਰ ਲਾਂਗੇ। ਮੈਂ ਕਹਿਣਾ ਚਾਹੁੰਦਾ ਮੰਤਰੀ ਸਾਹਿਬ ਨੂੰ ਵੀ, ਜਿੱਦਾਂ ਤੁਸੀਂ ਫਿਸ਼ਰੀ ਦੇ ਬਾਰੇ ਵੀ ਇੰਨਾ ਡਿਵੈਲਪਮੈਂਟ ਕਰ ਰਹੇ ਹੋ, ਜਿੰਨਾ ਸਾਨੂੰ ਮਤਲਬ ਸਬਸਿਡੀਆਂ ਦੇ ਰਹੇ ਹੋ, ਇਹਦੇ ਵਿੱਚ ਪਿਗਰੀ ਦੇ ਬਾਰੇ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਪਿਗਰੀ ਇੱਕ ਮੀਟ ਪਰਪਜ ਦੇ ਤੌਰ 'ਤੇ ਪਾਲੀ ਜਾਂਦੀ ਹੈ ਅਤੇ ਇਹਨੂੰ ਬਾਹਰ ਆਪਣੇ ਪੰਜਾਬ 'ਚ ਤਾਂ ਘੱਟ, ਅਤੇ ਇਹਨੂੰ ਬਾਹਰ ਜਿੱਦਾਂ ਆਸਾਮ ਨਾਗਾਲੈਂਡ ਵਗੈਰਾ 'ਚ ਜ਼ਿਆਦਾ, ਉਸ ਦੇ ਉੱਤੇ ਜਿਹੜਾ ਅਸੀਂ ਮਤਲਬ ਅਸੀਂ ਭੇਜਦੇ ਹਾਂ ਉਸ ਟਾਈਮ ਕੁਛ ਟੈਕਸ ਲੱਗਦਾ, ਗਊਆਂ 'ਤੇ ਤਾਂ ਪਹਿਲਾਂ ਲੱਗਦਾ ਸੀ 320 ਰੁਪਏ ਕਹਿ ਨਹੀਂ ਮਿਲਦੇ, ਪਰ ਅਸੀਂ ਚਾਹੁੰਦੇ ਵੀ ਸਾਡਾ ਜਾਨਵਰ ਤਾਂ ਛੋਟਾ ਜਿਹਾ ਹੈਗਾ, 90 ਕਿਲੋ ਦਾ, 7,000 ਦਾ ਜਾਨਵਰ ਹੈ, ਅਗਰ ਇਹਦੇ 'ਤੇ 300 ਰੁਪਏ ਇੱਕ ਮਗਰ ਟੈਕਸ ਦੇਵਾਂਗੇ ਤਾਂ ਸਾਨੂੰ ਬਹੁਤ ਮਹਿੰਗਾ ਪੈਣਾ। ਅਸੀਂ ਚਾਹੁੰਦੇ ਜਿੱਦਾਂ ਤੁਸੀਂ ਪੋਲਟਰੀ 'ਤੇ ਵੀ ਟੈਕਸ ਮਾਫ਼ ਕਰੇ ਤਾਂ ਸਾਨੂੰ ਵੀ ਸਰਟੀਫਿਕੇਟ ਫ੍ਰੀ 'ਚ ਮਿਲਣਾ ਚਾਹੀਦਾ ਹੈ ਬਾਹਰ ਭੇਜਣਾ, ਐਕਸਪੋਰਟ ਲਈ ਬਾਹਰ ਰੱਖਣ ਵਾਸਤੇ। ਉੱਥੇ ਹੈ ਤਾਂ ਨਹੀਂ, ਵਿਚਾਰ ਕਰ ਲਾਂਗੇ ਅਸੀਂ, ਉੱਥੇ ਤੁਸੀਂ ਦੱਸ ਦਿਓ, ਨੋਟ ਕਰ ਲਾਂਗੇ ਡਾਕਟਰ ਸਾਹਿਬ, ਤਾਂ ਫਿਰ ਅਸੀਂ ਬੈਠ ਕੇ ਉੱਥੇ ਭੇਜਦੇ ਹਾਂ ਜੀ। ਹੋ ਜੂਗਾ ਨੋਟ ਹੋ ਕੇ, ਜੇ ਸਾਨੂੰ ਲਾਗੂ ਹੋ ਜੂਗਾ ਤਾਂ ਅਸੀਂ ਖੁਸ਼ ਹੋਵਾਂਗੇ, ਜੇ ਲਾਗੂ ਹੋ ਜੂਗਾ ਤਾਂ ਖੁਸ਼ ਹੋ ਜਾਣਗੇ। ਇਹ ਸਾਡਾ ਕੰਮ ਹੈ ਖੁਸ਼ ਕਰਨਾ, ਨਾ ਕਿ ਸਾਡਾ ਦੁਖੀ ਕਰਨਾ, ਸਰਕਾਰਾਂ ਦਾ ਕੰਮ ਹੈ ਕਿ ਪਬਲਿਕ ਨੂੰ ਖੁਸ਼ ਕਰਨ ਵਾਸਤੇ ਹਰ। ਚਲੋ ਚਲੋ, ਤੁਸੀਂ ਕਹਿ ਰਹੇ ਹੋ ਕਿ ਸਾਡਾ ਕੰਮ ਖੁਸ਼ ਕਰਨਾ ਹੈ ਕਿਆ, ਅਸੀਂ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਅਤੇ ਮੰਤਰੀ ਸਾਹਿਬ ਤੋਂ ਫਿਰ ਸਵਾਲ ਕਰਾਂਗੇ ਕਿ ਇਹਨਾਂ ਨੇ ਖੁਸ਼ ਕਿੰਨਾ ਕੀਤਾ ਹੈਗਾ ਪੰਜਾਬ ਦੀ ਜਨਤਾ ਨੂੰ। 9 ਸਾਲ ਦਾ ਰਿਪੋਰਟ ਕਾਰਡ ਲੈ ਰਹੇ ਹਾਂ ਅਤੇ ਸਵਾਲ ਇਹ ਪੁੱਛਾਂ ਕਿ ਡੇਅਰੀ ਫਾਰਮਿੰਗ ਪੰਜਾਬ ਦੀ ਕਿੱਥੇ ਖੜੀ ਹੈ। ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੁਰਦਾਸ ਸਿੰਘ ਰਣੀਕੇ ਕੈਬਨਿਟ ਮੰਤਰੀ ਸਾਡੇ ਨਾਲ ਮੌਜੂਦ ਹੈ ਕਿ ਅਸੀਂ ਇਹਨਾਂ ਤੋਂ ਕਈ ਸਵਾਲ ਕਰ ਲਏ ਹੈ ਕਿ ਮੰਤਰੀ ਸਾਹਿਬ, ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਡੇਅਰੀ ਫਾਰਮਿੰਗ ਬਾਰੇ ਅਸੀਂ ਸਵਾਲ ਕਰਨਾ ਹੈਗਾ, ਪਰ
ਅਸੀਂ ਲਾਉਣਾ ਚਾਹੁੰਦੇ ਪੰਜਾਬ ਦੇ ਵਿੱਚ ਹੀ। ਉਹ ਜਿਹੜਾ ਤੁਸੀਂ ਮੈਂਬਰ ਦਿਓਗੇ ਮੈਂ ਪੁੱਛ ਲਵਾਂਗਾ ਕਿਹੜਾ ਤੁਹਾਡੇ ਨਾਲ ਜਾਣਾ ਚਾਹੁੰਦਾ। ਮੈਂ ਪੁੱਛ ਲਵਾਂਗਾ ਮੁੱਖ ਮੰਤਰੀ ਸਾਹਿਬ ਦੇ ਲੈਵਲ 'ਤੇ ਅਤੇ ਸਾਡੇ ਲੈਵਲ 'ਤੇ ਵਿਭਾਗ ਦੇ ਲੈਵਲ 'ਤੇ ਇਹ ਹੋਇਆ ਪਿਆ ਅਤੇ ਮਾੜਾ ਜਿਹਾ ਅਪ੍ਰੈਲ ਜਾਂ ਮਈ ਦੇ ਵਿੱਚ ਅਸੀਂ ਉਹ ਸਾਡਾ ਜਾਣਾ ਜਿਹੜਾ ਮੈਂਬਰ ਹੈਗਾ ਜੋ ਜਾਣਾ ਹੋਏ ਲੈ ਜਾਂਗੇ ਨਾਲ। ਮੈਂ ਪੁੱਛ ਲਵਾਂ ਕੌਣ ਤੁਹਾਡੇ ਨਾਲ ਜਾਣਾ ਚਾਹੁੰਦਾ ਅਤੇ ਕੀ ਸਵਾਲ ਹੈਗੇ ਆ, ਕੋਈ ਸਵਾਲ ਤੁਹਾਡਾ ਪਿਗਰੀ 'ਤੇ? ਹਾਂ ਜੀ, ਅਸੀਂ ਵੀ ਮਤਲਬ ਬਾਹਰ ਜਾ ਕੇ ਦੇਖਣਾ ਚਾਹੁੰਦੇ ਹਾਂ ਵੀ ਉਸ ਤਰ੍ਹਾਂ ਦਾ ਮਾਹੌਲ। ਫੈਸਲਾ ਕਰ ਦੇਣਗੇ ਜਿਹੜਾ ਫਾਰਮ ਨੇ ਪਿਗਰੀ 'ਤੇ ਅਸੀਂ ਲਿਜਾਣਗੇ ਅਤੇ ਜਾਵਾਂਗੇ ਜੀ। ਇਹ ਤੁਹਾਡੇ ਨਾਲ ਜਾਣਗੇ ਮੰਤਰੀ ਸਾਹਿਬ? ਜ਼ਰੂਰ, ਇਹ ਫੈਸਲਾ ਕਰ ਲੈਣ ਸਾਰੇ, ਜਿਹੜਾ ਮਰਜ਼ੀ ਦੇ ਦੇਣਾ ਸਾਨੂੰ। ਪ੍ਰੋਸੈਸਿੰਗ ਦੀਆਂ ਇਹ ਕਾਫੀ ਚਿਰ ਤੋਂ ਦਿੱਕਤਾਂ ਆ ਰਹੀਆਂ ਨੇ। ਇਹਦੇ 'ਚ ਵੱਡੀ ਪ੍ਰੋਬਲਮ ਇਹੀ ਆ ਵੀ ਸਾਡਾ ਜਿਹੜਾ ਪ੍ਰੋਸੈਸਿੰਗ ਮਾਲ ਆ ਸਾਰਾ ਦਿੱਲੀ ਜਾਂ ਬੰਬੇ ਅਸਾਮ ਵਗੈਰਾ 'ਚ ਜਾ ਰਿਹਾ, ਪੰਜਾਬ ਦੇ ਵਿੱਚ ਇਹਦੀ ਖਪਤ ਘੱਟ ਆ। ਪਿੱਛੇ ਜੇ CM ਸਾਹਿਬ ਨੇ ਜਿਹੜਾ ਰੇਲਵੇ ਮਿਨਿਸਟਰ ਸਾਹਿਬ ਨੂੰ ਕਹਿ ਕੇ ਰੇਲਵੇ ਦਾ ਇੱਥੋਂ ਬੰਦੋਬਸਤ ਕੀਤਾ ਸੀਗਾ ਜਿਹੜੇ ਅਸਾਮ ਨੂੰ ਜਾ ਰਿਹਾ, ਉਹਦਾ ਕਾਫੀ ਵੱਡਾ ਉਪਰਾਲਾ ਹੋਇਆ। ਪ੍ਰੋਸੈਸਿੰਗ ਯੂਨਿਟ ਚਾਹੀਦੇ ਤੁਹਾਨੂੰ ਇੱਥੇ? ਸਾਨੂੰ ਇੱਥੇ ਪ੍ਰੋਸੈਸਿੰਗ ਯੂਨਿਟ ਚਾਹੀਦਾ, ਉਹਦੇ ਨਾਲ ਕਾਫੀ ਗਰੋਥ ਆ ਜਾਊਗੀ ਪੰਜਾਬ ਦੇ ਵਿੱਚ। ਮੰਤਰੀ ਸਾਹਿਬ ਕੁਝ ਕਰ ਸਕਦੇ ਆਪਾਂ? ਹਾਂ, ਪਹਿਲਾਂ ਅਸੀਂ ਜਾ ਰਹੇ ਹਾਂ ਇਸੇ ਇਸ਼ੂ 'ਤੇ ਜਾ ਰਹੇ ਹਾਂ ਕੰਪਨੀ ਨਾਲ। ਕੰਪਨੀ ਇੱਥੇ ਉਹਨਾਂ ਦੀ ਪਹਿਲਾਂ ਆਈ, ਉਹ ਸਾਰਾ ਵੇਖ ਕੇ ਜਾਹੀ ਜਗ੍ਹਾ ਦੀ ਵੀ ਭਾਲ ਕਰ ਰਹੇ, 20-25 ਏਕੜ ਜਗ੍ਹਾ ਉਹਨਾਂ ਨੂੰ ਹੀ ਦੇਣੀ ਹੈ। ਅਸੀਂ ਉੱਥੋਂ ਸਾਡੇ ਅਫਸਰ ਵੀ ਜਾਣਗੇ, ਇਹਨਾਂ 'ਚੋਂ ਵੀ ਜਿਹੜੇ ਮੈਂਬਰ ਸਾਹਿਬ ਬਣ ਕੇ ਚੋਣ ਕਰ ਲੈਣਗੇ, ਜਿਹਨੂੰ ਜਿਹੜਾ ਹੁਕਮ ਕਰਨਗੇ ਉਹ ਇਹਨਾਂ 'ਚੋਂ ਇੱਕ ਨਾਲ ਲੈ ਕੇ ਵੀ ਜਾਵਾਂਗੇ, ਉਹ ਵੇਖ ਕੇ ਵੀ ਆਉਣਗੇ ਉੱਧਰ। ਚਲੋ ਠੀਕ ਹੈ, ਪਿਗਰੀ ਦੀ ਅਸੀਂ ਗੱਲ ਕਰ ਰਹੀ ਹਾਂ। ਮੰਤਰੀ ਸਾਹਿਬ, ਡੇਅਰੀ ਫਾਰਮ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਕਿੱਦਾਂ? ਇਹ ਤਾਂ ਤੁਸੀਂ ਦੱਸਣਾ ਨਾ ਜੀ, ਮੈਂ ਤਾਂ ਸਵਾਲ ਕਰਨਾ। ਡੇਅਰੀ ਫਾਰਮ 'ਚੋਂ ਮੇਰੇ ਹਿਸਾਬ ਦੇ ਨਾਲ ਜਿਹੜੇ ਤੁਸੀਂ ਕਿਹਾ ਹੋਣਾ ਵੀ ਕਈ ਯੂਨਿਟ ਬੰਦ ਵੀ ਹੋਏ ਆ, ਕਈ ਨਵੇਂ ਵੀ ਲੱਗੇ ਨੇ, ਔਰ ਜਿਹੜੇ ਕੋਈ ਬੰਦ ਹੋਏ ਉਹਨਾਂ ਦਾ ਕਾਰਨਾਂ ਦਾ ਵੀ ਇੱਕ ਸਰਵੇ ਵੀ ਕਰਾ ਰਹੇ ਸੀ ਵੀ ਉਹ ਕਾਰਨ ਕੀ ਉੱਥੇ, ਕਿਉਂਕਿ ਕਈ ਵਾਰ ਬੰਦਾ ਇਹ ਸੋਚ ਲੈਂਦਾ ਕਿ ਉਹ ਲੋਨ ਬੰਦਾ ਵੀ ਵੱਧ ਹੋ ਜਾਂਦਾ, ਕਈ ਵਾਰ ਕਈ ਪ੍ਰੋਬਲਮਾਂ ਆ ਜਾਂਦੀਆਂ ਨੇ ਉਹਦੇ ਵਿੱਚ, ਅਤੇ ਉਦੋਂ ਵੱਧ ਲੱਗੇ ਵੀ ਨੇ। ਡੇਅਰੀ ਫਾਰਮ ਫੇਲ ਨਹੀਂ ਹੋਈ, ਡੇਅਰੀ ਸੈਕਟਰ ਮਤਲਬ ਸਾਡਾ ਚੱਲ ਰਿਹਾ, ਵਧੀਆ ਚੱਲ ਰਿਹਾ, ਪਰ ਜਿੱਥੇ ਕੋਈ ਕਮੀਆਂ ਪੇਸ਼ੀਆਂ ਸੀ ਉਹ ਵੀ ਧਿਆਨ ਦੇ ਵਿੱਚ ਸਾਡੇ ਆਈਆਂ ਰਹਿੰਦੀਆਂ। CM ਸਾਹਿਬ ਦੇ ਪੱਧਰ 'ਤੇ ਵੀ ਮੀਟਿੰਗਾਂ ਇਹਨਾਂ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੀਆਂ, ਉਹ ਆਪ ਬੜਾ ਸਾਡੇ ਨਾਲੋਂ ਵੱਧ ਉਹ ਵੀ ਇੰਟਰਸਟ ਲੈ ਰਹੇ, ਅਸੀਂ ਆਪ ਲੈ ਰਹੇ, ਇਸ ਕਰਕੇ ਫੇਲ ਹੋਣ ਦਾ ਤਾਂ ਕਰਨਾ ਹੀ ਚਾਹੀਦਾ। ਡੇਅਰੀ ਫਾਰਮੀ ਦੇ ਵਿੱਚ ਅਸੀਂ ਕਿਸ ਸਟੇਟ ਨਾਲ ਮੁਕਾਬਲਾ ਕਰ ਸਕਦੇ ਹਾਂ ਰਣੀਕੇ ਸਾਹਿਬ? ਅਸੀਂ ਤਾਂ ਸਹਾਇਕ ਕਿੱਤਿਆਂ ਦੇ ਇਹਨਾਂ ਮਤਲਬ ਸਹਾਇਕ ਧੰਦੇ ਨੇ ਜਿਹੜੇ ਖੇਤੀਬਾੜੀ ਦੇ ਨਾਲ ਰਿਲੇਟਡ, ਇਹ ਸਹਾਇਕ ਧੰਦੇ ਨੇ ਜਿਹੜੇ ਸ਼ੂ ਪਿਕਰੀ ਦਾ ਜਾਂ ਪੋਲਟਰੀ ਦਾ ਜਾਂ ਡੇਅਰੀ ਦੇ ਨੇ, ਉਹਨੂੰ ਸਾਥ ਕਰਨ ਵਾਸਤੇ CM ਸਾਹਿਬ ਕਾਰ ਪਾਕੀ ਇੰਟਰਸਟ ਲੈ ਰਹੇ, ਅਸੀਂ ਖੁਦ ਲੈ ਰਹੇ ਹਾਂ। ਇਹ ਤੋਂ ਬਾਅਦ 'ਚ ਬੈਠਕ 'ਚ ਵੀ ਵਾਧਾ ਕੀਤਾ, ਅਤੇ ਹੋਰ ਵੀ ਸਬਸਿਡੀਆਂ ਵੀ ਇਹ ਜਿਹੜੀਆਂ ਹੁਣ ਕਾਫੀ ਬਦਲਦੀਆਂ, 33% ਵੀ ਆ, 25% ਵੀ ਆ, ਮਤਲਬ ਉਹਦੇ ਵਿੱਚ ਜਿੱਥੇ ਕੋਈ ਕਮੀ ਪੇਸ਼ੀ ਆਉਂਦੀ ਉਹਨੂੰ ਧਿਆਨ ਤੋਂ ਉਹਨੂੰ ਤੁਰੰਤ ਹੱਲ ਕਰਨ ਦੇ ਵੀ ਅਸੀਂ। ਡੇਅਰੀ ਫਾਰਮਿੰਗ ਦੇ ਵਿੱਚ ਅਸੀਂ ਗੁਜਰਾਤ ਨਾਲੋਂ ਪਿੱਛੇ ਖੜੇ ਹਾਂ, ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਜੇ ਵਿਦੇਸ਼ੀ ਮੁਲਕਾਂ ਦੀ ਗੱਲ ਕਰੀਏ ਆਸਟ੍ਰੇਲੀਆ ਵੀ ਛੋਟਾ ਜਿਹਾ ਕੰਟਰੀ ਹੈ ਕਿਆ, ਪਰ ਅਸੀਂ ਡੇਅਰੀ ਫਾਰਮਿੰਗ ਨੂੰ ਉੱਥੇ ਸਟੈਂਡ ਨਹੀਂ ਕਰ ਪਾਏ। ਆਸਟ੍ਰੇਲੀਆ ਦੇ ਨਾਲ ਤਾਂ ਅਸੀਂ ਸਟੈਂਡ ਨਹੀਂ ਕਰ ਸਕਦੇ, ਅਸੀਂ ਹਿੰਦੁਸਤਾਨ ਲੈਵਲ 'ਤੇ ਜੇ ਕਿਉਂਕਿ ਅਸੀਂ ਗੱਲ ਹਮੇਸ਼ਾ ਆਸਟ੍ਰੇਲੀਆ ਕੈਲੀਫੋਰਨੀਆ ਦੀ ਕਰਦੇ ਹਾਂ ਨਾ ਮੰਤਰੀ। ਗੁਜਰਾਤ ਦੇ ਵਿੱਚ ਇੰਨਾ ਨਹੀਂ, ਅਸੀਂ ਪਿੱਛੇ ਜਿੰਨਾ ਆਪਾਂ ਕਹੀ ਜਾਂਦੇ ਹਾਂ ਗੁਜਰਾਤ ਦੇ ਲਾਗੇ, ਉਹ ਸਹਿਮੀ ਆ ਕੋਈ ਲਾਗੇ ਚੰਗੇ, ਕੋਈ ਐਡੀ ਗੱਲ ਨਹੀਂ ਵੀ ਸਾਡੇ ਤੋਂ ਬਹੁਤ ਅੱਗੇ ਨੇ, ਗੁਜਰਾਤ ਤੋਂ ਬਾਹਲਾ ਪਿੱਛੇ ਨਹੀਂ ਹੈਗੇ। ਥੋੜ੍ਹੇ ਦਿਨ ਪਹਿਲਾਂ ਲੋਕ ਸਭਾ ਦੇ ਵਿੱਚ ਸਾਡੇ ਕੇਂਦਰੀ ਮੰਤਰੀ ਇੱਕ ਬਿਆਨ ਦੇ ਰਹੇ ਆ ਕਿ 70% ਦੁੱਧ ਨਕਲੀ ਆ, ਜਿਹਦਾ ਸਿੱਧਾ ਸਾਧਾ ਨੁਕਸਾਨ ਪਿਛਲੇ 4 ਸਾਲ ਤੋਂ ਡੇਅਰੀ ਫਾਰਮਰ ਨੂੰ ਹੋ ਰਿਹਾ। ਇਹ ਸੱਚਾਈ ਆ, ਅਸੀਂ ਵੀ ਪਿੱਛੋਂ ਲੈ ਕੇ ਰੌਲਾ ਪਾਉਂਦੇ ਹੋ ਰਹੇ ਮੀਟਿੰਗਾਂ ਦੇ ਵਿੱਚ ਵੀ, ਮੰਤਰੀ ਜੀ ਨੂੰ, CM ਸਾਹਿਬ ਨੂੰ ਵੀ ਦੱਸਿਆ, ਉਹਦੇ 'ਤੇ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਜਿਹਦੇ ਕਰਕੇ ਸਾਨੂੰ ਰੇਟ ਨਹੀਂ ਮਿਲਿਆ, ਫਾਰਮਰ ਕਰਜ਼ੇ 'ਚ ਡੁੱਬ ਰਿਹਾ। ਦੂਜੀ ਗੱਲ, ਇਸੇ ਕਾਨੂੰਨ ਦਾ ਸਹਾਰਾ ਲੈ ਕੇ, ਇੱਥੇ ਕਾਨੂੰਨ ਹੈ ਨਹੀਂ, ਦੂਜੇ ਪਾਸੇ ਬੈਂਕਾਂ ਕੀ ਕਰਦੀਆਂ, ਜਦੋਂ ਫਾਰਮਰ ਕਰਜ਼ਾਈ ਹੁੰਦਾ ਇੱਕ ਪਾਸੇ ਸਿਕਿਉਰਟੀ ਰੱਖੀ ਬੈਠੀਆਂ ਉਹਦੀ ਜ਼ਮੀਨ, ਦੂਜਾ ਧਾਰਾ 138 ਦੇ ਤਹਿਤ ਉਹਦੇ 'ਤੇ ਕੇਸ ਰਜਿਸਟਰਡ ਹੋ ਰਿਹਾ ਦਿਨ ਪ੍ਰਤੀ ਦਿਨ। ਔਰ ਇਹ ਮਾਈਨਰ ਗੱਲ ਆ ਕਿ ਅਸੀਂ ਇੱਕ ਸਖਤ ਕਾਨੂੰਨ ਨਹੀਂ ਬਣਾ ਸਕਦੇ ਜਿਹੜਾ ਇਹਦੀ ਅਡਲਟਰੇਸ਼ਨ ਕਰਦਾ ਜਾਂ ਸਪਰੇਸ਼ਨ ਕਰਦਾ ਜਾਂ ਉਹਨੂੰ ਨਕਲੀ ਬਣਾਉਂਦਾ, ਇਹ ਸਿੱਧਾ ਸਾਦਾ ਡੇਅਰੀ ਫਾਰਮਿੰਗ ਨੂੰ ਨੁਕਸਾਨ ਹੋ। ਇਹ ਪੂਰੇ ਪੰਜਾਬ ਦੀ ਜਨਤਾ ਦਾ ਸਵਾਲ ਹੈਗਾ। ਜਦੋਂ ਵੀ ਅਸੀਂ ਦੁੱਧ ਦੀ ਗੱਲ ਕਰਦੇ ਮੰਤਰੀ ਸਾਹਿਬ, ਤਾਂ ਪਹਿਲਾ ਸਵਾਲ ਜਹਿਨ ਦੇ ਵਿੱਚ ਇਹੀ ਹੁੰਦਾ ਕਿ ਦੁੱਧ ਵਿੱਚ ਪਾਣੀ ਹੈਗਾ। ਇਹ ਫੂਡ ਐਕਟ ਦੇ ਥੱਲੇ ਥੋੜ੍ਹਾ ਇਸ਼ਾਰਾ ਆਉਂਦਾ, ਔਰ ਹੁਣ ਅਸੀਂ ਇਹ ਸੋਚ ਰਹੇ ਕਿ ਸਟੇਟ ਲੈਵਲ 'ਤੇ ਉਹਨਾਂ ਨੇ ਇਹਨੂੰ ਫ੍ਰੀ ਕਰਤਾ ਸੀ, ਔਰ ਉਹ ਸਟੇਟ ਲੈਵਲ 'ਤੇ ਅਸੀਂ ਜਿਹੜੀ ਗੱਲ ਕਹਿ ਰਹੇ ਅਸੀਂ ਬਣਾਉਣ ਨੂੰ ਅਸੀਂ ਸੋਚ ਰਹੇ ਹਾਂ, ਮਤਲਬ ਸ਼ਾਇਦ ਅਸੀਂ ਅਗਲੀ ਅਸੈਂਬਲੀ 'ਚ ਇਹਦਾ ਜਿਹੜਾ ਕਾਨੂੰਨ ਸਖਤ ਬਣਾਉਣ ਦੀ ਵੀ ਅਸੀਂ ਗੱਲ ਕਰ ਰਹੇ, ਵੀ ਜਿਹੜਾ ਅੱਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਮਨ ਦਾ ਵੀ ਅਸੀਂ ਬਣਾਤਾ, ਇਹਦਾ ਵੀ ਬਣਾਤਾ, ਹੁਣ ਇਹਦਾ ਵੀ ਅਸੀਂ ਆਉਣ ਲੱਗਿਆ ਵੀ ਉਹ ਕਾਨੂੰਨ ਜਿਹੜਾ ਬਣਾਉਣ ਦੇ। ਮੰਤਰੀ ਸਾਹਿਬ, ਤੁਸੀਂ ਕਹਿ ਰਹੇ ਦੁੱਧ ਦਾ ਦੇਸ਼ ਦੇ ਵਿੱਚ ਯੋਗਦਾਨ ਪਾਉਂਦੇ 8%, ਤੁਹਾਡਾ ਹੀ ਆਰਟੀਕਲ ਲਿਖਿਆ ਹੋਇਆ ਜਿਹੜਾ ਮੈਂ ਪੜ੍ਹਿਆ, ਹਾਂਜੀ 8%, ਪਰ ਦੁੱਧ ਦਾ ਸਾਡਾ ਸਟੈਂਡਰਡ ਆ ਉਹ ਲਗਾਤਾਰ ਡਿੱਗਦਾ ਜਾ ਰਿਹਾ। ਸਟੈਂਡਰਡ 'ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇਹਦੇ 'ਤੇ ਵੀ ਅਸੀਂ ਲੱਗੇ, ਜਿਸ ਤਰ੍ਹਾਂ ਨੇ ਕਿਹਾ ਵੀ ਉਹ ਨਗਰੀ ਦੁੱਧ ਮਤਲਬ ਹੁੰਦਾ, ਉਹ 'ਤੇ ਵੀ ਅਸੀਂ ਕਾਨੂੰਨ ਲਿਆ ਰਹੇ, ਇਸੇ ਕਰਕੇ ਲਿਆ ਰਹੇ ਵੀ ਉਹਦਾ ਵੀ ਬਣਾਈਏ ਵੀ ਉਹ ਸਖਤ ਸਜ਼ਾਵਾਂ ਮਿਲਣ,
ਮੁਸ਼ਕਲਾਂ ਆਈਆਂ ਨੇ ਪਿਛਲੇ 2 ਸਾਲ 2.5 ਸਾਲ ਤੋਂ ਕ੍ਰਾਈਸਿਸ ਦਾ ਸਮਾਂ ਹੈ, ਇੱਕ ਮਾੜਾ ਦੌਰ ਗੁਜ਼ਰ ਰਿਹਾ ਸਾਡੇ 'ਤੇ। ਉਹਦਾ ਕਾਰਨ ਇਹ ਹੈ ਕਿ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਅਸੀਂ WTO ਦੇ ਮੈਂਬਰ ਹਾਂ। WTO ਦੇ ਮੈਂਬਰ ਹੋਣ ਕਰਕੇ ਅਸੀਂ ਕਿਸੇ ਵੀ ਦੇਸ਼ ਨੂੰ ਜੇ ਉਹ ਸਾਡੇ ਤੋਂ ਸਸਤਾ ਸਮਾਨ ਨਾਟ ਓਨਲੀ ਦੁੱਧ ਵਗੈਰਾ ਹੋਰ ਵੀ ਜਿਹੜੀ ਚੀਜ਼ ਉਹ ਦੇ ਸਕਦਾ ਹੈ ਐਗਰੀਕਲਚਰ ਰਿਲੇਟਡ ਜਿਹੜੀ ਹੈ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੁਸੀਂ ਆਪ ਹੀ ਗੱਲ ਕੀਤੀ ਹੈ, ਦੋ ਇਹੋ ਜਿਹੇ ਦੇਸ਼ ਨੇ ਜਿੱਥੇ ਫਾਰਮਿੰਗ ਦਾ ਸਾਈਜ਼ ਬਹੁਤ ਵੱਡਾ ਹੈ, ਏਰੀਆ ਬਹੁਤ ਵੱਡਾ ਹੈ, ਫਾਰਮਿੰਗ ਸਾਈਜ਼ ਬਹੁਤ ਵੱਡਾ, ਉਹਨਾਂ ਦੀ ਕੋਸਟ ਆਫ ਮਿਲਕ ਪ੍ਰੋਡਕਸ਼ਨ ਸਾਡੇ ਨਾਲ ਕਿਤੇ ਘੱਟ ਹੈ। ਉਹ ਜਦੋਂ ਘੱਟ ਦੁੱਧ 'ਤੇ ਪੈਦਾ ਕਰਦੇ ਨੇ ਤਾਂ ਨੈਚੁਰਲੀ ਹੈ ਕਿ ਉਹ ਜਿਹੜਾ ਐਕਸਪੋਰਟ ਵੀ ਕਰ ਸਕਦੇ, ਐਕਸਪੋਰਟ ਸਬਸਿਡੀ ਬਹੁਤ ਦੇ ਰਹੀ ਹੈ ਉਹ ਸਰਕਾਰ। ਮੇਰਾ ਜਿਹੜਾ ਆਪਣਾ ਐਕਸਪੋਰਟ ਨਹੀਂ ਕਰ ਸਕਦੇ, ਅਸੀਂ ਐਕਸਪੋਰਟ ਕਰ ਸਕਦੇ ਜਿੱਥੇ ਅਸੀਂ ਜਾਣਾ ਸੀ ਬੰਗਲਾਦੇਸ਼ ਸ਼੍ਰੀਲੰਕਾ, ਉੱਥੇ ਉਹ ਮਾਲ ਸੁੱਟ ਗਏ ਨੇ। ਅਸੀਂ ਇਸ ਕਰਕੇ ਕਿਉਂਕਿ ਅੰਤਰਰਾਸ਼ਟਰੀ ਮੰਡੀ 'ਚ ਉਹ 140 ਰੁਪਏ ਨੂੰ ਸਕਿਮ ਮਿਲਕ ਪਾਊਡਰ ਦੇ ਰਹੇ ਆ, ਅਸੀਂ 160 ਰੁਪਏ ਤੋਂ ਘੱਟ ਵਿੱਚ ਅਸੀਂ ਆਪਣਾ ਘਰ ਤਾਂ ਸਾਂਭ ਲੈਂਦੇ ਜੀ। ਮੰਡੀਆਂ ਦੀ ਸਮੱਸਿਆ ਸਾਡੇ ਕੋਲ ਹੈਗੀ, ਚਿਲਿੰਗ ਸੈਂਟਰ ਸਾਡੇ ਕੋਲ ਨਹੀਂ ਹੈਗੇ, ਚਿਲਿੰਗ ਵਹੀਕਲ ਸਾਡੇ ਕੋਲ ਨਹੀਂ ਹੈਗੇ। ਆਪਣੇ ਘਰ ਦੀ ਗੱਲ, ਆਪਣੇ ਘਰ ਦੀ ਅਸੀਂ ਗੁਜਰਾਤ ਦੀ ਗੱਲ ਕੀਤੀ ਆ, ਗੁਜਰਾਤ ਦੇ ਵਿੱਚ ਕੋਆਪਰੇਟਿਵ ਮੂਵਮੈਂਟ ਸਫਲ ਆ, ਗੁਜਰਾਤ ਦੇ ਵਿੱਚ ਕੋਈ ਪ੍ਰਾਈਵੇਟ ਅਸੀਂ ਕਿਉਂ ਨਹੀਂ ਸਫਲ ਹੈਗੇ, ਮੇਰਾ ਸਵਾਲ ਇਹ ਆ। ਅਸੀਂ ਸਹਿਕਾਰਤਾ ਲਹਿਰ ਦੇ ਵਿੱਚ ਸਾਡਾ ਜਿਹੜਾ ਪੰਜਾਬੀ ਹੈ ਉਹ ਸਹਿਕਾਰਤਾ ਦੇ ਵਿੱਚ ਉਹਨਾਂ ਨਹੀਂ ਰਚਿਆ ਮਿਚਿਆ ਜਿੰਨਾ ਉਹ ਲੋਕ ਨੇ ਰਚੇ ਮਿਚੇ। ਕਿਉਂ ਨਹੀਂ ਰਚੇ ਮਿਚੇ? ਹਾਂ, ਉਹਦੇ ਵਿੱਚ ਸਾਡੇ ਕਾਸਟ ਕਰੀਅਰ, ਸਾਡੇ ਅਪ ਐਂਡ ਡਾਊਨ, ਸਾਡੀਆਂ ਜਿਹੜੀਆਂ ਡਿਫਰੈਂਸ਼ੀਅਲਸ ਬਿਟਵੀਨ ਦਾ ਕਮਿਊਨਿਟੀ ਉਹ ਬਹੁਤ ਜ਼ਿਆਦਾ ਹੈ। ਉੱਥੇ ਇੱਕੋ ਜਿਹੇ ਲੋਕ ਨੇ, ਬਹੁਤ ਵੱਡੇ ਅਮੀਰ ਨਹੀਂ, ਬਹੁਤ ਗਰੀਬ ਨਹੀਂ ਹਨਗੇ। ਇੱਥੇ ਪਿੰਡ ਦੇ ਵਿੱਚ ਤੁਸੀਂ ਦੇਖਦੇ ਸਾਰਾ ਕੁਛ ਚੰਨੀ ਮੈਂ। ਪੰਜਾਬ ਦੇ ਵਿੱਚ ਦੁੱਧ ਦੀ ਜਿਹੜੀ ਆ ਪੈਦਾਵਾਰ ਵਧੀ ਹੈ, ਕੋਈ ਸ਼ੱਕ ਨਹੀਂ। ਮੰਡੀ ਹਿੰਦੁਸਤਾਨ ਕੋਈ ਬਹੁਤ ਹੈ, 6% ਹਿਸਾਬ ਨਾਲ ਸਾਡੀ ਆਬਾਦੀ ਵੱਧ ਰਹੀ, 4% ਨਾਲ ਦੁੱਧ ਵੱਧ ਰਿਹਾ। 2030 ਦੇ ਵਿੱਚ ਜੇ ਤੁਸੀਂ ਦੁੱਧ ਨੂੰ ਨਾ ਵਧਾਇਆ, ਜੇ ਆਪਾਂ ਇਸ ਤਰ੍ਹਾਂ ਹੀ ਕਈ ਗੱਲਾਂ ਹੀ ਕਰਨੀਆਂ, ਮੈਂ ਉਹੀ ਕਹਿ ਰਿਹਾ, ਪੌਸ਼ਟਿਕ ਆਹਾਰ ਨਹੀਂ ਮਿਲੂਗਾ ਹਿੰਦੁਸਤਾਨ ਨੂੰ ਆਉਣ ਵਾਲੇ। ਹਾਂਜੀ, ਨਿਊਟ੍ਰੀਸ਼ਨ ਸਿਕਿਉਰਟੀ ਨਹੀਂ ਮਿਲਣੀ, ਠੀਕ ਹੈ, ਨਿਊਟ੍ਰੀਸ਼ਨ ਸਿਕਿਉਰਟੀ ਨਹੀਂ ਮਿਲਣੀ। ਅਸੀਂ ਗੱਲ ਕਰਦੇ ਮੰਤਰੀ ਸਾਹਿਬ, ਅਸੀਂ ਪਾਕਿਸਤਾਨ ਨੂੰ ਦੁੱਧ ਪਿਆਉਣਾ ਹੈਗਾ, ਪਾਕਿਸਤਾਨ ਨੂੰ ਦੁੱਧ ਨਹੀਂ ਪਿਆਉਂਦੇ। ਅਸੀਂ ਤਾਂ ਪਾਕਿਸਤਾਨ 'ਚੋਂ ਮੈਂ ਗੱਲ ਕੀਤੀ ਵੀ ਅਸੀਂ ਉੱਥੇ ਸੀਮਨ ਦੀ, ਉੱਥੇ ਚੰਗੀਆਂ ਜਿਹੜੀਆਂ ਆਪਣੀ ਲੀਲੀ ਲਾਵੇ ਦੀਆਂ ਮੱਝਾਂ ਨੇ ਜਾਂ ਹੋਰ ਸਾਰੀਆਂ, ਉੱਥੋਂ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਉਹ 30 ਲੀਟਰ ਤੱਕ, 32 ਲੀਟਰ ਤੱਕ ਲੱਗਿਆ ਵੀ ਉਹਨਾਂ। ਮੰਤਰੀ ਸਾਹਿਬ ਤੁਸੀਂ ਕਹਿ ਰਹੇ ਸੀ ਪਾਕਿਸਤਾਨ ਨੂੰ ਦੁੱਧ ਭੇਜਣਾ ਹੈਗਾ, ਅਸੀਂ ਉਹਦੇ ਸ਼ੋਰ ਕਰਨ ਵਾਸਤੇ ਭੇਜ ਸਕਦੇ ਅਸੀਂ? ਸਾਡੇ ਕੋਲ ਦੁੱਧ ਹੈਗਾ, ਸਾਡੇ ਕੋਲ ਇਹੋ ਸਟੈਂਡਰਡ ਦੁੱਧ ਹੈਗਾ, ਅਸੀਂ ਦੂਜੇ ਮੁਲਕਾਂ ਨੂੰ ਪਿਆਈਏ? ਨਹੀਂ ਨਹੀਂ, ਮੁਲਕਾਂ ਨੂੰ ਨਹੀਂ, ਅਸੀਂ ਸਟੇਟ ਦੀ ਗੱਲ ਕਰਦੇ ਹਾਂ। ਜੇ ਆਪਣੇ ਪੰਜਾਬ 'ਚ ਸਾਡੇ ਕੋਲ ਦੁੱਧ ਮਤਲਬ ਵਾਧੂ ਅੰਤ ਪਵੇ, ਉਹ 'ਚ ਕੋਈ ਦੋ ਰਹੇ, ਰੇਟ ਵੱਧ ਮਿਲਦਾ ਉੱਥੋਂ, ਉੱਥੇ 100 ਰੁਪਏ ਲੀਟਰ ਆ। ਇੱਥੇ ਜਿੰਨੀ ਮਿਹਨਤ ਕਰਦੇ ਆ ਸਾਰੇ ਪਸ਼ੂ ਪਾਲਕ ਵੀਰ, ਉਹਨਾਂ ਨਹੀਂ ਮਿਲਦਾ ਤਾਂ ਅਸੀਂ ਉੱਥੇ ਭੇਜਾਂਗੇ। 953 ਗ੍ਰਾਮ ਤੇ ਲਿਖਿਆ ਵੀ ਆ ਵੀ ਸਾਨੂੰ ਉੱਥੇ ਰੇਟ ਵੱਧ ਮਿਲ ਜੇ ਤੇ ਸਾਡੇ ਪਸ਼ੂ ਪਾਲਕ ਵੀਰ ਉੱਥੇ ਰੇਟ ਵੱਧ ਲੈਣਗੇ, ਇਕਨੋਮਿਕਲੀ ਠੀਕ ਹੋਣਗੇ, ਉਹਨਾਂ ਦੀ ਆਰਥਿਕ ਹਾਲਤ ਸੁਧਰੇਗੀ, ਉਹ ਮਾੜੀ ਗੱਲ ਤਾਂ ਨਹੀਂ। ਸਾਡੇ ਪਸ਼ੂ ਹਸਪਤਾਲ ਆ ਜਿਹੜੇ ਬੰਦ ਹੋ ਰਹੇ ਆ, ਡਾਕਟਰ ਉੱਥੇ ਹੈ ਨਹੀਂ ਕੋਈ, ਕੋਈ ਇੱਕ ਦੱਸ ਦਿਓ ਜਿਹੜਾ ਬੰਦ ਹੋ ਰਿਹਾ। ਹਾਂ, ਕੋਈ ਇੱਕ ਦੱਸ ਦਿਓ ਤੁਹਾਨੂੰ ਜਿਹੜਾ ਬੰਦ ਹੋ ਰਿਹਾ, ਕਲਾਸ 4th ਵਾਲੇ ਕਿਹਾ ਮੈਂ ਜੀ ਕਿਸੇ ਵੀ ਹਸਪੀਟਲ ਦੇ ਵਿੱਚ ਕਲਾਸ 4th ਹੈ ਨਹੀਂ ਡਾਕਟਰ ਨੇ ਬਾਹਰ ਕੋਈ ਕਿਸੇ ਦਾ ਪਸ਼ੂ ਦੇਖਣ ਜਾਣਾ ਹੈ ਤਾਂ ਉਹਨੂੰ ਤਾਲਾ ਲਾ ਕੇ ਜਾਣਾ ਪੈਂਦਾ ਜਿਹੜਾ ਦੂਜਾ ਮੈਂ ਇਹੀ ਸਵਾਲ ਕਰ ਰਿਹਾ ਸੀਗਾ ਤਾਲੇ ਲੱਗਦੇ ਪਏ
ਹੀ ਨਹੀਂ। ਡਾਕਟਰ ਡੰਗਰ ਦੇਖਣਗੇ, ਸਫਾਈ ਕਰਨਗੇ ਜੀ। ਮੰਤਰੀ ਸਾਹਿਬ, ਇੱਥੇ ਇਹਨਾਂ ਦੀ ਕੋਈ ਮੈਂ ਸਮਝਦਾ ਕਿ ਹੋ ਸਕਦਾ ਕੋਰ ਕਲਾਸ ਦੀ ਪ੍ਰੋਬਲਮ ਹੋਵੇ। ਸਾਨੂੰ 400 ਬੰਦਾ ਤੁਹਾਨੂੰ ਦੱਸਿਆ ਜਿਹੜਾ 15 ਦੇ ਵਿੱਚ ਉਹ ਕੋਰ ਕਲਾਸ ਸੀਗਾ, ਜਿਹੜਾ ਹੋਰ ਸੋਰਸ ਦੇ ਰਾਹੀਂ ਭਰਤੀ ਕਰਨਾ। ਇੱਥੇ ਇੱਕ ਕਮੀ ਹੋ ਸਕਦੀ, ਹੋਰ ਜਿੱਥੇ ਹੋਣੀ ਆ ਉਹ ਸਾਡਾ ਪੂਰਾ ਹੋ ਜਾਣਾ। ਇੱਕ ਇਹ ਵਿਭਾਗ ਆ ਜਿੱਥੇ 80% ਸਾਡੇ ਕੋਲ ਮੁਲਾਜ਼ਮ ਇਹ ਪਸ਼ੂ ਪਾਲਣ ਵਿਭਾਗ ਕੋਲ ਆ, 80% ਦੇ ਲਗਭਗ 20% ਸਾਡੀ ਘੱਟ ਆ, ਉਹਦੇ ਵਿੱਚ ਸਾਡੀ ਟੋਟਲ 100% ਜਿਹੜੀ ਉਹ ਮੁਲਾਜ਼ਮਾਂ ਦੀ ਪੂਰੀ ਹੋ ਜਾਣੀ। ਮੰਤਰੀ ਸਾਹਿਬ, ਸਾਡੇ ਕੋਲ ਚੀਜ਼ਾਂ ਸਾਰੀਆਂ ਹੈਗੀਆਂ, ਮੇਰਾ ਸਵਾਲ ਹੈ ਕਿ ਅਸੀਂ ਉਹਨਾਂ ਨੂੰ ਪ੍ਰੋਸੈਸ ਨਹੀਂ ਕਰ ਪਾ ਰਹੇ। ਪ੍ਰੋਸੈਸਿੰਗ ਨਹੀਂ ਸਾਡੇ ਕੋਲ ਹੈਗੀ, ਦੁੱਧ ਜੇ ਸਾਡੇ ਕੋਲ ਹੈਗਾ ਅਸੀਂ ਉਹਦੀ ਪ੍ਰੋਸੈਸਿੰਗ ਪ੍ਰੋਪਰ ਨਹੀਂ ਕਰ ਪਾ ਰਹੇ, ਅਸੀਂ ਉਹਦਾ ਮੰਡੀਕਰਨ ਨਹੀਂ ਕਰ ਪਾ ਰਹੇ, ਇਹ ਸਾਰੀਆਂ ਦਿੱਕਤਾਂ ਹੱਲ ਕਦੋਂ ਹੋਣਗੀਆਂ? ਮੰਡੀਕਰਨ ਦਾ ਤਾਂ ਦੱਸਿਆ, ਇੱਕ ਕਮੇਟੀ ਵੀ ਬਣਾਈ ਆ ਸਾਰਾ, ਉਹਦੇ ਵਿੱਚ ਮਤਲਬ ਉਹਦੀ ਰਿਪੋਰਟ ਵੀ ਆ ਵੀ ਅਸੀਂ ਆਪ ਚਿੰਤਕ ਇਸ ਗੱਲ ਨੂੰ ਵੀ ਇਹਨਾਂ ਨੂੰ ਉਹਦਾ ਪੂਰਾ ਲਾਭ ਜਿਹੜਾ, ਜਿੰਨੀ ਮਿਹਨਤ ਕਰਦੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫੀਡ ਦਾ, ਚਾਰੇ ਦਾ, ਹਰ ਚੀਜ਼ ਦਾ ਖਰਚੇ ਪੈ ਰਹੇ ਨੇ ਜਾਂ ਲੋਨ ਲੈ ਰਹੇ ਨੇ, ਉਹਦੇ ਮੁਤਾਬਕ ਦਾ ਕਰਕੇ ਉਹਨੂੰ ਅਸੀਂ ਉਹ ਯੂਨੀਵਰਸਿਟੀ ਲੈਵਲ 'ਤੇ ਵੀ ਉਹਦੇ 'ਚ ਬੰਦੇ ਪਾਏ, CM ਸਾਹਿਬ ਵੀ ਉਸ ਮੀਟਿੰਗ 'ਚ, ਅਸੀਂ ਵੀ ਉਹਦੇ ਵਿੱਚ ਹੀ ਪੂਰੇ ਮਤਲਬ ਸਾਰਾ ਜੇ ਧਿਆਨ ਹੈ ਤਾਂ ਮੈਂ ਸਮਝਦਾ ਉਹ ਸਾਡੇ ਸਹਾਇਕ ਕੀਤੇ ਧੰਦੇ ਆ। ਥੋੜ੍ਹਾ ਟਾਈਮ ਲੱਗਣਾ, ਕਾਫੀ ਅੱਗੇ ਨਾਲੋਂ ਅਸੀਂ ਲੈਣ 'ਤੇ ਗੱਡੀ ਚਾੜ ਦਿੱਤੀ ਆ। ਪਹਿਲਾਂ ਤਾਂ ਜਦੋਂ ਸ਼ੁਰੂ ਸੀ ਕੋਈ ਇੱਕ ਚੀਜ਼ ਵੀ ਨਹੀਂ ਪੂਰੀ ਹੁੰਦੀ, ਹੁਣ ਤਾਂ ਡਾਕਟਰਾਂ ਦੇ ਤੁਸੀਂ ਤਾਂ ਹਾਈ ਉਮੀਦ, ਪਸ਼ੂ ਧਨ ਚੈਂਪੀਅਨਸ਼ਿਪ ਸ਼ੁਰੂ ਹੋ ਗਈਆਂ, ਪਹਿਲਾਂ ਕਦੇ ਨਜ਼ਰ ਵੇਖੀਆਂ ਤੁਸੀਂ ਕਦੇ? ਆਹ 9 ਸਾਲ ਤੋਂ ਪਹਿਲਾਂ ਜਦੋਂ ਦਾ ਮਤਲਬ ਵੇਖਿਆ ਇਹੋ ਜਿਹੀਆਂ ਗੱਲਾਂ ਨੈਸ਼ਨਲ ਲੈਵਲ 'ਤੇ ਸ਼ੁਰੂ ਹੋਈਆਂ, ਹੁਣ ਇਹ ਵੀ ਨਹੀਂ ਵੀ ਇਕੱਲੇ ਸਟੇਟ ਲੈਵਲ 'ਤੇ, ਉੱਥੇ ਹਰ ਚੀਜ਼ ਦੀ ਜਾਗਰੂਕ ਜਿਹੜੀ ਹੁੰਦੀ ਆ। ਕਦੀ ਤੁਸੀਂ ਸੁਣਿਆ ਵੀ
ਸਤ ਇਹਨਾਂ ਦੀ ਮਿਹਨਤ ਸਦਕਾ ਇਹ ਨਹੀਂ ਵੀ ਅਸੀਂ ਸਾਡੀ ਮਿਹਨਤ ਮਿਹਨਤ ਇਹਨਾਂ ਦੀ ਆ ਮੇਰਾ ਸਵਾਲ ਹੈ ਕਿ ਜਿਹੜੇ ਪਸ਼ੂ ਧਨ ਉੱਥੇ ਲੈ ਕੇ ਆਉਂਦੇ ਆ ਜਿਹੜੇ ਰੇਸਾਂ ਜਿੱਤਦੇ ਆ ਉਹੀ ਪੁਰਾਣੇ ਬੰਦੇ ਆ ਰਹੇ ਨਵੇਂ ਬੰਦੇ ਕਿਉਂ ਨਹੀਂ ਆ ਰਹੇ ਮੇਰਾ ਸਵਾਲ ਇਹ ਆ ਮੇਰੀ ਬੇਨਤੀ ਸੁਣ ਲਓ ਉਹਦੇ ਵਿੱਚ ਸਾਨੂੰ ਪ੍ਰਾਪਤੀ ਕੀ ਹੋਈ ਮੈਂ ਦੱਸਣ ਲੱਗਾ ਤੁਹਾਨੂੰ ਸਾਨੂੰ ਖੁਦ ਨਹੀਂ ਪਤਾ ਵੀ ਸਾਡੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਪਸ਼ੂ ਪਾਲਕ ਮਿਹਨਤੀ ਇਨਸਾਨ ਨੇ 26-26 ਲੀਟਰ ਵਾਲੀ 22-22 ਲੀਟਰ ਵਾਲੀ ਮੱਝ ਹੈਗੀ ਸਾਨੂੰ ਖੁਦ ਨਹੀਂ ਪਤਾ ਵੀ ਸਾਡੇ ਕੋਲ ਬੱਕਰੀ ਵੀ ਜਿਹੜੀ ਆ 3-4 ਲੀਟਰ ਵਾਲੀ ਹੈਗੀ ਆ ਸਾਨੂੰ ਮਤਲਬ ਗਾਵਾਂ ਦਾ ਨਹੀਂ ਕਈ ਨਾ ਖੁਦ ਪਤਾ ਭਾਗ ਨੂੰ ਨਹੀਂ ਪਤਾ ਵੀ ਇੰਨੀਆਂ ਮਤਲਬ ਉੱਥੇ ਜਦੋਂ ਕੰਪੀਟੀਸ਼ਨ ਦੇ ਵਿੱਚ ਆਈਆਂ ਨੇ ਅਤੇ ਹੁਣ ਗਾਇਕ ਤਾਂ ਉੱਥੇ ਮੁਕਤਸਰ ਦੀ ਧਰਤੀ 'ਤੇ ਮੇਰਾ 62-64 ਲੀਟਰ ਵਾਲੀ ਜਿਹੜੀ 67 ਲੀਟਰ ਵਾਲੀ ਗਾਂ ਜਿਹੜੀ ਆ ਉੱਥੇ ਆਈ ਉਹ 2 ਲੱਖ ਨਾਮ ਲੈ ਗਈ ਉੱਥੋਂ ਇਹ ਹੁਣ ਹੀ ਸ਼ੁਰੂ ਹੋਇਆ 9-10 ਸਾਲਾਂ 'ਚ ਪਹਿਲਾਂ ਕਦੇ 8 ਕਰੋੜ ਦਾ ਝੋਟਾ ਸੁਣਿਆ ਸੀ ਕਦੇ ਮੱਝ 66 ਲੱਖ ਦੀ ਸੁਣੀ ਸੀ ਜਾਂ ਮਤਲਬ ਆਪਣੇ ਬੱਕਰੀਆਂ ਦੇ ਰੇਟ 2-2 ਲੱਖ ਪੈ ਜੇ ਇਹ ਤਾਂ ਹੁਣ ਹੀ ਸ਼ੁਰੂ ਹੋਇਆ ਜੇ ਧਿਆਨ ਦਿੱਤਾ ਸਰਕਾਰ ਨੇ ਅਜੇ ਕਮੀਆਂ ਪੇਸ਼ੀਆਂ ਹੈਗੀਆਂ ਇਹ ਵੀ ਮੰਨਦੇ ਵੀ ਇਹ ਸਾਰਾ ਕੁਝ ਚੱਲੋ ਤੁਸੀਂ ਕੁਝ ਤਾਂ ਮੰਨੇ ਵੀ ਕਮੀਆਂ ਪੇਸ਼ੀਆਂ ਹੈਗੀਆਂ ਨਹੀਂ ਨਹੀਂ ਮੈਂ ਸਾਰਾ ਕੁਝ ਚੱਲਣਾ ਹੋਰ ਬ੍ਰੇਕ ਲੈਣੇ ਆ ਕਮੀਆਂ ਪੇਸ਼ੀਆਂ ਹੋਰ ਵੀ ਕਰਾਵਾਂਗੇ ਕਿਉਂਕਿ ਅਸੀਂ ਹਰ ਚੀਜ਼ ਦਾ ਹੱਲ ਚਾਹੁੰਦੇ ਹਾਂ ਮੰਤਰੀ ਸਾਹਿਬ ਬ੍ਰੇਕ ਤੋਂ ਬਾਅਦ ਸਵਾਲ ਕਰਾਂਗੇ ਪੰਜਾਬ ਦੇ ਵਿੱਚ ਭਲਾਈ ਯੋਜਨਾਵਾਂ ਉਹ ਕਿੰਨੀਆਂ ਲਾਗੂ ਕੀਤੀਆਂ ਗਈਆਂ ਜੇ ਲਾਗੂ ਹੋਈਆਂ ਤਾਂ ਜ਼ਮੀਨ 'ਤੇ ਕਿਉਂ ਨਹੀਂ ਉਤਰੀਆਂ ਇਹ ਸਾਰੇ ਸਵਾਲ ਲੈ ਕੇ ਜਲਦ ਵਾਪਸ ਮੁੜਦੇ ਹਾਂ ਦੱਸੋ ਮੰਤਰੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਗੁਲਜਾਰ ਸਿੰਘ ਰਣੀਕੇ ਸਾਡੇ ਨਾਲ ਮੌਜੂਦ ਹੈ ਕਿ ਹੈ ਦੱਸੋ ਮੰਤਰੀ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਨੂੰ ਕਈ ਸਵਾਲ ਕੀਤੇ ਹੈ ਕਿ ਹੈ ਮੰਤਰੀ ਸਾਹਿਬ ਦਾ ਨਾਮ ਗੁਲਜ਼ਾਰ ਹੈ ਕਿ ਮੰਤਰੀ ਸਾਹਿਬ 9 ਸਾਲਾਂ ਦੇ ਵਿੱਚ ਮਹਿਕਮੇ ਨੂੰ ਗੁਲਜ਼ਾਰ ਕਰ ਸਕੇ ਹੋ ਕਿ ਨਹੀਂ ਕਰਤਾ ਆਪਣੀਆਂ ਪ੍ਰਾਪਤੀਆਂ ਦੱਸ ਸਕਦੇ ਹੋ ਤੁਸੀਂ ਵੱਡੀ ਪ੍ਰਾਪਤੀ ਕੀ ਰਹੀ ਤੁਹਾਡੀ ਵੱਡੀ ਪ੍ਰਾਪਤੀ ਵੱਡੀ ਪ੍ਰਾਪਤੀ ਤਾਂ ਸਾਡੀ ਜਿਹੜਾ ਤੁਹਾਨੂੰ ਦੱਸਿਆ ਕੱਲ੍ਹ ਇਹ ਫਾਰਮ 42 ਕਰੋੜ ਦਾ ਮਾਡਰਨ ਫਾਰਮ ਜਿੱਥੇ ਸਾਰੇ ਕਿਸਾਨ ਵੀਰਾਂ ਨੂੰ ਵੀ ਅਤੇ ਦੂਜੇ ਪਸ਼ੂ ਪਾਲਕ ਵੀਰਾਂ ਨੂੰ ਵੀ ਅੱਜ ਦੇ ਯੁੱਗ 'ਤੇ ਸਹੂਲਤਾਂ ਜਿੰਨੀਆਂ ਚਾਹੀਦੀਆਂ ਜਿੱਥੇ ਇੱਥੇ ਵੀ ਡਿਸਕਸ ਹੋਈ ਉਹ ਬਣਾਇਆ 32 ਏਕੜ ਦੇ ਵਿੱਚ ਉਸ ਤੋਂ ਬਾਅਦ ਸਾਡੀਆਂ ਮੰਡੀਆਂ ਜਿਹੜੀਆਂ ਕੈਟਲ ਫੇਅਰ ਦੀਆਂ ਲੱਗਦੀਆਂ ਸੀ ਕੋਈ ਸੂਏ 'ਤੇ ਲੱਗਦੀ ਕੋਈ ਰਸਤਿਆਂ 'ਤੇ ਲੱਗਦੀਆਂ ਸੀ ਕਿਤੇ ਲੱਗਦੀਆਂ ਸੀ ਟੋਟਲੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੰਡੀਆਂ ਜਿਹੜੀਆਂ 4-5 ਕਰੋੜ ਦਾ ਜਿੱਥੇ ਮੇਲੇ ਲੱਗਦੇ ਆ ਸੇਲ ਦੇ ਉੱਥੇ ਉਹ ਸ਼ੁਰੂ ਕਰ ਦਿੱਤੀਆਂ ਪਸ਼ੂ ਧਨ ਚੈਂਪੀਅਨਸ਼ਿਪ ਜਿਹੜੀ ਹੈ ਤੁਹਾਨੂੰ ਦੱਸਿਆ ਵੀ ਉਹ ਸਾਰੇ ਜ਼ਿਲ੍ਹਿਆਂ ਤੋਂ ਲੈ ਕੇ ਸਟੇਟ ਲੈਵਲ ਤੋਂ ਮੁੜ ਕੇ ਨੈਸ਼ਨਲ ਲੈਵਲ 'ਤੇ ਉਹ ਹੀ ਖੜੀ ਹੈ ਔਰ ਉਸ ਤੋਂ ਵੱਖਰਾ ਸਿੰਗਲ ਵਿੰਡੋ ਜਿਹੜਾ ਨਾਰਾ ਆਪਣਾ ਸਾਡਾ ਸਰਕਾਰ ਦਾ ਵੀ ਸਿੰਗਲ ਵਿੰਡੋ ਥੱਲੇ ਕੰਮ ਕਰਨਾ ਦਫ਼ਤਰ ਹੀ ਇੱਥੇ ਸਾਰਾ 30 ਕਰੋੜ ਰੁਪਈਏ ਦਾ ਲਾ ਕੇ ਮਾਲੀ ਤਿੰਨਾਂ ਡਿਪਾਰਟਮੈਂਟਾਂ ਨੂੰ ਇਕੱਠਿਆਂ ਕਰਕੇ ਅਜੇ ਤੱਕ ਕਿਰਾਏ 'ਤੇ ਰਹਿਣ ਦੇ ਜਦੋਂ ਦਾ ਦੋ ਤਾਂ ਯਾਦ ਹੋਇਆ ਉਦੋਂ ਦੇ ਦਫ਼ਤਰ ਸਾਡੇ ਇਹਨਾਂ ਦੇ ਸਾਰੇ ਕਿਰਾਏ 'ਤੇ ਉਹ ਵੀ ਅਸੀਂ ਇੱਥੇ ਮੁਹਾਲੀ ਦੇ ਵਿੱਚ ਬਹੁਤ ਵਧੀਆ ਮਤਲਬ ਦਫ਼ਤਰ ਵੀ ਇਹਨਾਂ ਨੂੰ ਦੇਣ ਲੱਗੇ ਵੀ ਉਹਦੇ ਨਾਲ ਸੁੱਖ ਸਹੂਲਤਾਂ ਜਿਹੜੀਆਂ ਪਸ਼ੂ ਪਾਲਕਾਂ ਵੀਰਾਂ ਨੂੰ ਕੋਈ ਵੀ ਇਹਨਾਂ ਜਾਣਕਾਰੀ ਲੈਣੀ ਇੱਕੋ ਦਫ਼ਤਰ 'ਚ ਜਾਣਗੇ ਇਹ ਨਹੀਂ ਵੀ ਮੱਸੀ ਵਾਲੇ ਨੂੰ ਵੱਖਰਾ ਲੱਭਣਗੇ ਡੇਅਰੀ ਵਾਲੇ ਨੂੰ ਵੱਖਰਾ ਲੱਭਣਗੇ ਪਸ਼ੂ ਪਾਲਕ ਦੇ ਦਫ਼ਤਰ 'ਚ ਵੱਖਰਾ ਜਾਣਗੇ ਜੀ ਇੱਕ ਥਾਂ ਸਾਰੇ ਮਾਲਕ ਬਣਾ ਦਿੱਤੇ ਆ ਸਾਰੇ ਹੋਸਪਿਟਲ ਜਿਹੜੇ ਆ ਤਕਰੀਬਨ ਉਹ ਸਾਰੇ ਨਵੇਂ ਬਣਾ ਦਿੱਤੇ ਵਧੀਆ ਇਹਨਾਂ ਨੂੰ ਪੁੱਛ ਲਓ ਜੇ ਇਹਨਾਂ ਨੂੰ ਪਤਾ ਵੀ ਹੋਣਾ ਕਿ ਜਿਸ ਤਰ੍ਹਾਂ ਦੇ ਮਤਲਬ ਇਸ ਤਰ੍ਹਾਂ ਦੀ ਆਹ ਬਿਲਡਿੰਗ ਜਿਸ ਤਰ੍ਹਾਂ ਦੀ ਤੁਹਾਡੀ ਇਹੋ ਜਿਹੀ ਬਿਲਡਿੰਗਾਂ ਜਿਹੜੀਆਂ ਤੁਸੀਂ ਹੋਸਪਿਟਲ ਦੀ ਗੱਲ ਕਰ ਰਹੇ ਹੋ ਹੋਸਪਿਟਲ ਸਵਾਲ ਲੈ ਇੱਕ ਜੇ ਤੁਹਾਡੀ ਯਾਦ ਹੋਵੇ ਹਾਂ ਲੈ ਲਓ ਲੈ ਲਓ ਹਸਪਤਾਲ ਤੁਸੀਂ ਕਹ ਰਹੇ ਬਹੁਤ ਸੋਹਣੇ ਬਣਾਤੇ ਹਾਂ ਬੜੇ ਵਧੀਆ ਬਣੇ ਆ ਪਰ ਉਹਨਾਂ ਵਿੱਚ ਇਨਫਰਾਸਟ੍ਰਕਚਰ ਵੀ ਚਾਹੀਦਾ ਹੁੰਦਾ ਮੰਤਰੀ ਸਾਹਿਬ ਕੁਰਸੀਆਂ ਜਾਣਗੀਆਂ ਵੀ ਜਾਣਗੇ ਜਿੱਥੇ ਕਿਤੇ ਕਮੀ ਪੇਸ਼ੀ ਦੱਸ ਦਿਓ ਵੀ ਬੁਨਿਆਦੀ ਸਹੂਲਤਾਂ ਸਾਰੀਆਂ ਹੈਗੀਆਂ ਉੱਥੇ ਢਾਂਚਾ ਮਜ਼ਬੂਤ ਹੈਗਾ ਸਾਰਾ ਕੁਝ ਡਾਕਟਰ ਤੱਕ ਜਿੱਥੇ ਕਿਤੇ ਤੁਹਾਨੂੰ ਦੱਸਿਆ ਕਿ 20% ਸਾਡੀ ਕਮੀ ਪੇਸ਼ੀ ਉੱਥੇ ਇਹ ਹੋਣਾ ਭਰਤੀ ਕਰਕੇ ਪੂਰੀ ਕਰ ਦਿਓ ਚਲੋ ਮੈਂ ਸਵਾਲ ਲੈ ਲਾਂ ਇੱਕ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਸਾਡੇ ਮਾਨਸਾ ਦੇ ਵਿੱਚ ਖਿਆਲੇ ਹਸਪਤਾਲ ਦੇ ਵਿੱਚ ਜਿਹੜਾ ਫਰਿੱਜ ਹੈ ਆਪਣੇ ਦਿੱਤਾ ਹੋਇਆ ਮਹਿਕਮੇ ਨੂੰ ਉਹ ਚੱਲਦਾ ਨਹੀਂ ਹੈ ਜਿਹੜੀ ਵੈਕਸੀਨ ਡਾਕਟਰ ਸਾਹਿਬ ਲਾਉਂਦੇ ਆ ਮੂੰਹ ਖੁਰਦੀ ਉਹ ਹੱਥਾਂ 'ਚ ਚੱਕੀ ਫਿਰਦੇ ਹੁੰਦੇ ਆ ਥੋੜ੍ਹੀ ਬਹੁਤੀ ਬਰਫ਼ ਪਾ ਕੇ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਕਿ ਪਸ਼ੂ ਧਨ ਬਚ ਜੂ ਉਹਦੇ ਕੋਲਡ ਚੇਨ ਜਿਹੜੀ ਆ ਨਾ ਉਹ ਹਰ ਅਸੀਂ ਪਹਿਲਾਂ ਮੁਹੱਈਆ ਕਰਾਈ ਆ ਜੇ ਕਿ ਉੱਥੇ ਕੋਈ ਇਹੋ ਜਿਹੀ ਗੱਲ ਹੈਗੀ ਉਹਦਾ ਪਤਾ ਕਰਾ ਲੈਣੇ ਕਿ ਕਦੇ ਹਸਪਤਾਲ 'ਚ ਹੋ ਸਕਦਾ ਕੋਈ ਕਮੀ ਪੇਸ਼ੀ ਇਹੋ ਜਿਹੀ ਹੋਵੇ ਇਹ ਮਹਿਕਮਾ ਸਿਰਫ ਤੁਹਾਡਾ ਪਸ਼ੂ ਪਾਲਣ ਨਾਲ ਨਹੀਂ ਜੁੜਿਆ ਹੋਇਆ ਹੈ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਰਣੀਕੇ ਸਾਹਿਬ ਤੁਸੀਂ ਆਪ ਵੀ ਲਿਖਦੇ ਹੈਗੇ ਹੋ ਕਿ GDP ਦੇ ਵਿੱਚ ਜਿਹੜਾ ਕਿੰਨਾ ਹਿੱਸਾ ਪੈ ਰਿਹਾ ਹੈਗਾ 13% 13% ਪੈ ਰਿਹਾ ਤੁਸੀਂ ਸੈਟੀਸਫਾਈਡ ਹੋ 13% ਪੈ ਰਿਹਾ ਹੋਰ ਵਧਾਵਾਂਗੇ ਇਹਨੂੰ ਅਸੀਂ ਤਾਂ ਇਹੀ ਤਾਂ 13 ਤਾਂ ਇਹੀ ਜਦੋਂ ਮੇਰੇ ਕੋਲ ਮਹਿਕਮਾ ਪਹਿਲਾਂ ਤਾਂ 4 ਤੇ ਕਿੱਥੇ ਹੀ ਹੈ ਇੱਥੋਂ ਲੈ ਕੇ ਹੁਣ ਚਾਹੇ ਤੱਕ ਆਇਆ ਪਰ ਮਿਹਨਤ ਇਹਨਾਂ ਦੀ ਆ ਇਹ ਨਹੀਂ ਵੀ ਮੇਰੀ ਆ ਮਿਹਨਤ ਇਹਨਾਂ ਵੀਰਾਂ ਦੀ ਆ ਜਿਹਨਾਂ ਨੇ ਮਿਹਨਤ ਕੀਤੀ ਆ ਇਹੀ ਦੇ ਨਾਲ ਇਹਨਾਂ ਨੂੰ ਸਾਵਾ ਸੇ ਦੇਣ ਵਾਸਤੇ ਸਰਕਾਰ ਵੱਲੋਂ ਕੋਈ ਪਰੇਸ਼ਾਨੀ ਦੂਰ ਕਰਨ ਵਾਸਤੇ ਆ ਮਿਹਨਤ ਕਿਸਾਨ ਵੀਰਾਂ ਦੀ ਆ ਸਾਰਿਆਂ ਦੀ ਪਸ਼ੂ ਪਾਲਕ ਵੀਰਾਂ ਦੀ ਆ ਸਾਡਾ ਤਾਂ ਇਹਨਾਂ ਦੇ ਮਤਲਬ ਜਿਸ ਤਰ੍ਹਾਂ ਕਹਿ ਲਓ ਵੀ ਅਸੀਂ ਹੈਲਪਰ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਵੀ ਅਸੀਂ ਵੀ ਵਿਭਾਗ ਵੀ ਇਹਨਾਂ ਦੀ ਸੇਵਾ ਵਿੱਚ ਅਸੀਂ ਹੋਰ ਵੀ ਸੇਵਾ ਦੀ ਗੱਲ ਕਰਦੇ ਹੋ ਪੰਜਾਬ ਨੂੰ ਵੈਲਫੇਅਰ ਸਟੇਟ ਕਿਹਾ ਜਾਂਦਾ ਸਾਰੇ ਕਹਿੰਦੇ ਆ ਕਿ ਪੰਜਾਬ ਵਿੱਚ ਵੈਲਫੇਅਰ ਸਕੀਮਾਂ ਬਹੁਤ ਹੈਗੀਆਂ
ਪਹਿਲੀ ਵਾਰੀ ਹਿਸਟਰੀ ਦੇ ਵਿੱਚ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਉਹ ਅਕਾਲੀ ਦਲ ਵੱਲੋਂ ਜਿੱਤ ਕੇ ਇਹ 'ਚ ਆਏ। ਪਹਿਲੀ ਹਿਸਟਰੀ ਆ, ਇਤਿਹਾਸ ਆ ਜੀ। ਜੇ ਨਿਰਾਸ਼ ਹੋਣ ਤਾਂ ਇੰਨੇ ਹੋਣ, ਕਿਉਂ ਪਹਿਲਾਂ ਉੱਧਰ ਹੁੰਦੇ ਸੀ ਦੂਜੇ ਪਾਸੇ। ਔਰ ਸਕੀਮਾਂ ਜਿੰਨੀਆਂ ਚੱਲੀਆਂ ਉਦੋਂ ਬਣੀਆਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਆਈ ਆ। ਜੇ ਸੈਕਿੰਡ ਸਕੀਮ 51 ਤੋਂ ਸ਼ੁਰੂ ਕੀਤੀ, 15,000 ਕੀਤੀ, ਉਹ ਵੀ ਉਦੋਂ ਹੋਈ ਜਦੋਂ ਸਰਕਾਰ ਮੁੱਖ ਮੰਤਰੀ ਬਾਲ ਸਾਹਿਬ ਬਣੇ। ਜੇ ਜਨੇਪਾ ਸਕੀਮਾਂ ਬਣੀਆਂ, ਜੇ ਅੱਜ ਬੱਚਿਆਂ ਨੂੰ ਸਾਈਕਲ, ਗਰੀਬਾਂ ਨੂੰ ਜਿਹੜੀਆਂ ਬੱਚੀਆਂ ਵਿਚਾਰੀਆਂ ਦੂਰ ਨੇੜੇ ਨਹੀਂ ਜਾ ਸਕਦੀਆਂ, ਉਹ ਪਲੱਸ ਟੂ ਤੋਂ ਵੱਲ ਵਾਨੀਆਂ ਰਹਿ ਜਾਂਦੀਆਂ ਸੀ ਮੈਟ੍ਰਿਕ ਕਰਕੇ, ਦੋ ਸਕੂਲਾਂ 'ਚ ਉਹ ਸਕੀਮ ਬਣਾਈ, ਉਹ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਅਤੇ BJP ਸਾਂਝੀ ਦੀ ਸਰਕਾਰ ਨੇ ਬਣਾਈ। ਵੈਲਫੇਅਰ ਦੀਆਂ ਜਿੰਨੀਆਂ ਸਕੀਮ, ਆਟਾ ਦਾਲ ਦੀ ਸਕੀਮ ਗਰੀਬਾਂ ਵਾਸਤੇ ਜੇ ਬਣੀ, ਕਿਤੇ ਹਿੰਦੁਸਤਾਨ ਦੇ ਹੋਰ ਸੂਬੇ 'ਚ ਹੈਣੀ, ਕਿਤੇ ਉਹ ਨੈਸ਼ਨਲ ਲੈਵਲ 'ਤੇ ਕੋਈ ਸਕੀਮ ਨਹੀਂ ਬਣ ਸਕੀ, ਉਹ ਸ਼੍ਰੋਮਣੀ ਅਕਾਲੀ ਦਲ ਕੇਂਦਰ ਵਿੱਚ ਜਿਹੜੀਆਂ ਸਰਕਾਰਾਂ ਰਹਿੰਦੀਆਂ ਫਿਰ ਤੁਹਾਡਾ ਵਿਰੋਧ ਕਿਉਂ ਕਰਦੀਆਂ ਵੀ ਬਹੁਤ ਵੈਲਫੇਅਰ ਸਕੀਮਾਂ ਤੁਸੀਂ ਦੇ ਰਹੇ ਹੋ? ਅਸੀਂ ਮਤਲਬ ਸੁਣ ਲਓ ਨਾ ਜੀ, ਹੁਣ ਇਹ ਤਾਂ ਇਹ ਆਟਾ ਦਾਲ ਦੀ ਸਕੀਮ ਕਰੀ ਇੱਥੇ ਲਾਗੂ ਹੋਈ, ਕਿਤੇ ਵੀ ਪੰਜਾਬ ਤੋਂ ਬਾਅਦ ਕਿਸਾਨ ਵੀਰਾਂ ਦੇ ਬੰਬੀਆਂ ਦੇ ਬਿੱਲ ਮਾਫ ਨਹੀਂ ਹੈਗੇ। ਇਹਨੇ ਪਿੱਛੇ ਸਰਕਾਰ ਬਦਲੀ ਹੋਰ ਆਏ ਸੀ ਕੈਪਟਨ ਸਾਹਿਬ ਤੋਂ ਉਹਨੇ ਬਿੱਲ ਆਣ ਕੇ ਲਾਤੇ, ਮਾਮਲੇ ਦੇ ਨਾਮ ਮਾਮਲਾ ਕਿਤੇ ਨਹੀਂ ਮਾਫ, ਹੋਰ ਸੂਬਿਆਂ 'ਚ ਕਿਤੇ ਨਹੀਂ ਹੈਗਾ, ਇਕੱਲਾ ਪੰਜਾਬ 'ਚ। ਔਰ ਕਿਤੇ ਵੀ ਸ਼ਗਨ ਸਕੀਮ ਦੀ ਜਿਹੜੀ ਗੱਲ ਹੁਣ ਨਕਲ ਮਾਰ ਲੱਗੇ ਸਾਡੀ, ਉਹ ਮਤਲਬ ਬਾਲ ਸਾਹਿਬ ਦੀ ਵੀ ਹੁਣ ਇਹੀ ਚੀਜ਼ਾਂ ਜਿਹੜੀਆਂ ਸ਼ੁਰੂ ਕਰ ਦਈਏ ਅਤੇ ਵੈਲਫੇਅਰ ਦੀਆਂ ਜਿੰਨੀਆਂ ਸਕੀਮਾਂ ਨੇ ਤੁਹਾਨੂੰ ਦੱਸਿਆ, ਜੇ ਬੱਚੀ ਦਾ ਜਦੋਂ ਜਨਮ ਹੁੰਦਾ, ਇੱਕ ਮਿੰਟ ਮੇਰੀ ਬੇਨਤੀ, ਬੱਚੀ ਦਾ ਜਦੋਂ ਜਨਮ ਹੁੰਦਾ ਉਹ ਚਿੰਤਾ ਹੁੰਦੀ ਮਾਂ ਪਿਓ ਨੇ, ਉਹ ਵੀ ਬਾਲ ਸਾਹਿਬ ਨੇ ਚੱਕ ਲਈ। ਜੇ ਵਿਆਹ ਦੀ ਚਿੰਤਾ ਉਹ ਵੀ ਬਾਲ ਸਾਹਿਬ ਨੂੰ, ਜੇ ਉਹਦੀ ਪੜ੍ਹਾਈ ਦੀ ਚਿੰਤਾ ਉਹ ਵੀ ਬਾਲ ਸਾਹਿਬ ਨੂੰ, ਕਿ ਉਹਦੀ ਪੜ੍ਹਾਈ ਜਿਹੜੀ ਹੈ ਕਿ ਬੱਚੀ ਦੀ ਪੜ੍ਹਾਈ ਨਾ ਖਰਾਬ ਹੋਵੇ, ਉਹਨੂੰ ਸਾਈਕਲ ਲੈ ਕੇ ਉਹਦੀਆਂ ਕਿਤਾਬਾਂ ਤੱਕ ਜੇ ਜਾਂਦੀਆਂ ਤਾਂ ਉਹ ਵੀ ਉੱਥੋਂ ਜਾਂਦੀਆਂ। ਸ਼ਗਨ ਸਕੀਮ ਟਾਈਮ ਮਤਲਬ ਸਕੀਮਾਂ, ਮੇਰਾ ਮਤਲਬ ਜਾ ਰਹੀ ਹੈ ਸ਼ਗਨ ਸਕੀਮ, ਭਲਾਈ ਦੀਆਂ ਜਿੰਨੀਆਂ ਸਕੀਮਾਂ ਉਦੋਂ ਹੀ ਬਣੀਆਂ ਨੇ, ਉਦੋਂ ਹੋ ਜਾਏਗਾ ਪੈਸਾ ਪੂਰੇ ਟਾਈਮ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ? ਮੇਰੀ ਬੇਨਤੀ, ਮੇਰੀ ਬੇਨਤੀ ਇੱਕ ਮਿੰਟ ਹੁਣ ਸੁਣ ਲਓ, ਥੋੜ੍ਹੀ ਜਿਹੀ ਮੈਨੂੰ ਦੇ ਦਿਓ। ਮੇਰਾ ਮੈਂ ਕਹਿਣ ਦਾ ਮਤਲਬ ਆ, ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹੁੰਦਾ ਵੀ ਭਲਾਈ ਸਕੀਮਾਂ ਜਿੰਨੀਆਂ ਵੀ ਅੱਜ ਚੱਲ ਰਹੀਆਂ, ਜਿੰਨੀਆਂ ਵੀ ਹੋ ਚਾਹੀਆਂ, ਉਦੋਂ ਆਈਆਂ ਜਦੋਂ ਮੁੱਖ ਮੰਤਰੀ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਣੇ ਨੇ। ਜਿੰਨਾ ਉਹਨਾਂ ਨੂੰ ਦਰਦ ਆ ਗਰੀਬਾਂ ਦਾ, ਕਿਸਾਨੀ ਦਾ, ਮੈਨੂੰ ਅਜੇ ਮਾਂ ਨੇ ਦੂਜਾ ਪੁੱਤ ਹੀ ਨਹੀਂ ਜੰਮਿਆ, ਜਿੰਨਾ ਉਹ ਕਿਸਾਨੀ ਨੂੰ ਸਮਝਦੇ ਆ ਅਤੇ ਮਜ਼ਦੂਰਾਂ ਨੂੰ ਸਮਝਦੇ ਆ ਅਤੇ ਗਰੀਬੀ ਨੂੰ ਸਮਝਦੇ। ਹੁਣ ਮੈਂ ਸਵਾਲ ਕਰ ਲਾਂ ਤੁਹਾਡੇ ਜਾਇਜ਼ ਤੋਂ, ਕਰ ਲਓ ਚਲੋ, ਹੁਣ ਮੈਂ ਤਾਂ ਲਈ ਹੋ ਅੱਗੇ ਜਾਣਾ ਸੀ। ਚਲੋ, ਸ਼ਗਨ ਸਕੀਮ ਆ ਉਹ ਸਮੇਂ 'ਤੇ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ? ਸ਼ਗਨ ਸਕੀਮ ਕੋਈ ਪੈਸੇ ਦੀ ਕਮੀ ਨਹੀਂ, ਸਾਡਾ ਅਪ ਟੂ ਡੇਟ ਆ। ਪ੍ਰੋਬਲਮ ਉੱਥੇ ਥੋੜ੍ਹੀ ਆਈ ਜਿੱਥੇ ਸ਼ਗਨ ਸਕੀਮ ਪਹਿਲਾਂ ਔਨਲਾਈਨ ਸੀ, ਅਤੇ ਜਿਹੜੇ ਗਰੀਬ ਵੀ ਜਿੱਥੇ ਕਿਤੇ ਸਾਡੇ ਵਰਗੇ ਜਾਂ ਬੰਦੇ ਤੁਸੀਂ ਬਹੁਤ ਵਾਰ ਕਹਿ ਲਓ ਜਾਂ ਪੰਚਾਇਤਾਂ 'ਚ ਥੋੜ੍ਹੀ ਬਹੁਤੀ ਨਹੀਂ ਗਰੀਬਾਂ 'ਤੇ ਧਿਆਨ ਦਿੰਦੇ, ਉਹ ਵਿਚਾਰੇ ਆਪਣੇ ਆਪ ਹੀ ਉਹਨਾਂ ਨੇ ਅਕਾਊਂਟ ਨੰਬਰ ਗਲਤ ਦੇ ਦਿੱਤੇ, ਉਹ ਅਕਾਊਂਟ ਨੰਬਰਾਂ ਦੇ ਕਈਆਂ ਦੇ ਪੈਸੇ ਵਿਚਾਰਿਆਂ ਦੇ ਵਾਪਸ ਮੁੜੇ। ਮੇਰੇ ਆਪਣੇ ਹਲਕੇ 2-3 ਕੇਸ ਸੀ, ਉਹ ਫਿਰ ਮਾਂ ਪੈਰਵਾਈ ਕਰਕੇ ਉਹ ਫਿਰ ਮੈਂ ਉਹਨੂੰ ਵੈਲਫੇਅਰ ਅਫਸਰ ਦੀ ਡਿਊਟੀ ਲਈ ਫਿਰ ਇੱਥੋਂ ਆਣ ਕੇ ਹੈੱਡ ਆਫਿਸ 'ਚੋਂ ਪੈਸੇ ਉਹ ਚਲੇ ਗਏ। ਜੇ ਕਿਤੇ ਹਾਲੇ ਵੀ ਥੋੜ੍ਹੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਹੈਗੀ ਆ, ਅਸੀਂ ਅੱਜ ਮੈਂ ਪੇਪਰ 'ਚ ਵੀ ਦਿੱਤਾ ਸੀ, ਇੱਕ ਮਤਲਬ ਆਪਣਾ ਅਖਬਾਰ ਦੇ ਵਿੱਚ ਵੀ ਇਸ਼ਤਿਹਾਰ ਵੀ ਦਿੱਤਾ ਸੀ ਵੀ ਜਿੱਥੇ ਜਿੱਥੇ ਕਿਹੋ ਜਿਹੀ ਗੱਲ ਹੈਗੀ ਆ, ਪੈਸੇ ਹੈਗੇ ਨੇ ਉਹ ਮਿਲ ਸਕਦੇ ਆ, ਜੇ ਉਹ ਜੋ ਕੇਸ ਨੇ ਜਾਇਜ਼ ਕੇਸ ਨੇ ਅਤੇ ਉਹ ਬੈਂਕਾਂ ਦੀ ਕਾਰਵਾਈ ਕਰਕੇ ਕੋਈ ਮਿਸਟੇਕ ਆ ਅਕਾਊਂਟ ਦੀ, ਤਾਂ ਅਕਾਊਂਟ ਕਿਤੇ ਕੋਈ ਗਲਤ ਆ, ਕੋਈ ਅਕਾਊਂਟ ਉਹਨਾਂ 'ਚ ਬੰਦ ਦੇ, ਤੁਹਾਡੇ ਮੁਤਾਬਕ ਕਦੋਂ ਤੱਕ ਦੇ ਸਾਰੇ ਖਾਤੇ ਕਲੀਅਰ ਹੋ ਚੁੱਕੇ ਆ, ਸਾਰਿਆਂ ਨੂੰ ਪੈਸਾ ਤੁਸੀਂ ਦੇ ਚੁੱਕੇ? ਸਾਡਾ ਅਪ ਟੂ ਡੇਟ ਆ। ਅੱਜ ਤੁਹਾਡੇ ਰਾਹੀਂ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਸਰਪੰਚ ਸਾਹਿਬਾਨਾਂ ਨੂੰ ਜਾਂ ਹੋਰ ਮੋਹਤਬਾਰ ਜਿੰਨੇ ਨੇ ਪੰਚਾਇਤਾਂ ਨੂੰ ਵੀ ਜਾਂ ਪਿੰਡ ਵਾਲਿਆਂ ਨੂੰ ਵੀ, ਜਿਹੜੇ ਜਿੱਥੇ ਕਿਤੇ ਗਰੀਬ ਦੀ ਗੱਲ ਇਹੋ ਜਿਹੀ ਹੈਗੀ, ਉਹਦਾ ਆਪ ਉਹਦੀ ਪੈਰਵਾਈ ਕਰਕੇ ਉਹਦਾ ਬੈਂਕ ਦੇ ਰਾਹੀਂ ਜੇ ਮੇਰੇ ਲੈਵਲ 'ਤੇ ਲੋੜ ਹੈ ਮੈਨੂੰ ਫੋਨ ਸਿੱਧਾ ਕਰ ਲੈਣ, ਕਿਹਦੇ ਲੋੜ ਹੈ ਉੱਥੇ ਕਰ ਲੈਣ, ਇਹੀ ਉਹਨੂੰ ਉਹਦੇ ਪੈਸੇ ਹੈਗੇ ਉਹਦੇ ਚੈੱਕ ਚਲੇ ਜਾਣ। ਠੀਕ ਹੈ, ਮੈਂ ਸਵਾਲ ਲੈ ਲਾਂ ਦਰਸ਼ਕਾਂ ਦੀ ਕਚਹਿਰੀ 'ਚੋਂ, ਸ਼ਗਨ ਸਕੀਮਾਂ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ? ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਉਹ ਕੇਸ ਪਏ ਨੇ ਜਿਹੜਿਆਂ ਦੇ ਪੈਸੇ 2010 ਤੋਂ ਖੜ੍ਹੇ ਨੇ, 2010 ਤੋਂ 13 ਦੇ ਵਿਚਕਾਰ ਰਹੇ, ਕਿਉਂਕਿ ਲੋਕਾਂ ਨੇ ਜਿਨ੍ਹਾਂ ਨੇ ਗਰੀਬਾਂ ਨੇ ਵਿਆਹ ਕਰ ਲਏ ਕਿਸੇ ਤੋਂ ਉਧਾਰੇ ਫੜ ਕੇ ਕਿਸੇ ਨਾਲ ਵੀ, ਉਹਨਾਂ ਨੂੰ ਬਹੁਤ ਮੁਸ਼ਕਲ ਆ, ਉਹ ਵਾਰ ਵਾਰ ਆ ਕੇ ਪੰਚਾਇਤਾਂ ਨੂੰ ਪੁੱਛਦੇ ਨੇ ਪੰਚਾਇਤਾਂ ਕੀ ਜਵਾਬ ਦੇਣ। ਔਰ ਇਹੋ ਜਿਹਾ ਕਿ ਸਾਡੇ ਕੋਲ ਮੇਰਾ ਖਿਆਲ ਵੀ 2-3 ਪਿੰਡਾਂ ਦੇ ਸਾਡੇ ਕੋਲ ਨਾ ਹੁਣ ਵੀ ਇੱਥੇ ਬਣ ਗਏ ਨੇ। ਦੱਸੋ ਮੰਤਰੀ, ਮੈਂ ਜਹਿਦਰ ਸਾਹਿਬ ਨੂੰ ਹੁਣੇ ਬੇਨਤੀ ਕਰੂੰਗਾ ਵੀ ਤੁਸੀਂ ਮੈਨੂੰ ਆਪਣਾ ਨਾਂ ਨੰਬਰ ਦੇ ਦਿਓ, ਤੁਹਾਡੇ ਘਰੋਂ ਵੈਲਫੇਅਰ ਅਫਸਰ ਸ਼ਾਮ ਤੱਕ ਪਹੁੰਚਾਊਗਾ। ਘਰੇ ਪਹੁੰਚਣਗੇ ਤੁਹਾਡੇ ਅਫਸਰ? ਅਫਸਰ ਘਰੇ? ਪੱਕੀ ਗੱਲ ਹੈ? ਪੱਕਾ, ਅੱਜ ਹੀ ਸ਼ਾਮ ਨੂੰ। ਜੇ ਨਾ ਆਏ ਤਾਂ ਮੈਂ ਫਿਰ ਸਵਾਲ ਕਰੂੰਗਾ, ਮੈਨੂੰ ਰਿਪੋਰਟ ਕਰਨਗੇ ਉਹ, ਇਹ ਵੀ ਗੱਲ ਹੈਗੀ। ਚਲੋ ਠੀਕ ਹੈ। ਮੰਤਰੀ ਸਾਹਿਬ, ਸ਼ਗਨ ਹੁੰਦਾ ਜੀ ਵਿਆਹ ਦੇ ਵਿੱਚ, 6-6 ਮਹੀਨੇ ਵਿਚਾਰੇ ਰੁਲਦੇ ਫਿਰਦੇ, ਕਾਹਦਾ ਸ਼ਗਨ ਆ? ਇਹਨੂੰ ਥੋੜ੍ਹਾ ਜਿਹਾ ਅਸੀਂ 1 ਮਹੀਨਾ ਪਹਿਲਾਂ ਐਪਲੀਕੇਸ਼ਨ ਲੈ ਲਈਏ ਅਤੇ ਵਿਆਹ ਦੇ ਮੌਕੇ ਉਸ ਦਿਨ ਚਾਹੇ DC ਚਾਹੇ ਉਹਦੇ ਤੋਂ ਸੰਬੰਧਿਤ ਅਫਸਰ ਕੋਈ ਵੀ ਆ, ਉਹਨਾਂ ਦੀ ਡਿਊਟੀ ਲਾਈਏ ਵੀ ਜਾ ਕੇ ਵਿਆਹ 'ਚ ਸ਼ਗਨ ਪਾਉਣ। 6 ਮਹੀਨੇ ਦਾ ਕੋਈ ਮਸਲਾ ਨਹੀਂ, ਵੱਧ ਤੋਂ ਵੱਧ ਮਹੀਨਾ ਨਹੀਂ ਪੈਂਦਾ।
ਸਪੈਸ਼ਲ ਦੱਸਾਂ ਨੇ ਵੀ ਹੋਰ ਕੰਮ ਕੋਈ ਲੇਟ ਹੋ ਜਾਵੇ ਗਰੀਬ ਦਾ ਪੈਸਾ ਜਿਹੜਾ ਪੈਨਸ਼ਨ ਪੈਨਸ਼ਨ ਵੀ ਹੁਣ ਵੱਧ ਕੇ 500 ਰੁਪਇਆ ਕਰ ਦਿੱਤੀ ਹੁਣ ਖੈਰ ਮਹਿਕਮਾ ਨਾ ਗੋਆ ਉਹ ਵੀ ਹੁਣ ਪੰਚਾਇਤਾਂ ਦੇ ਰਾਹੀਂ ਉਹ ਬੈਂਕਾਂ ਦੇ ਰਾਹੀਂ ਪਰੇਸ਼ਾਨੀਆਂ ਆਈਆਂ ਸੀ ਗਰੀਬਾਂ ਨੂੰ ਇਹੀ ਕਿਹਾ ਸੀ ਵੀ ਉਹ ਗਰੀਬ ਬੈਂਕਾਂ ਜਦੋਂ ਜਾਂਦੇ ਉਹ ਕਦੀ ਮੰਜ਼ਰ ਖਰਾਬ ਕਰਦੇ ਕਦੀ ਹੁਣ ਪੰਚਾਇਤਾਂ ਨੂੰ ਦਿੱਤੀਆਂ ਵੀ ਪੰਚਾਇਤਾਂ ਹੀ ਸਾਂਝੇ ਥਾਂ ਵੰਡ ਕੇ ਉੱਥੇ ਬੈਠ ਕੇ ਵੰਡਣ ਉਹ ਵੀ ਉਹਨਾਂ ਨੇ ਕਿਹਾ ਵੀ ਅੱਜ ਜਿਹੜੀਆਂ ਦੋ ਗੱਲਾਂ ਨੇ ਪੈਨਸ਼ਨ ਅਤੇ ਸ਼ਗਨ ਸਕੀਮ ਇਹ ਮਹੀਨਾ ਵੱਧ ਤੋਂ ਵੱਧ ਲਾ ਲਓ ਮਹੀਨੇ ਦੇ ਬਾਅਦ ਤੋਂ ਹੁਣ ਲੰਮਾ ਸਮੇਂ ਵਾਲੀਆਂ ਗੱਲਾਂ ਗਈਆਂ ਮਹੀਨੇ ਕੁ ਤੱਕ ਪੈਸੇ ਪਹੁੰਚ ਜਾਣੇ ਚਾਹੀਦੇ ਤੁਹਾਡੇ ਮੁਤਾਬਕ ਪੱਕਾ ਮੰਤਰੀ ਸਾਹਿਬ ਇੱਕ ਅੰਤਰਜਾਤੀ ਵਿਆਹ ਦੀ ਸਕੀਮ ਤੁਸੀਂ ਸ਼ੁਰੂ ਕੀਤੀ ਸੀਗੀ ਤੁਸੀਂ ਉਹਦੇ ਵਿੱਚ ਰਾਸ਼ੀ ਜਿਹੜੀ 50,000 ਕਰਤੀ ਪਹਿਲਾਂ 25,000 ਸੀ 25,000 ਸੈਂਟਰ ਪਾਉਂਦਾ ਅਤੇ 25,000 ਤੁਸੀਂ ਪਾਉਂਦੇ ਹੋ ਉਹ ਸਾਰੇ ਕਿਤੇ ਪਹੁੰਚੀ ਉਹ ਜਿਵੇਂ ਜਿਵੇਂ ਤਰ੍ਹਾਂ ਜਿਸ ਤਰ੍ਹਾਂ ਐਪਲੀਕੇਸ਼ਨ ਨੰਬਰ ਵਾਈਜ਼ ਹੋਈ ਜਾਂਦੀਆਂ ਉਤਰਾ ਉਤਰਾ ਪੈਸਾ ਸੈਂਟਰ 'ਚ ਵੀ ਆਉਂਦਾ ਕੁਝ ਸਾਡਾ ਸਟੇਟ ਹੁਣ ਤੱਕ ਕਿੰਨੇ ਕੇਸ ਨਿਬੜ ਚੁੱਕੇ ਸ਼ੇਰ ਮੈਂ ਗਿਣਤੀ ਤਾਂ ਨਹੀਂ ਮੇਰੇ ਕੋਲ ਹੈਗੀ ਕਾਫੀ ਨਿਬੜ ਚੇ ਕੁਝ ਹਜੇ ਹੈ ਵੀ ਆ ਰਹਿ ਵੀ ਰਹੇ ਜਿਹੜੇ ਮੈਨੂੰ ਜਿਸ ਤਰ੍ਹਾਂ ਅਪਲਾਈ ਕੀਤਾ ਨੰਬਰ ਵਾਈਜ਼ ਉਹਨਾਂ ਦਾ ਮੈਂ 9 ਸਾਲ ਦਾ ਰਿਪੋਰਟ ਕਾਰਡ ਲੈ ਰਿਹਾ ਮੰਤਰੀ ਸਾਹਿਬ ਤੁਹਾਡੇ ਤੋਂ 2008 ਤੋਂ 2014 ਤੱਕ ਕੋਈ ਕੇਸ ਨਹੀਂ ਨਿਬੜਿਆ ਸੀ ਨਹੀਂ ਨਿਬੜਿਆ ਜੀ ਹੈਗੇ ਮੈਂ ਤੁਹਾਨੂੰ ਉਹਦੀ ਡਿਟੇਲ ਭੇਜ ਦਾਂਗਾ 7 ਸਾਲ ਵਿਆਹ ਨੂੰ ਹੋ ਜਾਂਦੇ ਆ ਉਹਨਾਂ ਦੇ 2-2 ਜਵਾਕ ਹੋ ਜਾਂਦੇ ਆ ਮੰਤਰੀ ਸਾਹਿਬ ਅਸੀਂ ਕਹਿੰਦੇ ਹਾਂ ਕਿ ਹਜੇ ਯੋਜਨਾ ਚੱਲ ਰਹੀ ਹੈ ਸਕੀਮ ਦੇ ਰਹੇ ਹਾਂ ਪੈਸੇ ਆ ਜਾਣਗੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਉਹਦੀ ਡਿਟੇਲ ਜਿੰਨੇ ਕੇਸ ਗਏ ਨੇ ਮੇਰਾ ਘੱਟ ਤੋਂ ਘੱਟ ਰਹਿੰਦੇ ਹੋਣਗੇ 20-25% ਰਹਿੰਦੇ ਹੋਣਗੇ ਇੰਨੇ ਦੀ ਪੱਤ ਨਹੀਂ ਮੈਂ ਇਸ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਨ ਦੇ ਦੌਰ ਵਿੱਚ ਹੈਗਾ ਮੰਤਰੀ ਸਾਹਿਬ ਮੇਰਾ ਸਵਾਲ ਇਹ ਵੀ ਹੈਗਾ ਕਿ ਤੁਹਾਡੇ ਮਹਿਕਮੇ ਨੂੰ ਉੱਨੀ ਤਵੱਜੋ ਨਹੀਂ ਦਿੱਤੀ ਜਾਂਦੀ ਜਿੰਨੀ ਐਗਰੀਕਲਚਰ ਮਹਿਕਮੇ ਦਿੱਤੀ ਜਾਂਦੀ ਹੈ ਨਹੀਂ ਐਗਰੀਕਲਚਰ ਜਿਹੜਾ ਸਾਡਾ ਮੈਂ ਕਹਿਣਾ ਚਾਹੂੰਗਾ ਕਿ ਪੰਜਾਬ ਪ੍ਰਧਾਨ ਸੂਬਾ ਖੇਤੀਬਾੜੀ ਮੰਨੇਗਾ ਪਰ ਅੱਜ ਜਿਹੜਾ ਸਮਾਂ ਹੋਣ ਆ ਰਿਹਾ ਉਹਦੇ ਵਿੱਚ ਉਹ ਖੇਤੀਬਾੜੀ ਦਾ ਕੋਈ ਲਾਹੇਬੰਦ ਭਾਵੇਂ ਕਿ ਆਪਾਂ ਇਹ ਵੀ ਕਹੀ ਜਾਂਦੇ ਵੀ ਇਹਨਾਂ 'ਚੋਂ ਨਹੀਂ ਲਾਹੇਬੰਦ ਧੰਦਾ ਇੰਨਾ ਰਹੀ ਪਰ ਜਿਹੜਾ ਬੈਲਟ ਬੰਦ ਆ ਜਾਂ ਕੇਂਦਰ ਤੋਂ ਵੀ ਪੈਸੇ ਸਾਨੂੰ ਆਉਂਦੇ ਨੇ ਉਹਨਾਂ ਦਾ ਮੇਨ ਉਹਨਾਂ ਦਾ ਹੈਡ ਹੀ ਖੇਤੀਬਾੜੀ ਦੇ ਨਾਂ 'ਤੇ ਸਾਡੇ ਨਾਲ ਜੁੜਿਆ ਮਤਲਬ ਜਿਹੜਾ ਹੁਣ ਆਪਣਾ ਪਸ਼ੂ ਪਾਲਣ ਭਾਅ ਦੇ ਨਾਲ ਜਾਂ ਉਹ ਸਾਨੂੰ ਕੱਟ ਲਾ ਦਿੰਦੇ ਆ ਪਰ ਇਹਨਾਂ ਨੂੰ ਪੈਸੇ ਸਾਨੂੰ ਫਿਰ ਵੀ ਮਿਲ ਜਾਂਦੇ ਬਾਲ ਸਾਹਿਬ ਲੈ ਆਉਂਦੇ ਇੱਥੋਂ ਸਾਨੂੰ ਮਿਲ ਜਾਂਦੇ ਉੱਥੋਂ ਮਿਲ ਜਾਂਦੇ ਆ ਪਰ ਪਹਿਲ ਵਾਕਈ ਉਹਨਾਂ ਦੀ ਮਤਲਬ ਖੇਤੀਬਾੜੀਆਂ ਦੀ ਹੁੰਦੀ ਤੁਹਾਡੇ ਮਹਿਕਮੇ ਨੂੰ ਕੱਟ ਤੋਂ ਸਾਨੂੰ ਨੰਬਰ ਦੋ 'ਤੇ ਆ ਮਹਿਸੂਸ ਨਹੀਂ ਹੁੰਦਾ ਕਿ ਤੁਹਾਡੇ ਮਹਿਕਮੇ ਨੂੰ ਉੱਨੀ ਤਵੱਜੋ ਨਹੀਂ ਦਿੱਤੀ ਜਾਂਦੀ ਐਨੀਮਲ ਹਸਬੈਂਡਰੀ ਨੂੰ ਉਹਨਾਂ ਪੁੱਛਿਆ ਨਹੀਂ ਇੱਥੇ ਵੀ ਬੜੇ ਖੁਸ਼ ਹਾਂ ਸਾਡੇ ਮੈਂ ਤੁਹਾਨੂੰ ਦੱਸਿਆ 9 ਸਾਲ ਜੇ ਮੈਂ ਪ੍ਰਾਪਤੀ ਹੋਣ ਗਿਣ ਲੱਗਾ ਤਾਂ ਤੁਹਾਨੂੰ ਬਹੁਤ ਤਾਂ ਖੁਸ਼ ਹੋ ਕੇ ਮੰਤਰੀ ਹੋ ਤੁਸੀਂ ਮਹਿਕਮੇ ਦੇ ਕਿ ਕੰਮ ਕਰਕੇ ਨਹੀਂ ਕੰਮ ਕੀਤਾ ਸੀ ਤੁਹਾਨੂੰ ਦੱਸਿਆ ਵੀ ਜਦੋਂ ਮੈਂ 7 ਤੋਂ ਮੈਨੂੰ ਸੇਵਾ ਮਿਲੀ ਆ ਸੰਗਤ ਨੇ ਦਿੱਤੀ ਇਹਨਾਂ ਲੋਕਾਂ ਨੇ ਦਿੱਤੀ ਬਾਲ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਪਰ ਮੈਨੂੰ ਸੰਤੁਸ਼ਟੀ ਹੈ ਕਿ ਮੈਂ 9 ਸਾਲ ਦੇ ਵਿੱਚ ਜਿੰਨਾ ਮਹਿਕਮੇ ਨੂੰ ਕੋਸ਼ਿਸ਼ ਕੀਤੀ ਹੈ ਬਾਕੀ ਤੁਹਾਨੂੰ ਦੱਸਿਆ ਮਿਹਨਤ ਇਹਨਾਂ ਦੀ ਹੈ ਵੀ ਮੈਂ ਨਹੀਂ ਵੀ ਮੈਂ ਮਿਹਨਤ ਕੀਤੀ ਆ ਜਾਂ ਮੈਂ ਤਾਂ ਆਪਣਾ ਅਫਸਰਾਂ ਨੂੰ ਕੋਈ ਪਲੈਨਿੰਗ ਦੂਜਾ ਤੀਜਾ ਆੜੇ ਫਾਰਮ ਇਹ ਕੱਲ੍ਹ ਇਹ ਮੈਂ ਉੱਥੇ ਫਰਾਂਸ 'ਚ ਆਪ ਗਿਆ ਸੀ ਉੱਥੋਂ ਟੈਕਨੀਕ ਲੈਂਦੀ ਹੈ ਸਾਰੀ ਆਹ ਜਿਹੜੀਆਂ ਮੰਡੀਆਂ ਤੁਹਾਨੂੰ ਦੱਸਿਆ ਬਣਾਈਆਂ ਜਿਹੜੀਆਂ ਕੈਟਲ ਫਿਰਦੀਆਂ ਇਹ ਵੀ ਬਾਹਰ ਦੀ ਟੈਕਨੀਕ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ ਸਾਰਿਆਂ ਨੂੰ ਮੰਡੀਆਂ ਕਦੀ ਛੱਪੜਾਂ 'ਚ ਲੱਗਦੀਆਂ ਸੀ ਕਦੀ ਸੂਏ ਦੀਆਂ ਪਰੜੀਆਂ 'ਤੇ ਲੱਗਦੀਆਂ ਸੀ ਕਦੀ ਸੜਕਾਂ 'ਤੇ ਲੱਗਦੀਆਂ ਸੀ ਹੁਣ ਉਹ ਮੰਡੀਆਂ ਸਾਡੀਆਂ ਉੱਥੇ ਲੱਗਦੀਆਂ 20-22 ਏਕੜ ਦੇ ਵਿੱਚ 4-4.5-5 ਕਰੋੜ ਰੁਪਈਆ ਹਰ ਜ਼ਿਲ੍ਹੇ ਦੇ ਵਿੱਚ ਚਲੋ ਤੁਸੀਂ ਮੰਡੀਆਂ ਆਦਿ ਨੂੰ ਕਰਦੇ ਹੈਗੇ ਆ ਸਵਾਲਾਂ ਦੀ ਮੰਡੀ ਦੇ ਵਿੱਚ ਆਪਣੇ ਮਹਿਕਮੇ ਨੂੰ ਕਿੰਨੇ ਨੰਬਰ ਦੇ ਕੇ ਇਸ ਪ੍ਰੋਗਰਾਮ ਨੂੰ ਸਮਾਪਤ ਕਰੋਗੇ ਮੈਂ ਤਾਂ 100 ਹੀ ਕਹੂੰਗਾ ਸਾਰੇ ਮੰਤਰੀ ਸੋਚ ਸੋ ਕੇ ਦਿੰਦੇ ਮੈਨੂੰ ਇਹ ਨਹੀਂ ਸਮਝ ਆ ਰਹੀ ਨੰਬਰ ਇਹਨਾਂ ਕਹਿਣਾ ਮੰਤਰੀ ਸਾਹਿਬ ਮੈਨੂੰ ਇੱਕ ਚੀਜ਼ ਸਮਝਾ ਦਿਓ ਇਹ ਮੈਂ ਸਵਾਲ ਹਰ ਮੰਤਰੀ ਸਾਹਿਬ ਨੂੰ ਕੀਤਾ ਹੈਗਾ ਹਰ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਸੋਚ ਸੋ ਇਦੋਂ ਘੱਟ ਨੰਬਰ ਆਉਂਦੇ ਨਹੀਂ ਕੀ ਚੱਕਰ ਹੈ ਨੰਬਰ ਤਾਂ ਇਹਨਾਂ ਦੇਣੇ ਆ ਸੰਗਤ ਨੇ ਦੇਣੇ ਆ ਜਾਂ ਗੁਰੂ ਨੇ ਦੇਣੇ ਜਾਂ ਉਹ ਜਾਣਦਾ ਮੈਂ ਤਾਂ ਇਹਨਾਂ ਦੇ ਛੱਡਦਾ ਵੀ ਇਹ ਕੀ ਦਿੰਦੇ ਚਲੋ ਠੀਕ ਹੈ ਤੁਸੀਂ ਇਹਨਾਂ ਤੇ ਛੱਡ ਦਿਓ ਠੀਕ ਹੈ ਛੱਡ ਦਿਓ ਤੁਸੀਂ ਚਲੋ ਤੁਸੀਂ ਇਹਨਾਂ ਤੇ ਛੱਡ ਦਿਓ ਸੰਗਤ ਨੰਬਰ ਦਊਗੀ ਤੇ ਸੰਗਤ ਵੱਲੋਂ ਤੁਹਾਡਾ ਧੰਨਵਾਦ ਤੁਸੀਂ ਸੰਗਤ ਦੀ ਕਚਹਿਰੀ ਵਿੱਚ ਆਇਓ ਸੰਗਤ ਕਿੰਨੇ ਨੰਬਰ ਦਊਗੀ ਇਹ ਸੰਗਤ ਨੇ ਫੈਸਲਾ ਕਰਨਾ ਨਹੀਂ ਤਾਂ ਅਸੀਂ ਸਵਾਲ ਪੁੱਛਾਂਗੇ ਫਿਰ ਬੁਲਾ ਕੇ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਨੂੰ ਕਿ ਜਿਹੜੇ ਅੱਜ ਵਾਅਦੇ ਕੀਤੇ ਆ ਉਹ ਪੂਰੇ ਕਿਉਂ ਨਹੀਂ ਕੀਤੇ ਕਿ ਜਿਹੜੇ ਵਾਅਦੇ ਇੱਥੇ ਕੀਤੇ ਗਏ ਆ ਉਹਨਾਂ ਦੀ ਰਿਪੋਰਟ ਲੈਣ ਦੀ ਗੱਲ ਕੀਤੀ ਗਈ ਹੈ ਜੇ ਰਿਪੋਰਟ ਪੂਰੀ ਨਾ ਹੋਈ ਤਾਂ ਅਸੀਂ ਫਿਰ ਲਵਾਂਗੇ ਰਿਪੋਰਟ 'ਤੇ ਸਵਾਲ ਪੁੱਛਾਂਗੇ ਦੱਸੋ ਮੰਤਰੀ ਜੀ